हफ्ता टाइम टीवी देख रहे देश विदेश के सारे दर्शकों का स्वागत है। तो तुसी देख रहे हो खालसा साजना दिवस नूं समर्पित आजादी दिहाड़े मौके सिख डे परेड दा आयोजन जो कि न्यूयॉर्क दे सिख कल्चर सोसाइटी रिचमंड हिल तो सीधा प्रसारण तुहाड़े तक असीं लैके आए हां। तो देश विदेश दी संगतां इस दा आनंद माण रहीआं ने। तो मेरे नाल स्टूडियो च मौजूद ने पंजाबी पटियाला पंजाबी यूनिवर्सिटी तो सरदार कश्मीर सिंह जी, बहुत बहुत स्वागत है तुहाडा सर स्टूडियो च। थैंक यू। ते नाल मेरे मौजूद ने चढ़दी कला टाइम टीवी तो सरदार हरि सिंह चमक जी, ते उन्हां नाल बैठे ने मनदीप कौर खालसा जी। तो दोस्तों अज असीं देख रहे हाँ सिख कल्चर सोसाइटी रिचमंड हिल तो सिख डे परेड दा सीधा प्रसारण। तो संगतां देश विदेश तो इसका आनंद माण रही ने। पंजाब विच वी तुसीं इसका सीधा प्रसारण देख रहे हो ते भारत दे वसदे सिख जो इसका आनंद माण रहे ने। तो सब तो पहला मैं सरदार कश्मीर सिंह नाल गल करांगी। सरदार कश्मीर सिंह जी, जिस तरह तुसीं देख रहे हो कि पंजाब विच ते सिखा विसाखी दा दिहाड़ा बहुत धूमधाम नाल मनाया जांदा है ते देश विदेश विच इस नूं लैके काफ़ी उत्साह पाया जा रहा है, तुहाडा इहदे बारे की कहना? असल विच के विसाखी का दिहाड़ा सब तो पहला गुरु अमरदास जी महाराज जी ने भाई पारो जी की बेनती ते गोइंदवाल साहब की धरती ते शुरू किया और उदो भी जिहड़ा उहदा महत्व बनाया गया बहुत ज़्यादा इतिहास दे विच लिखिया कि उहदे पिछे कोई वड्डी सोच लैके कि भाई पारो जी जिन्हां नूं गुरु घर दे विचों परमहंस की उपाधि मिली सी, हंस की नहीं परमहंस की उपाधि, उन्होंने गुरु अमरदास महाराज नूं बेनती करी कि सच्चे पातशाह के आप जी दे दरबार विच कुछ सिख आउंदे आ ते कुछ सिख चले जांदे ने ते कोई इस तरह का समागम रचो कि जिस दिन सारे सिख इत्थे इकट्ठे होण उहदे नाल सिखां दी सिखां दे नाल जाण पछाण वधे, सिखां दा सिखां दे नाल प्यार वधे ते सिखां दे विच उत्साह वधे। तां गुरु अमरदास महाराज ने भाई पारो जी की बेनती मन के पहली वारी गुरु महाराज ने सारे सिखां नूं हुक्मनामे भेजे कि विसाखी के मौके पर गोइंदवाल साहब की धरती ते एकत्र होवो ते उत्थे जदों सारे सिख एकत्र होवे उस दिन तो जिहड़ा विसाखी की अरंभता सिख धर्म दे विच इतिहासक तौर पर मन्नी गई है ਤਾਂ ਇਹਦਾ ਤੁਸੀਂ ਦੇਖੋਗੇ ਉਹਦਾ ਪ੍ਰਭਾਵ ਅੱਜ ਵੀ ਹੈ ਕਿ ਇਹ ਜਿਹੜਾ ਨਗਰ ਕੀਰਤਨ ਹੈ ਜਾਂ ਸਿੱਖ ਪਰੇਡ ਦੇ ਰੂਪ ਵਿੱਚ ਉੱਥੇ ਨਿਊਯਾਰਕ ਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ ਅਤੇ ਇਹਦਾ ਮਹੱਤਵ ਅੱਜ ਵੀ ਇੰਨਾ ਮਹੱਤਵਪੂਰਨ ਹੈ ਕਿ ਇਹ ਨਗਰ ਕੀਰਤਨਾਂ ਦਾ ਇਹ ਵੱਡੇ ਸਮਾਗਮਾਂ ਦਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲਾ ਬੈਨੀਫਿਟ ਇਹ ਹੈ ਕਿ ਸਿੱਖ ਇੱਕ ਸਿੱਖ ਦੂਸਰੇ ਸਿੱਖ ਦੇ ਨਾਲ ਉਹਦੀ ਜਾਣ ਪਛਾਣ ਬਣਦੀ ਹੈ, ਇਕੱਠੇ ਹੋ ਕੇ ਸਿੱਖਾਂ ਦਾ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ, ਗੁਰੂ ਮਹਾਰਾਜ ਦੀ ਜਿਹੜੀ ਸਾਨੂੰ ਉਪਦੇਸ਼ ਹੈ ਉਹਦਾ ਮੈਸੇਜ ਆਉਂਦਾ ਹੈ ਅਤੇ ਸਾਰੇ ਸਿੱਖਾਂ ਦਾ ਆਪਸ ਵਿੱਚ ਪਿਆਰ ਵੱਧਦਾ ਹੈ ਜੀ। ਸੋ ਇਸ ਕਰਕੇ ਇਹਨਾਂ ਦਿਨਾਂ ਦਾ ਹਿਸਟਰੀ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੈਂ ਸੋਚਦਾ ਕਿ ਮਹੱਤਵ ਹੈ ਜੀ। ਜੀ ਹਰੀ ਸਿੰਘ ਚਮਕ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਵਿਦੇਸ਼ਾਂ ਵਿੱਚ ਵਿਸਾਖੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਖਾਸ ਕਰ ਸਿੱਖ ਡੇ ਪਰੇਡ ਦੇ ਰੂਪ ਵਿੱਚ ਅੱਜ ਦਾ ਇਹ ਦਿਨ ਮਨਾਇਆ ਜਾ ਰਿਹਾ ਹੈ, ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਇਸ ਤੋਂ ਸੇਧ ਲੈਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਇਤਿਹਾਸ ਹੈ ਜੀ, ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ, ਉਦੋਂ ਅਸਲ ਦੇ ਵਿੱਚ ਡੈਮੋਕ੍ਰੇਸੀ ਦੀ ਲੋਕ ਰਾਜ ਦੀ ਨੀਂਹ ਰੱਖੀ ਸੀਗੀ ਜੀ। ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਤੋਂ ਬੰਦੇ ਆਏ ਸੀਗੇ, ਕੋਈ ਜਾਤ ਨਹੀਂ ਪਾਤ ਨਹੀਂ ਕੋਈ ਸੀਮਾ ਨਹੀਂ, ਇਹ ਸਭ ਤੋਂ ਪਹਿਲਾਂ ਡੈਮੋਕ੍ਰੇਸੀ ਦਾ ਦੀ ਨੀਂਹ ਰੱਖੀ ਗਈ ਜੀ। ਅੱਜ ਉਸੇ ਪਰੰਪਰਾ ਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖਦੇ ਹਾਂ, ਵਿਦੇਸ਼ਾਂ ਦੇ ਵਿੱਚ ਹੁਣ ਨਿਊਯਾਰਕ ਦੇ ਵਿੱਚ ਜਿਹੜੇ ਸਿੱਖ ਪਰੇਡ ਕੀਤੀ ਜਾ ਰਹੀ ਹੈ ਸਮਰਪਿਤ ਹੈ ਵਿਸਾਖੀ ਨੂੰ, ਇਹਦੇ ਨਾਲ ਦੂਰੋਂ ਦੂਰੋਂ ਜਿਹੜੇ ਲੋਕ ਵੱਖ ਵੱਖ ਕੈਟਾਗਰੀ ਦੇ ਵੱਖ ਵੱਖ ਧਰਮਾਂ ਦੇ ਬੰਦੇ ਇਕੱਠੇ ਹੁੰਦੇ ਆ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ, ਸਭ ਤੋਂ ਵੱਡਾ ਤਾਂ ਇਹ ਸਾਡੀ ਸਿੱਖੀ ਦਾ ਪ੍ਰਚਾਰ ਹੈ ਜੀ, ਸਾਡੀ ਸਿੱਖੀ ਦੀ ਪਛਾਣ ਆ। ਜਾਂ ਸਿੱਖ ਇਕੱਠੇ ਹੋਣਗੇ ਸਭ ਤੋਂ ਨਿਰਪੱਖ ਅਤੇ ਦੇਸ਼ ਪਿਆਰ ਵਾਲਾ ਜਿਹੜਾ ਇਹ ਉਤਸਵ ਮਨਾਇਆ ਜਾਂਦਾ, ਖਾਸ ਕਰਕੇ ਜਾਂ ਸ਼ੁਰੂਆਤ ਆਪਣਾ ਇੱਥੇ ਹੁੰਦੀ ਹੈ ਜੀ, ਸਾਡੀ ਫਸਲ ਘਰ ਆਉਂਦੀ ਹੈ, ਕਿਸਾਨ ਖੁਸ਼ੀ ਹੁੰਦਾ, ਮਾਂ ਦਾ ਦਮਮ ਜੱਟ ਮੇਲੇ ਆ ਗਿਆ, ਬੜੀਆਂ ਵਧੀਆ ਇਹਦੇ ਨਾਲ ਜਿਹੜੀਆਂ ਕਹਾਵਤਾਂ ਅਤੇ ਕਵਿਤਾਵਾਂ ਜੁੜੀਆਂ ਹੋਈਆਂ, ਇਹ ਖੁਸ਼ੀ ਦੀ ਪ੍ਰਤੀਕ ਆ ਜਿਹੜੀ ਵਿਸਾਖੀ ਹੈ। ਵਿਸਾਖੀ ਦੇ ਦਿਨ ਦੇ ਵਿੱਚ ਜਿਹੜੇ ਵਿਸਾਖੀ ਸਮਰਪਿਤ ਆ ਜਿਹੜੀ ਸਿੱਖ ਪਰੇਡ ਕੱਢੀ ਜਾ ਰਹੀ ਹੈ, ਇਹ ਵੀ ਸਿੱਖੀ ਦੀ ਪਛਾਣ ਵਾਸਤੇ ਬਹੁਤ ਜ਼ਰੂਰੀ ਹੈ। ਦੂਰ ਦੁਰਾਡੇ ਬੈਠੇ ਜਿਵੇਂ ਸਿੱਖਾਂ 'ਤੇ ਹਮਲੇ ਹੋ ਰਹੇ ਹਨ, ਮੁਸਲਮਾਨ ਸਮਝਿਆ ਜਾ ਰਿਹਾ ਸਿੱਖਾਂ ਨੂੰ, ਇਹ ਸਿੱਖਾਂ ਦੀ ਪਛਾਣ ਹੋ ਰਹੀ ਵੀ ਸਿੱਖ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਆ ਅਤੇ ਸਿੱਖ ਇੰਨੇ ਦਿਆਨਤਦਾਰ ਹੈ, ਇਹਨਾਂ ਦਾ ਜਿਹੜਾ ਪ੍ਰਚਾਰ ਹੈ, ਕਿਉਂਕਿ ਸਾਡੀ ਜਿਹੜੀ ਕੌਮ ਦਾ ਮਾਰ ਖਾਂਦੀ ਹੈ ਪ੍ਰਚਾਰ ਕਰਕੇ, ਪ੍ਰਚਾਰ ਦੀ ਕਮੀ ਕਰਕੇ, ਪਰ ਜਿਹੜਾ ਵਿਸਾਖੀ ਨੂੰ ਸਮਰਪਿਤ ਹੈ ਜਿਹੜੀ ਸਿੱਖ ਪਰੇਡ ਕੱਢੀ ਜਾ ਰਹੀ ਹੈ, ਇਹ ਸਾਡੀ ਪਛਾਣ ਵਾਸਤੇ ਅਤੇ ਸਾਡੇ ਪ੍ਰਚਾਰ ਵਾਸਤੇ ਬਹੁਤ ਜ਼ਰੂਰੀ ਹੈ, ਇਹ ਬਹੁਤ ਮਹੱਤਵਪੂਰਨ ਹੈ।
तो इस तरह की प्र जनिया चाहिए हूँ कनेडा के भी होनी है एक दो दिन तीन उत्थे तरह तरह के स्टाल भी लाए जाएंगे उत्थे एक बड़ा वधिया स्टाल लगे लाना इन्होंने ये अंबर कर्म ऑर्गेनाइजेशन है एक वह अंगा के वास्ते लाने अंगा वास्ते मतलब जो उत्साहित करना लोगों भी अंग दान करो गुरदे दान करो अखा दान करो ये बड़ी वधिया जी उपराला किया जा रहा है सिक्खी वादे कनेडा के भी और लोगों उत्साहित करना तुम ये डरो ना अंग दान करो ये मतलब जोड़ा ये सिक्खी धर्म के भी दूसरे वास्ते जो काम करना है जिस तरह साढ़े गुरु साहब ने फरमाया कि सानू सारी जातां पातां तों उपर उठ के बराबरता का संदेश देना चाहिए तो जो कैनेडा विच खास करके न्यूयॉर्क विच जो सिख वस रहे ने देश विदेश विच जो सिख वस रहे ने वह गुरु जी के संदेश नू अगे लैके जा रहे हैं। तो मनदीप कौर खालसा जी तुहाडा इस दे बारे की कहना है हाँ जी बिल्कुल जी विसाखी जिहड़ी है पहला ही साडे देश विच बड़ी धूमधाम नाल मनाई जांदी सी पर जो खालसा साजना दिवस जो सच्चे पातशाह कलगीधर जी ने इसे दिन खालसे की सिरजना की तो एक साल का सच्चे पातशाह जी ने लोकतंत्र की नींह रखी सी जो अज साडा लोकतंत्र का नारा है कि सारयां नूं बराबरता दित्ती जावे सारे समान ने यह लोकतंत्र की नींह सच्चे पातशाह जी ने खालसा साज के रख दित्ती सी यह बड़ा वड्डा संदेश सी पूरे भारत के लिए भी जो तो जाता पाता में वंडिया होया सी बिल्कुल कि नीवी जाति वाले नेड़े नहीं लगन दिता जाता सी पर गुरु साहब जी ने खालसा साज के कह दिता कि हर एक मानस की जात सब एक पहचान लो जो असी हुण देश विच चलो जिवें मर्जी कह लो प्रचार की घाट करके जां किदां भावें कि असी अपने अजे पूरे देश नूं भी इस बारे सुचेत नहीं कर सके कि खालसा है की पर जो विदेशां दी धरती ते अजे समागम हुंदे ने तां उह बड़ा क्रेज उहनां दे विच हुंदा कि हाँ इत्थों तक कि जिहड़े फॉरनर ने उहनां नूं भी इह गल हुंदी है कि असी जाणीए कि खालसा की है खालसा साजना दिवस क्यों मनाया जांदा है जी। सो खालसा साजना दिवस सिख डे परेड के रूप में जो मनाया जा रहा है तो खासकर नौजवान पीढ़ी को इस तो बहुत सेध लैन की जरूरत है। पंजाब विच ते इस दिहाड़े नूं बड़े धूमधाम नाल मनाया जाता है विदेशों विच सिख कल्चर सोसायटी वालों बड़े धूमधाम नाल इह दिहाड़ा मनाया जा रहा है सिख डे परेड के रूप में विशाल नगर कीर्तन सजाया जा रहा है। तो आओ हुण तुहानूं सीधा लै चलते हैं न्यूयॉर्क की धरती सिख कल्चर सोसायटी विखे जिथे देश विदेश की सिख संगत सिख डे परेड के नाल जुड़ चुकी है। तो आओ देखते हैं प्रोग्राम दीआं कुछ खास झलकियां। खालसा अकाल पुरख की फौज प्रगटे खालसा परमात्म की मौज धन धन गुरु कलगीधर पातशाह गुरु गोबिंद सिंह साहब महाराज ने 1699 की विसाखी से न्यारा पंथ खालसा पंथ साजिया। अज खालसा पंथ के निशान दुनिया भर के झूलते हैं। चढ़दी कला टाइम टीवी अज माण हासिल कर रहा है कि न्यूयॉर्क की सिख डे परेड जो अज हो रही है अज असी गुरद्वारा साहब रिचमेंड हिल विखे खड़े हाँ तो उन्होंने सारे नुमाइंदे साढ़े नाल खड़े हैं। अज दी सिख डे परेड इना सब दी जड़ी मशक्कत है उन्होंने नाल इना दी काल कमाई जो इतों के सिंह ने इतों के सिख भाईचारा है उन्होंने हिम्मत दे नाल न्यूयॉर्क की सब तो वड्डी जड़ी सिख डे परेड है वह हो रही है। असी आप जी दे रूबरू करा रहे हैं सब तो पहले सिंह साहब ज्ञानी भुपिंदर सिंह जी जो हैड ग्रंथी ने सिख रिलीजियस सोसाइटी रिजमेंट हिल दे ते ओ आप जी नू अज दी सिख डे परेड बारे जो असी लाइव चढ़दी कला टाइम टीवी ते आप जी तक लैके आ रहे हाँ क्योंकि असी इत्थों दीआं संगतां इत्थों दी बाबा जी दी सवारी जो तैयार हो के डाउन टाउन न्यूयॉर्क जानी है उहदीआं तैयारियां हो रही हैं। अरदास तों बाद चों सारियां संगतां ने उत्थे पुजणा है उस बारे ज्ञानी जी साडे नाल जानकारी सांझी करनगे। वाहिगुरू जी का खालसा वाहिगुरू जी की फतेह। गुरु प्यारी साध संगत जी अज असी गुरद्वारा सिख कल्चर सोसायटी वालों समुचियां सोसायटियां सभावां जथेबंदियां अते ट्राई स्टेट दीआं समुचियां संगतां दे सहयोग नाल जो हर साल श्री गुरु गोबिंद सिंह जी महाराज जी दा बख्शिश भरिया दिहाड़ा खालसा पंथ दा साजना दिवस विसाखी पुरब जो देश विदेश दीआं सिख संगतां वालों भावना सद मनाया जाता है गुरद्वारा सिख कल्चर सोसायटी वालों विशेष तौर पर अमेरिका की धरती न्यूयॉर्क विखे बड़ा वड्डा उपराला किया जाता है। मनहट्टन शहर के सिख डे परेड रूपी नगर कीर्तन कढ़िया जाता है जिस दे विच खालसे दे बोलबाले उजागर किए जाते हैं। वह मनहट्टन शहर जिन्हों कहिंदे कदे उसौंदा नहीं उत्थे दिन ही चढ़िया रहिंदा है। UNO का विशेष ऑफिस है मनहट्टन शहर के जिथे की हुई गल दुनिया के कोने कोने तक पहुँचती है। सो अपनी सिख आइडेंटिटी अपनी पहचान और अपने दिख नूं दिखाउण वास्ते असी हमेशा विशेष यतन करते हैं। गुरद्वारा सिख कल्चर सोसायटी वालों पिछले तकरीबन 4-5 महीनों तो लगातार इस कार्य की मेहनत शुरू कर दी जाती है ताकि ये जिहड़ा कार्ज है सिख डे परेड रूपी नगर कीर्तन
वो चढ़दियां कला साध निकले तो दुनिया के कोने कोने सिखी की आवाज़ जी है वो बुलंद होवे। असी सरबत का भला मंगण वाले हाँ, असी मानस की जात सभ्य एक पहचान पूरा नारा देने वाले हाँ। उस आदर्श को लैके गुरद्वारा सिख कल्चर सोसायटी वालों सिखडे परेड शुरू की थी। अज 30 साल हो गए ने, 30वीं सिखडे परेड है जी असी कढ़न वास्ते मनहट्टन शहर में जा रहे हाँ। देखो किन्ने चाह है कौम के अंदर और बसा जिहड़ियां ने भर के संगतां दीआं उत्थे जाणियां शुरू हो गईआं ने और उत्थे दूर दरेडे तो ट्राई स्टेट के सारिया गुरद्वारा प्रबंधक कमेटियां सैटियां सभावां पब्बा पार हो जाने कि यह जी स्टेज जी स्प्रेड है इनू असी वधिया तरीके दे नाल करिए। सो सारिया संगतां दा असी हार्दिक धन्नवाद करते हैं और सारिआं नूं बेनती करते हैं कि अरदास तो बाद आपां मनहट्टन पहुँचना। सारे आओ जिहड़े आ नहीं सकते हो मीडिया दे राहीं चढ़दी कला टाइम टीवी राहीं जो कि इत्थे भी अते इंडिया विच भी अते होर देशां दे विच भी दिखा रहे हैं। असी इन्हां वीरां दा भी धन्नवाद करते हैं इंडिया तो चेचे तौर के उत्ते साडी सिख डे परेड दा कवरेज करन वास्ते आए हैं उन्हां दी चढ़दी कला वास्ते अरदास। सारिआं नूं खालसा पंथ दे साजना दिवस दीआं वधाईआं। आओ सारे शमूलीयत करिए ते खुशियां प्राप्त करिए जी। वाहेगुरु जी का खालसा वाहेगुरु जी की फतेह। जिथे गुरुद्वारा साहब के हैड ग्रंथी साहब सिंह साहब ज्ञानी भुपिंदर सिंह जी ने आप जी ने सारे सिख डे परेड बारे दसिया, मैं चाहवागा कि इतों दिया सारिया सिंह सभावान तो इतों के जिन्हें गुरद्वारा साहबान जिन्हिया सिख सोसायटिया के नाल जड़े इतने के नुमाइंदगी कर रहे हैं प्रधान साहब सरदार कुलदीप सिंह जी ढिलों वो साढ़े नाल ने भी आप जी फतेह सांझी करन। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। सब तो पहला समुचे जगत को खालसा के साजना दिवस दियाँ लख लख वधाइया जी। जो आप देख रहे हो सिख डे परेड 30वीं सिख डे परेड है जो कि सिख सोसायटी के संयोग नाल समुचिया सभावां जथेबंदियां गुरु घर दीआं कमेटियां सारियां रल मिल के इस परेड नूं जो 30वीं परेड है कामयाब करन विच संयोग पा रही हैं। असीं इन्हां दे भी बहुत बहुत जथेबंदियों के धन्नवादी हाँ। जिस तरह बाबा जी ने सारी डिटेल विच दस दिता है इसे तरह ही तुसीं देख रहे हो कि अज जो मनहट्टन विच सिखां दी चढ़दी कला वास्ते असीं खालसा पंथ सारा उत्थे पहुँच रहा है। उत्थे उस दे नाल नाल ही जो मेयर हन डी बलासियो वह भी पहुँच रहे हैं। समुची जो पोलिटिकल न्यूयॉर्क की और अमेरिका की वर्ल्ड की पोलिटिकल लीडरशिप है वह भी उत्थे पहुँच रही है क्योंकि असीं यह चाहते हाँ कि जे सिखी का जो काज है वो चढ़दी कला में होवे तां कि पता लग सके दुनिया नूं कि सिख कौम किड्डी वड्डी गिनती विच अज बाहरले देशां विच कामयाब हो चुकी है। आप जी नूं यह भी पता है कि जो विसाखी डे है उस नूं इत्थों दी गवर्नमेंट ने रेकोनाइज कर दिता है। यह भी सिखां दी बहुत ही वड्डी एक प्राप्ति है। असी आप जी नूं सब जो टीवी वेख रहे हैं खालसा पंथ दीआं लख लख वधाइयां दिंदे हां जी। नाल ही जो चढ़दी कला टीवी उचेचे तौर पर साडे ये वीर इत्थे कवरेज कर लई पहुंचे हैं इन्हां नूं जीआं भी कहिंदे हां अते आस रखदे हां जो ये टीवी चैनल है सिख कौम दा टीवी चैनल है इसे तरह ही चढ़दी कला विच जो साडे सिखी दे कारज हन इन्हां नूं कवरेज देंदे रहणगे। वाहिगुरू जी का खालसा वाहिगुरू जी की फतेह। चढ़दी कला दे दर्शक जिथे रोज़ सवेरे गुरद्वारा श्री बंगला साहब नवीं दिल्ली तो सीधा प्रसारण वेखते हैं तहत श्री हरिमंदर जी पटना साहब तो सीधा प्रसारण वेखते हैं आने वाले समय में सचखंड श्री हेमकुंड साहब तो सीधा प्रसारण के दर्शन करेंगे उत्थे ही हुण चढ़दी कला टाइम टीवी विश्व के कोने कोने पहुँच के जिथे जिथे भी सिख संगतान की मंग के उत्ते असी जो सेवा निभा सकते हैं वह पूरी करने की कोशिश करा इतें ही सिख वक्री सिख आइडेंटिटी दे लई जो विश्व भर के अपनी जंग जिन्होंने जारी की हुई है मेरे नाल सरदार अवतार सिंह जी पन्नू खड़े हैं जो सिख्स फॉर जस्टिस के प्रधान हैं अते दुनिया भर के जिथे किधरे भी सिखां नूं किसी तरह की भी अपनी आइडेंटिटी दे नाल रिलेटिड कोई भी परेशानी आती है वह सब तो पहले मूहरे हो के कानूनी तौर पर जो लड़ाइया होंदिया हैं वह लड़ते हैं। सरदार अवतार सिंह जी आप जी भी इतने खास तौर पर पहुंचे हो अज की सिख डे परेड जो इतने हो रही है आप जी को लख लख वधाई होवे। आप जी की कहना चाहोगे? वाहेगुरू जी का खालसा वाहेगुरू जी की फतेह। सब तो पहला मैं समुची सिख कौम ते दुनिया के हर कोने दे विच वसदे पंजाबियों खालसा साजना दिवस की लख लख मुबारकबाद दिंदा हाँ। इस मौके के उत्ते गुरु गोबिंद सिंह जी महाराज ने लताड़े हुए उन्होंने लोगों एक अहम मुद्दा दे के एक उन्हां दी आज़ादी वास्ते उन्होंने अपनी आवाज़ बुलंद करने वास्ते खालसा पंथ साजिया सी। इसे ही कड़ी नूं अगे तोरदे हां मैं समझदा हाँ चढ़दी कला टाइम टीवी
इंडिया के उत्तों इस चीज़ को लाइव करने वास्ते इतने पहुँचा है। इस परेड दी जिहड़ियां गूंजां ने वो मैं समझदा हाँ दुनिया के हर कोने दे विच बड़ी शानो शौक दे नाल कढ़ रहियां हन। यह 30वीं सिख डे परेड जिहड़ी कि खालसा साजना दिवस नूं समर्पित है। इस दिन के उत्ते जिहड़ी अमेरिका की कांग्रेस है उस दे विच यह मता पास करके ये सानू रैकोनाइज किया गया खालसा नैशनल डे के नाँ के उत्ते। मैं समुची संगत का धन्यवाद करता हाँ, समुचे मीडिया का, गुरद्वारा सिख कल्चर सोसायटी की समुची टीम का, टाइम टीवी चढ़ती कला टीवी टाइम टीवी का भी धन्यवाद करता हाँ। वाहेगुरु जी का खालसा वाहेगुरु जी की फतेह। सो आप जी देख रहे सी सिख डे परेड का आयोजन न्यूयॉर्क के रिचमंड हिल स्टेशन तो गुरद्वारा सिख कल्चर सोसायटी तो सिख डे परेड का सीधा प्रसारण किया जा रहा है। चढ़दी कला टाइम टीवी के डायरैक्टर सरदार हरप्रीत सिंह गर्दी उत्थे मौजूद ने, जिन्ह ने उत्थे वसदे सिख भाईचारे नाल खास तौर पर जिन्हों वालों इसलिए अपना सहयोग दिते जा रहे उन्होंने गलबात की। तो आओ जानते हैं कि सिख कल्चर सोसायटी वालों जो खास उपराला किया गया है वो बारे साडे जो आए दे ने इत्थे स्टूडियो मौजूद ने गैसट उन्हों का की कहना। मैं सब तो पहला ये गल कहनी चाहता कि जिवें आपां हुणे उत्थे गुरद्वारा साहब के प्रधान साहब सरदार कुलदीप सिंह होना दे ते उत्थों दे हैड ग्रंथी साहब ज्ञानी भुपिंदर सिंह होना दे विचार सुने ने, और जो सिख फॉर जस्टिस दे प्रधान अवतार सिंह पन्नू होना ने दस्या है कि उत्थों दी जिहड़ी यूएसए दी कांग्रेस है उन्होंने जिहड़ा ये मता पास करके इनू जिहड़ा है खालसा नैशनल डे के तौर पर मनाउण दा जो मता पास किया है ये सिख पंथ के लिए बहुत ज़्यादा माण दी और खुशी की गल मनी जानी चाहिदी है। और जो गुरु महाराज का उपदेश है, जो गुरु महाराज ने सिद्धांत दिता है खालसा पंथ साज के, उहदा सारा हौली हौली इस तरह ही गुरु महाराज की कृपा दे नाल संसार ते बोलबाला हुण जा रहा ते हो रहा दिनों दिन। इस तरह ही इस तो बिना जिहड़े होर भी दुनिया के वड्डे देश ते शहर ने कनेडा अमेरिका उत्थे भी इस तरह ही जिहड़े सिख ने वो वड्डे पद्धर ते जिहड़े ने नगर कीर्तन मना रहे ने। सिखां लई माण वाली गल ही है कि कनेडा वर्गी वड्डे देश ने एक जिहड़ा गुरसिख अमृतारी चढ़दी कला वाले नेमी प्रेमी गुरु घर के श्रद्धालु सिख सरदार सज्जन सिंह जी होना नूं उत्थों दे रक्षा मंत्री बनाया है और इन्हां दिनां दे विच इंडिया आए हुए ने और उहदे नाल दुनिया दे विच सिखां दा बहुत वड्डा जिहड़ा मैसेज है सिखां दे बारे जिहड़ा पार प्रचार प्रसार सिख होर वसीलियां दे राहीं करना चाहुंदे सी उह सज्जन सिंह दे उस अहुदे ते बैठण दे नाल बहुत सारिया सानू लग रहा कि सिखां दीआं समस्यावां जिहड़ियां वो अपने आप ही हल होण जा रहीआं ने। ते इस तरह ही ये जिहड़े विदेशां दे विच सिख गए ने इन्हां ने उत्थे जा के अपनी दसां नवां दी किरत कमाई करन दे नाल नाल जिहड़ा सिख पंथ दा खालसे दा बोलबाला है उहनूं प्रचंड रूप दे विच होर उच्चा करन वास्ते ये जिहड़ा रोल निभा रहे ने वो बहुत ज़्यादा शलाघाजोग आ और सानू बहुत ज़्यादा खुशी हो रही आ और साडे वल्लों भी दुनिया भर दीआं समूह संगतां नूं बहुत बहुत मुबारक। हरी सिंह चमक जी तुहाडा इहदे बारे की कहना कि जो उत्थे सिख भाईचारा वस रहा है उन्हां नूं किस तरह दीआं मुश्किलां पेश आ रहीआं ने उत्थे और जिहड़े सिख साडे वसदे। वैसे जे देखिआ जावे तां सिखी पंजाब नालों बाहर पक्की है जी, पर उहदे विच जिहड़ी सानूं दिक्कत आ रही है सिखां दे उत्ते हमले हो रहे हैं जी उह इह नहीं मतलब कदी का कुछ तां है कि जिहड़े तालिबान करके साडी शकल उहनां दे नाल मिलदी सीगी ते उहनां दे करके कहिंदे वी शायद इह मुसलमान है उहदा करके हुंदी सी, पर इह जिहड़ी हो रहे अपने सिख परेड हो रही है भावें अमरीका हो रही उन्हें न्यूयॉर्क भावें शहरी तो कनेडा च हो रही है इन्होंने साड़ी पछाण है जी दुनिया के जा रही है सिख तो मुसलमान का वो फर्क है। एक जो हमले होने का कारण है ये हमले होने का कारण यह जरूर नहीं भी मतलब साड़ी पछाण करके एक कुछ जैलसी है बहरले लोग जो ना ईरखा करते भी जोड़े बंदे साढ़े को आ गए गल भी ठीक है बंदे इतने जोड़े बंदे गरीब से बहुत मेहनती सके भुखे मरते सो जाके उत्थे राज करन लगे क्योंकि जिहड़ा पंजाबी दे विच है सिखां दे विच खास करके जिहड़ा ये मेहनत करन दा जिहड़ा खून दे विच रचा होया ना मेहनत करदे भुखे मरदे उत्थे जाके राजे बने हुए हैं। कल मैं पढ़िया कहिंदा भी असीं मैनूं एक सिख व्हाट्सएप ते आया सीगा उह कहिंदा भी मैं अंग्रेज़ कहिंदा सी जे मेरी नौकरी करनी है तां दाढ़ी केस मना दे कहिंदा मैं दाढ़ी केस मनाया अज 50 गोरे मेरे अंडर कम करदे आ इह सिख दी पछाण है सिख मेहनत करके जिहड़े कम करदे आ ना ये सिख उत्थे जाके
कामयाब होंगे वो हमले भी इसे करके होंगे भी तुम सानू इतने गरीब बनाता तो आप तुम अमीर बन गए ये जैलसी भी हैगी। बाकी जो प्रचार का साधन है मैं कहता भी सारे देश के होना चाहिए जिमें हरजीत कश्मीर सिंह ने दसिया हरजीत सिंह सज्जन जेड़े बड़ा माण दिता सिखी को डिफेंस मिनिस्टर बनाया अमरीका बनाने से कनेडा के बनाया वह जरा सरूप देखो वो नाले सिख होने करके भी मतलब कुछ उन्होंने मतलब उन्होंने टारगेट बनाया गया पर भी कुछ ना कुछ मतलब गल् किसिया गई उन्होंने सिखी करके थोड़ा जलील किया गया इसी करके किया गया उसे पछाणता है भी गुरसिख है बंदा अमृतधारी सिख है पर इसी करके भी मतलब छोटे जे घराने तो एडा उच्चा चढ़ गया तो यह जैलसी करते हैं तो पर सिखी का जिते बड़ा भावें जैलसी कर हूँ सिख परेड ये कर रहे हैं सारे साथी ने दसा है सारे बराबर है सिखी के जो सिखी सिद्धांत है मानसिक जात सब एक है पहचान पहचान वो ये गरीबी अमीरी सब बराबर चलते हैं सारे बराबर लंगर छका तो सारे बराबर बिठा के छका भावें अमीर है भावें गरीब है भावें व्डा है भावें छोटा है ये मेरा एक सुझाव है मत ज प्रचार करते हैं गैदरिंग होंगी है इन्नी दुनिया आँदी है ये अपना लिटरेचर भी बनना चाहिए इस मौके के उत्ते जो खेडा कराइया जान या कल्चर प्रोग्राम होवे भी मतलब कुछ साडा जो मैसेज बहुत ज़्यादा जाता खास करके विसाखी के टाइम के उत्ते भंगड़ा जरूर पाया जाता जेडे हम इतने अपने पंजाब के भी भंगड़ा जरूर चलता भंगड़े के नाल लोग खिंचे जाते हैं वो बड़ी अट्रैक्टिव बड़ी दिलकश आइटम है जी भंगड़ा भावें ढोल वजदा भावें बंदे नचते हैं भंगड़ा पाते हैं जिन्होंने नहीं भी होंगे भंगड़े बारे ज्ञान वह भी नचन लग जाते हैं वह साडा जो साहित्यक है विंग है जरा वह नरो होवे ये साडा जो सिखी का प्रचार जो सिखी का सुनेहा सा सत समुद्रों पार भी जाता दूर दूर तक जाता सिखी फैलती है ये बहुत वधिया उपराला जरा सिख संगत ने अमरीका ने किया है तो इस तरह के जेडे नगर कीर्तन है सिखी पर सिख परेड है जी सारे देशों के सिखों उ जोड़े साढ़े सिख संघ गए हुए हैं उन्होंने उपराले करके सारे देशों के परेडा करनी चाहिए ये साडा सुनेहा सिखी का जरा खास करके नौजवान पीढ़ी वास्ते जी अजक अलंक कलंक लग्या हुआ पंजाब खास करके जो नशे के मगर पे हुए हैं जिस तरह के परेडा हो इस तरह के प्रचार हो गुरु घर के आ सकते हैं गुरु के नाल लग सकते हैं तो नशे से दूर हो सकते हैं सिखी का प्रचार तो प्रसार बद तो बद हो सकता है जी। बहुत वड़िया गल है कि सिखी दे प्रचार प्रसार लिए बहुत वड्डा उपराला किया गया उतों की सिख संगत वालों तो साढ़े नाल उत्थे मौजूद ने हरप्रीत सिंह दर्दी जो उतों की सिख संगत नाल राबता कायम कर रहे हैं तो आओ वेखते हैं उतों का नज़ारा। असी जिथे हुणे अरदास तो बाद चो नगर कीर्तन की शुरुआत होनी है सारिया संगतां ने मैनहैटन डाउनटाउन न्यूयॉर्क विखे पहुँचना है साढ़े नाल इत्थे गुरद्वारा सिख कल्चर सोसाइटी के कोआर्डीनेटर ने जेडे ये सारी कोआर्डीनेशन चल रही है सिख डे परेड की भाई साहब भाई गुरदेव सिंह जी कान जी वाहिगुरु जी का खालसा वाहिगुरु जी की फतेह। साध संगत जी जिस तरह के आप जानते हो कि अज गुरद्वारा सिख सोसायटी समूह गुरद्वारा प्रबंधक कमेटियां पंथक जथेबंदियों के सहयोग के नाल जो 30वीं सिख डे परेड आ मैनहैटन शहर न्यूयॉर्क विखे कढ़ी जा रही आ समूह संगतां नूं खालसे दे दिवस की स्थापना दिवस की लख लख वधाई। श्री गुरु गोबिंद सिंह जी महाराज ने जो खालसा पंथ साजा साडी सिख कौम नूं जो संसार दे उत्ते क्रिएशन ऑफ खालसा का नाम आया मैं समूह सिख जगत नूं अज लख लख वधाई दिंदा हाँ। तो चेचे तौर पर मैं अज जो ये मैनहैटन दे विच जो सिखां दी मैं समझदा कि साढ़े सरू वर्ल्ड दे विच सिखां दी ये प्राप्ति आ कि असी अपनी कौम अपने असं कह सकते हैं बद आप जी को बहुत बहुत बधाई हो कहना चाहोगे। हाँ जी वाहेगुरू जी का खालसा वाहेगुरू जी की फतेह। मैं इस परेड 30वीं परेड से पहली तो ला के 30 परेड अटेंड की ने जो भी मेरे उस दिन तो मैं खालसा पंथ में चढ़ती कला की बधाई देना हाँ पुजिए हैं साढ़े नाल खड़े हैं सरदार कुलवंत सिंह जी जो कि प्रधान हैं बाबा प्रेम सिंह जी की याद के जो सोसायटी इतने बनी है उन्होंने आप जी वालों जरूर करते संगत सिखा की यूनिटी का प्रतीक है सिख दे परेड जो इन्नी बारिश के संगत इतने पहुंचे हैं बच्चे बच्चिया नौजवान पहुंचे हैं बजुर्ग पहुंचे हैं आप जी वो की कहना। हाँ जी वाहगुरु जी का खालसा वाहगुरु जी की फतेह। ये सब गुरु महाराज की सब बख्शिश और देन है जिड़ी कि सो कौम आप ही चाहे मीह हो किसान हो कट्ठा हो जिते गुरु महाराज का प्रकाश ये सिख कौम लिए मैगा जी दसवें पातशाह ने पंथ खालसा साजा सी हमेशा ही चढ़ती कला चलता है ये चढ़ती कला का प्रतीक है जी।
ਮਹਾਰਾ ਸੱਚੇ ਪਾਤਸ਼ਾਹ ਇਸਾ ਹੀ ਇਸੇ ਟਾਈਮ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਚੜ੍ਹਦੀ ਕਲਾ ਦੇ ਪੱਤੇ ਜੀ ਸਿੱਧੇ ਚੱਲਦੇ ਰਹਿਣ ਚਾਹੇ ਮੀਂਹ ਹਨੇਰੀ ਝੱਖਾ ਲਾਉਂਦੇ ਰਹਿਣ ਇਸੇ ਟਾਈਮ ਇੱਦਾਂ ਹੀ ਵਧੇ ਫੁੱਲੇ ਚੜ੍ਹਦੇ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਉਹ 30 ਸਾਲ ਤੋਂ ਇੱਦਾਂ ਹੀ ਚੱਲ ਰਿਹਾ ਬੜੀ ਵਧੀ ਦੇਖਿਆ ਮੀਂਹ ਵੀ ਆਏ ਨੇ ਮੇਰੀਆਂ ਆਈਆਂ ਤਾਂ ਉਹ ਸੰਗਤ ਮਹਾਰਾਜ ਦਾ ਔਰ ਲੈ ਕੇ ਖੜੀ ਹੁੰਦੀ ਹੈ ਦੇਖੋ ਤੁਸੀਂ ਸਾਹਮਣੇ ਸਭ ਲੋਕ ਜਿਹੜੇ ਖੜੇ ਹੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸੇ ਪੰਥ ਦੀਆਂ ਆਪ ਸਰਬਤ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਖਾਲਸਾ ਸਕੂਲ ਕੁਈਨਸ ਵਿਲੇਜ ਨਿਊਯਾਰਕ ਵੱਲੋਂ ਇਹ ਛੋਟੇ ਛੋਟੇ ਬੱਚੇ ਇਹ ਸਾਰੇ ਖਾਲਸਾ ਸਕੂਲ ਦੇ ਵਿਦਿਆਰਥੀ ਨੇ ਜੋ ਖਾਲਸਾ ਸਕੂਲ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਚਲਾਇਆ ਜਾ ਰਿਹਾ ਹੈ ਬੱਚੇ ਅੱਜ ਦੀ ਸਿੱਖ ਡੇ ਪਰੇਡ ਬਾਰੇ ਤੁਹਾਨੂੰ ਕੀ ਪਤਾ ਸਾਨੂੰ ਪਤਾ ਆਪਾਂ ਰੈਪ੍ਰਜੈਂਟ ਕਰਦੇ ਹਾਂ ਸਾਡੀ ਸਿੱਖ ਦੀ ਸਾਡੀ ਪਛਾਣ ਆਪਾਂ ਰੈਪ੍ਰਜੈਂਟ ਕਰਦੇ ਹਾਂ ਸਿੱਖਾਂ ਦੀ ਪਹਿਚਾਣ ਨੂੰ ਰੈਪ੍ਰਜੈਂਟ ਕਰਦੇ ਹਾਂ ਸਿੱਖ ਡੇ ਪਰੇਡ ਕਿਉਂ ਮਨਾਇਆ ਜਾ ਰਿਹਾ ਇੱਕ ਤਾਂ ਸਿੱਖਾਂ ਦੀ ਪਹਿਚਾਣ ਨੂੰ ਰੈਪ੍ਰਜੈਂਟ ਕਰ ਰਿਹਾ ਵਿਸਾਖੀ ਦੀਆਂ ਸੰਗਤਾਂ ਨੂੰ ਇੱਥੇ ਤੁਸੀਂ ਕਿਹਾ ਵੀ ਲੱਖ ਲੱਖ ਵਧਾਈ ਅਤੇ ਇਹ ਕਿਉਂ ਮਨਾਇਆ ਜਾਂਦਾ ਵਿਸਾਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਨੂੰ ਚੁਣਿਆ ਸੀ 1699 April 13 ਵਿਸਾਖੀ ਦੀ ਵਾਹ ਜੀ ਵਾਹ ਦੇਖੋ ਬੱਚਿਆਂ ਨੂੰ ਭਾਵੇਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਨੇ ਆਪਣੇ ਵਿਰਸੇ ਨਾਲ ਜੁੜੇ ਹਨ ਬੱਚਿਆਂ ਨੂੰ ਪਤਾ ਹੈ ਕਿ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਾਜਨਾ ਕੀਤੀ ਗਈ ਸੀ ਛੋਟੇ ਛੋਟੇ ਬੱਚੇ ਬੱਚੀਆਂ ਇੱਥੇ ਛੋਟੇ ਛੋਟੇ ਨਿਸ਼ਾਨ ਸਾਹਿਬ ਲੈ ਕੇ ਪਹੁੰਚੇ ਹਨ ਬੜਾ ਹੀ ਜੋਸ਼ ਉਤਸ਼ਾਹ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇੱਕ ਪਾਸੇ ਅਮਰੀਕਾ ਦਾ ਝੰਡਾ ਦੂਜੇ ਪਾਸੇ ਨਿਸ਼ਾਨ ਸਾਹਿਬ ਜੋ ਹਨ ਸੋ ਆਪ ਜੀ ਦੇਖ ਰਹੇ ਹੋ ਸਿੱਖ ਡੇ ਪਰੇਡ ਦਾ ਸਿੱਧਾ ਪ੍ਰਸਾਰਣ ਸਰਦਾਰ ਹਰਪ੍ਰੀਤ ਸਿੰਘ ਦਰਦੀ ਉੱਥੇ ਮੌਜੂਦ ਨੇ ਸਿੱਖ ਸੰਗਤ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਮਨਦੀਪ ਕੌਰ ਖਾਲਸਾ ਜੀ ਜਿਸ ਤਰ੍ਹਾਂ ਉੱਥੇ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤ ਨੌਜਵਾਨ ਪੀੜ੍ਹੀ ਬਜ਼ੁਰਗ ਬੱਚੇ ਕਾਫੀ ਉੱਥੇ ਸ਼ਾਮਿਲ ਨੇ ਸਿੱਖ ਡੇ ਪਰੇਡ ਵਿੱਚ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਉੱਥੋਂ ਦੀ ਸਿੱਖ ਸੰਗਤ ਵਿੱਚ ਇੰਨਾ ਉਤਸ਼ਾਹ ਪਾਇਆ ਜਾ ਰਿਹਾ ਬਿਲਕੁਲ ਜੀ ਵੈਸੇ ਤਾਂ ਪੰਜਾਬ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਆਪਣੇ ਸਿੱਖ ਪ੍ਰੋਗਰਾਮ ਹੋਣ ਨਗਰ ਕੀਰਤਨ ਹੋਣ ਪਰ ਜਦੋਂ ਵਿਦੇਸ਼ਾਂ ਦੀ ਧਰਤੀ ਵਿੱਚ ਇਹੋ ਜਿਹੇ ਸਮਾਗਮ ਹੁੰਦੇ ਨੇ ਨਾ ਤਾਂ ਕੁਛ ਜ਼ਿਆਦਾ ਉਤਸ਼ਾਹ ਵੱਧ ਜਾਂਦਾ ਜਿਵੇਂ ਹੁਣ ਆਪਾਂ ਦੇਖ ਰਹੇ ਸੀ ਕਿ ਬਾਰਿਸ਼ ਵੀ ਸਟਾਰਟ ਹੋ ਰਹੀ ਹੈ ਉੱਥੇ ਤੇ ਬਾਅਦ ਦੇ ਵਿੱਚ ਵੀ ਕਿੰਨੇ ਉਤਸ਼ਾਹ ਹਾਂਜੀ ਬਾਰਿਸ਼ ਹੋ ਰਹੀ ਹੈ ਫਿਰ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜਿਹੜੇ ਸ਼ਾਮਿਲ ਹੋ ਰਹੀ ਹੈ ਸੰਗਤ ਛੋਟੇ ਛੋਟੇ ਬੱਚਿਆਂ ਵਿੱਚ ਵੀ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਜਿਵੇਂ ਖਾਲਸਾ ਸਕੂਲ ਦੇ ਬੱਚਿਆਂ ਨਾਲ ਗੱਲ ਕਰ ਰਹੇ ਸੀ ਹਰਪ੍ਰੀਤ ਸਿੰਘ ਜੀ ਤਾਂ ਛੋਟੇ ਛੋਟੇ ਬੱਚੇ ਨੂੰ ਵੀ ਪਤਾ ਕਿ ਅਸੀਂ ਅੱਜ ਕਿਉਂ ਆਏ ਹਾਂ ਅਸੀਂ ਅੱਜ ਖਾਲਸਾ ਸਾਜਨਾ ਦਿਵਸ ਕਰਕੇ ਆਏ ਹਾਂ ਅਸੀਂ ਆਪਣੀ ਵੱਖਰੀ ਪਛਾਣ ਆ ਸਾਡੀ ਅਸੀਂ ਉਹਨੂੰ ਪ੍ਰਗਟ ਕਰਨ ਵਾਸਤੇ ਆਏ ਹਾਂ ਅਸੀਂ ਦੁਨੀਆਂ ਨੂੰ ਦਿਖਾਉਣ ਆਏ ਕਿ ਹਾਂ ਸਿੱਖ ਵੱਖਰੀ ਕੌਮ ਹੈ ਬੜਾ ਉਤਸ਼ਾਹ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੀ ਨੇ ਪਾਲਕੀ ਸਾਹਿਬ ਵੀ ਆ ਇੱਥੇ ਮੌਜੂਦ ਆ ਮਹਾਰਾਜ ਨਾਲ ਨਾਲ ਜਾ ਰਹੇ ਨੇ ਨਾਲ ਨਾਲ ਸੰਗਤ ਜਾ ਰਹੀ ਹੈ ਨਾਲ ਨਾਲ ਗਤਕਾ ਪਾਰਟੀਆਂ ਹੋਰ ਵੀ ਜਿਵੇਂ ਕਹਿ ਰਹੇ ਸੀ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਤਾਂ ਚਲੋ ਹੈ ਹੀ ਹੈ ਪਰ ਖਾਲਸਾ ਸਾਜਨਾ ਦਿਵਸ ਦੀ ਪਛਾਣ ਤਾਂ ਗਤਕੇ ਨਾਲ ਹੀ ਹੁੰਦੀ ਹੈ ਜੀ ਸਿੱਖਾਂ ਦੇ ਲਈ ਤਾਂ ਗਤਕਾ ਹੀ ਮਾਰਸ਼ਲ ਆਰਟ ਹੈ ਗਤਕਾ ਹੀ ਮਨੋਰੰਜਨ ਹੈ ਜੋ ਵੀ ਅਸੀਂ ਆਪਣੀਆਂ ਅੰਦਰੀਆਂ ਭਾਵਨਾਵਾਂ ਨੂੰ ਜੋ ਅਸੀਂ ਪ੍ਰਗਟ ਕਰਦੇ ਹਾਂ ਸਰੀਰਕ ਕਿਰਿਆ ਆਟੋਮੈਟਿਕਲੀ ਹੀ ਫਿਰ ਜੋਸ਼ ਵਾਲੀ ਹੁੰਦੀ ਹੈ ਜਦੋਂ ਅਸੀਂ ਸ਼ਸਤਰਾਂ ਦੇ ਨਾਲ ਸ਼ਸਤਰਾਂ ਦਾ ਅਭਿਆਸ ਕਰਦੇ ਹਾਂ ਨਾਲੇ ਸਾਡੀ ਖੁਸ਼ੀ ਪ੍ਰਗਟ ਹੋ ਜਾਂਦੀ ਹੈ ਅਤੇ ਨਾਲੇ ਸਾਡੀ ਜਿਹੜੀ ਅੰਦਰਲੀ ਖੁਸ਼ੀ ਜਿਹੜੀ ਹੈ ਬਾਹਰ ਵੀ ਆ ਜਾਂਦੀ ਹੈ ਅਤੇ ਸਿੱਖਾਂ ਨੂੰ ਵੀ ਇਹਦੇ ਨਾਲ ਜਿਹੜੀ ਪ੍ਰੇਰਨਾ ਮਿਲਦੀ ਹੈ ਕਿ ਸਿੱਖਾਂ ਦਾ ਜਿਹੜਾ ਮਾਰਸ਼ਲ ਆਰਟ ਉਹ ਗਤਕਾ ਹੀ ਹੈ ਅਤੇ ਗਤਕੇ ਦੀਆਂ ਟੀਮਾਂ ਵੀ ਆਪਾਂ ਅੱਗੇ ਦੇਖਾਂਗੇ ਪ੍ਰਦਰਸ਼ਨ ਕਰਨੀ ਹੈ ਜਿਹਦੇ ਵਿੱਚ ਮਾਰਸ਼ਲ ਆਰਟ ਸੋ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਵੱਡਾ ਉਪਰਾਲਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਹਰੀ ਸਿੰਘ ਚਮਕ ਜੀ ਪੰਜਾਬ ਵਿੱਚ ਵਸਦੇ ਸਿੱਖਾਂ ਨੂੰ ਕਿਸ ਤਰ੍ਹਾਂ ਸੇਧ ਲੈਣੀ ਚਾਹੀਦੀ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਵਸਦੇ ਸਿੱਖਾਂ ਨੂੰ ਵੈਸੇ ਹੈ ਤਾਂ ਨਮੋਸ਼ੀ ਵਾਲੀ ਗੱਲ ਹੈ ਵੀ ਜੇ ਜਿਹੜੀ ਸਿੱਖੀ ਹੈ ਪੈਦਾ ਪੰਜਾਬ ਦੇ ਵਿੱਚ ਹੋਈ ਹੈ ਅਤੇ ਜਿਵੇਂ ਵੱਡਾ ਬੋਹੜ ਦਾ ਦਰਖਤ ਹੁੰਦਾ ਨਾ ਜਿੱਥੇ ਪੈਦਾ ਹੁੰਦਾ ਹੈ ਉਹ ਜੜ੍ਹਾਂ ਹਵਾਈ ਜੜ੍ਹਾਂ ਲੱਗ ਲੱਗ ਲਾ ਕੇ ਕਿਤੇ ਦੂਰ ਤੱਕ ਛਾਂ ਕਰਦਾ ਉਹਦੇ ਜੜ੍ਹਾਂ ਖੋਖਲੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਖੋਖਲੀਆਂ ਹੋ ਰਹੀਆਂ ਜੜ੍ਹਾਂ ਉਹ ਜਿਵੇਂ ਪਹਿਲਾਂ ਕਿਹਾ ਸੀ ਨਸ਼ਾ ਭਾਰੂ ਹੋਇਆ ਅਤੇ ਇਹ ਸਾਡੇ ਲੀਡਰਾਂ ਦੀ ਅਤੇ ਸਾਡੇ ਪੇਰੈਂਟਸ ਬੱਚਿਆਂ ਨੂੰ ਖਾਸ ਕਰਕੇ ਜਿਵੇਂ ਦੇਖਿਆ ਦਿਖਾ ਰਹੇ ਸੀਗੇ ਉੱਥੇ ਬੱਚਿਆਂ ਨੂੰ ਜ਼ਿਆਦਾ ਉਤਸ਼ਾਹ ਹੈ ਇੱਥੇ ਬੱਚੇ ਥੋੜ੍ਹੇ ਜਿਹੇ ਗੁੰਮਰਾਹ ਹੋਏ ਹੋਏ ਜਾਂ ਤਾਂ ਗਾਈਡੈਂਸ ਨੇ ਪੇਰੈਂਟਸ ਦੀ ਨਹੀਂ ਜਾਂ ਉਹਨਾਂ ਦੀ ਮਤਲਬ ਸਾਡੇ ਜਿਹੜੇ ਰਹਿਨੁਮਾ ਹੈ ਜਿਹੜੇ ਉਹ ਮਤਲਬ ਇਸ ਗੱਲ ਨੂੰ ਇਸ ਚੀਜ਼ ਨੂੰ ਜ਼ਿਆਦਾ ਮਹੱਤਵ ਦਿੰਦੇ ਬਸ ਅਸੀਂ ਜਾਂਦੇ ਹਾਂ ਹੁਣ ਵਿਸਾਖੀ ਇੱਥੇ ਬਹੁਤ ਘੱਟ ਵੀ ਭਰਦੀ ਹੈ ਜਾਂਦੇ ਹਾਂ ਬਸ ਦੁਕਾਨਾਂ ਦੇ ਉੱਤੇ ਪਕੌੜੇ ਖਾ ਕੇ ਮੁੜ ਆਉਂਦੇ ਹਾਂ ਉੱਥੇ ਨਾ ਤਾਂ ਕੋਈ ਨਗਰ ਕੀਰਤਨ ਦਾ ਸੰਬੰਧ ਹੈ ਨਾ ਕੋਈ ਇੱਥੇ ਕੋਈ ਦੀਵਾਨ ਲੱਗਦਾ ਨਾ ਕੋਈ ਮਤਲਬ ਲੋਕਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਜਿਵੇਂ ਪਹਿਲਾਂ ਵੀ ਕਿਹਾ ਸੀ ਮੈਂ ਜਿਵੇਂ ਜਿਹੜਾ ਦੱਸਿਆ ਮਨਦੀਪ ਕੌਰ ਨੇ ਗੱਤਕਾ ਜ਼ਰੂਰੀ ਹੋਣਾ ਚਾਹੀਦਾ ਸਾਡਾ ਮਾਰਸ਼ਲ ਆਰਟ ਹੈ ਨਾ ਸਾਡੇ 'ਚ ਜੋਸ਼ ਵੀ ਜਾਂਦਾ ਅਤੇ ਸਾਡੀ ਐਕਸਰਸਾਈਜ਼ ਵੀ ਹੁੰਦੀ ਹੈ ਗੱਤਕਾ ਖੇਡਣ ਤੋਂ ਪਹਿਲਾਂ ਉਹਦੇ
ਮਤਲਬ ਜਾਂ ਕਹਿੰਦੇ ਨਾ ਸ਼ਸਤਰਾਂ ਦੀ ਪੂਜਾ ਕਰਨੀ ਹੈ, ਅਸਲ ਦੇ ਵਿੱਚ ਉਹ ਸ਼ਸਤਰਾਂ ਦੀ ਪੂਜਾ ਅਤੇ ਵਾਰਮ ਅਪ ਹੁੰਦਾ ਸੀਗਾ, ਜਿਵੇਂ ਆਪਾਂ ਕੋਈ ਕੋਈ ਕਰਨੀ ਉਹ ਗੇਮ ਖੇਡਦੇ ਉਹਦੇ ਵਾਰਮ ਅਪ ਹੋਣਾ ਜ਼ਰੂਰੀ ਹੈ, ਉਹਦੇ ਨਾਲ ਜਿਵੇਂ ਦੇਖਦੇ ਹਾਂ ਸ਼ਸਤਰਾਂ ਦੀ ਪੂਜਾ ਕਰਦੇ ਜਾਂ ਵਾਰਮ ਅਪ, ਉਹਦੇ ਨਾਲ ਬਹੁਤ ਜੋਸ਼ ਚੜ੍ਹਦਾ, ਉਹਦੇ ਨਾਲ ਫਿਰ ਗੱਤਕੇ ਦੇ ਜੋਸ਼ ਚੜ੍ਹਦਾ ਅਤੇ ਗੱਤਕੇ ਦੇ ਜੋਸ਼ ਦੇ ਨਾਲ ਫਿਰ ਬੰਦੇ ਨੂੰ ਥੋੜ੍ਹੇ ਮਨੋਬਲ ਜਿਹੜਾ ਉੱਚਾ ਹੁੰਦਾ ਉਹਦੇ ਵਿੱਚ ਸੈਲਫ ਕੰਫੀਡੈਂਸ ਬਹੁਤ ਆਉਂਦਾ, ਇਹ ਗੱਤਕਾ ਵੀ ਜ਼ਰੂਰੀ ਹੈ, ਗੇਮਾਂ ਹੋਣ ਅਤੇ ਆਪਣਾ ਸੱਭਿਆਚਾਰਕ ਪ੍ਰੋਗਰਾਮ ਹੋ ਗਏ, ਬੜਾ ਵਧੀਆ ਗਜ਼ਲ ਗਾਉਂਦੀ ਆ ਜਿਹੜੇ ਮਤਲਬ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਨਾ, ਡਰਾਮੇ ਵਗੈਰਾ ਨਾਟਕ ਵਗੈਰਾ ਕਰਦੇ ਆ, ਉਹਨਾਂ ਨੂੰ ਦਰਸ਼ਕਾਂ ਦੀ ਘਾਟ ਹੁੰਦੀ ਹੈ, ਇੱਥੇ ਦਰਸ਼ਕ ਬਹੁਤ ਵਧੀਆ ਜ਼ਿਆਦਾ ਹੁੰਦੇ ਆ, ਉਹ ਜਿਵੇਂ ਪਹਿਲਾਂ ਕਿਹਾ ਸੀਗਾ ਭੰਗੜੇ ਗੱਤਕੇ ਨਾਲ ਔਰ ਭੰਗੜੇ ਨਾਲ ਜਿਹੜਾ ਸਾਡਾ ਸਭ ਅਸਲੀ ਸੱਭਿਆਚਾਰ ਹੈ ਨਾ, ਸਿੱਖੀ ਦਾ ਸੱਭਿਆਚਾਰ ਹੈਗਾ ਸਾਡਾ ਜਿਹੜਾ ਆਮ ਨੌਜਵਾਨਾਂ ਦਾ ਪੜ੍ਹਿਆ ਲਿਖਿਆ ਦਾ ਬੱਚਿਆਂ ਨੂੰ, ਹਰੇਕ ਭਾਵੇਂ ਛੋਟਾ ਬੱਚਾ ਹੋਵੇ ਉਹ ਵੀ ਇਹ ਭੰਗੜਾ ਪਾਊਗਾ ਨਾ ਉਹਦਾ ਮਤਲਬ ਜੋਸ਼ ਆਊਗਾ, ਉਹਦੇ ਨਾਲ ਗੈਦਰਿੰਗ ਬੜੀ ਹੁੰਦੀ ਹੈ, ਲੋਕ ਇਕੱਠੇ ਵੀ ਹੁੰਦੇ, ਉਹਦੇ ਨਾਲ ਸਾਡਾ ਪ੍ਰਚਾਰ ਵੀ ਜਾਂਦਾ ਅਤੇ ਜਿਹੜਾ ਸਾਡਾ ਜਿਹੜਾ ਉਪਦੇਸ਼ ਹੈ ਸੰਦੇਸ਼ ਦਾ ਉਪਦੇਸ਼ ਹੈ ਜਿਹੜਾ ਉਹ ਘਰ ਘਰ ਜਾਂਦਾ, ਲੋਕ ਸਾਰੇ ਦੇਖਣ ਨਾਲ, ਇਹਦੇ ਵਿੱਚ ਅਸ਼ਲੀਲਤਾ ਨਹੀਂ, ਮੈਂ ਗਾਉਣ ਚੱਲੀ ਤਾਂ ਸਪੀਕਰ ਚੱਲੇ ਤਾਂ ਅਸ਼ਲੀਲਤਾ ਬੜੀ ਹੁੰਦੀ ਹੈ, ਭੰਗੜਾ ਜਿਹੜਾ ਸੁੱਚਾ ਸੱਚਾ ਜਿਹੜਾ ਸਾਡਾ ਕਲਚਰ ਆ ਜਿਹੜਾ ਪੰਜਾਬੀ ਅਸਲੀ ਉਹ ਜ਼ਰੂਰੀ ਹੋਣਾ ਚਾਹੀਦਾ, ਉਹ ਬੱਚਿਆਂ ਨੂੰ ਮਤਲਬ ਉਤਸ਼ਾਹਿਤ ਕਰਦਾ, ਬੱਚੇ ਇਹਦੇ 'ਚ ਪਾਰਟੀਸਪੇਟ ਵੀ ਕਰਨਾ ਚਾਹੀਦਾ, ਇਸ ਮੌਕੇ ਦੇ ਉੱਤੇ ਕੰਪੀਟੀਸ਼ਨ ਵੀ ਕਰਾਉਣਾ ਚਾਹੀਦਾ, ਬੱਚਿਆਂ ਨੂੰ ਇਨਾਮ ਵੀ ਦੇਣੇ ਚਾਹੀਦੇ ਆ, ਭਾਵੇਂ ਸਪੀਚਾਂ ਕਰਾਉਣ, ਭਾਵੇਂ ਗੇਮਾਂ ਹੋਣ, ਭਾਵੇਂ ਭੰਗੜੇ ਹੋਣ, ਇਹਦੇ ਨਾਲ ਬੱਚਿਆਂ ਨੂੰ ਉਤਸ਼ਾਹ ਕਰਨਾ ਜ਼ਰੂਰੀ, ਕਿਉਂਕਿ ਸਾਡੀ ਪਨੀਰੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਜੜ੍ਹਾਂ ਖੋਖਲੀਆਂ ਹੋ ਰਹੀਆਂ, ਅਮਰੀਕਾ ਕੈਨੇਡਾ ਦੇ ਵਿੱਚ ਸਿੱਖ ਛਾ ਰਹੇ ਹਨ, ਇਹ ਅਸੀਂ ਮਤ ਕਹਿੰਦੇ ਅਸੀਂ ਮਤਲਬ ਸਾਡੇ ਰਹਿਨੁਮਾ ਜਾਂ ਸਾਡੀ ਸਾਡਾ ਕਸੂਰ ਹੈ ਇਹਦੇ ਵਿੱਚ, ਜੇ ਜਿਸ ਤਰ੍ਹਾਂ ਉਹ ਬਾਹਰ ਕਰ ਸਕਦੇ ਹਾਂ ਇੰਨਾ ਨਗਰ ਕੀਰਤਨ ਕਰ ਸਕਦੇ ਹਾਂ, ਸਿੱਖ ਪਰੇਡ ਕਰ ਸਕਦੇ ਹਾਂ, ਸਾਨੂੰ ਵੀ ਇੱਥੇ ਵੀ ਕਰਨੀ ਚਾਹੀਦੀ ਹੈ, ਤਾਂ ਕਰਕੇ ਸਾਡੇ ਬੱਚੇ ਸਾਡੀ ਅਗਲੀ ਪਨੀਰੀ ਹੈ ਜਿਹੜੀ ਇਹ ਸਾਡੀ ਵਿਰਾਸਤ ਨੂੰ ਸਾਂਭ ਸਕੇ ਚੰਗੀ ਤਰ੍ਹਾਂ ਜੀ। ਇਸ ਲਈ ਅਸੀਂ ਕਾਫੀ ਹੱਦ ਤੱਕ ਅਸੀਂ ਜ਼ਿੰਮੇਵਾਰ ਹਾਂ ਦੇਖਿਆ ਜਾਏ ਤਾਂ, ਬਿਲਕੁਲ ਅਸੀਂ ਨੌਜਵਾਨ ਪੀੜ੍ਹੀ ਨੂੰ ਸਹੀ ਸੰਦੇਸ਼ ਅਸੀਂ ਜਿਹੜੇ ਪੇਰੈਂਟਸ ਹਨ, ਜਿਵੇਂ ਹੁਣ ਪਹਿਲਾਂ ਗੱਲ ਚ ਪੰਜਾਬੀ ਦੀ ਗੱਲ ਚੱਲੀ ਸੀ, ਪੰਜਾਬ ਦੇ ਵਿੱਚ ਹੁਣ ਸਾਡੀ ਮਾਤ ਭਾਸ਼ਾ ਮਰ ਗਈ, ਮਾਤ ਭਾਸ਼ਾ ਮਰ ਗਈ ਤਾਂ ਕੌਮ ਮਰ ਗਈ, ਅਸੀਂ ਕਹਿੰਦੇ ਬੱਚੇ ਨੂੰ ਭਾਵੇਂ ਚੰਗੇ ਚੰਗੇ ਟੀਚਰ ਹੋਣ, ਮੈਂ ਵੀ ਟੀਚਰ ਹੀ ਕਹਿੰਦਾ, ਅਧਿਆਪਕ ਕਹਿਣਾ ਚਾਹੀਦਾ ਹਰੇਕ ਨੂੰ, ਅਸੀਂ ਕਹਿੰਦੇ ਵੀ ਇੰਗਲਿਸ਼ ਬੋਲੇ, ਅੰਗਰੇਜ਼ੀ ਬੋਲੇ, ਬੱਚਾ ਇੰਗਲਿਸ਼ ਮਤਲਬ ਕਹਿੰਦੇ ਵੀ ਇੰਗਲਿਸ਼ ਬੋਲ, ਮੈਂ ਇੱਕ ਬੰਦ ਗਿਆ ਬੰਦੇ ਕੋਲ, ਬੜਾ ਵਧੀਆ ਪੰਜਾਬੀ ਹੁੰਦਾ, ਬੰਦੇ ਆ ਕੇ ਇੰਗਲਿਸ਼ ਮੇਰੇ ਨਾਲ ਗੱਲ ਕਰੀ, ਇੰਗਲਿਸ਼ ਦੇ ਵਜ੍ਹਾ ਹਾਂ ਹਾਂ ਉਹ ਵੀ ਇੰਗਲਿਸ਼ ਗੱਲ ਕਰਦਾ, ਅਸੀਂ ਪੰਜਾਬੀ ਨੂੰ ਆਪਣੇ ਸੱਭਿਆਚਾਰ ਨੂੰ ਆਪ ਖਤਮ ਕਰ ਰਹੇ ਹਾਂ, ਇਹਦੇ ਕਰਕੇ ਅਸੀਂ ਆਪ ਜ਼ਿੰਮੇਵਾਰ ਹੈ, ਆਪਣੀ ਪੰਜਾਬੀ ਦੇ ਨਾਲ ਜੋੜੀਏ ਉਗੂੜਾ ਅਤੇ ਜੂੜਾ ਜਿਵੇਂ ਕਹਿੰਦੇ ਹੁੰਦੇ, ਅਤੇ ਸੱਭਿਆਚਾਰ ਨੂੰ ਆਪਣੀ ਵਿਰਾਸਤ ਨੂੰ ਜਿਹੜਾ ਭੁੱਲ ਗਿਆ, ਵੀ ਸੀ ਸਾਹਿਬ ਕਹਿੰਦੇ ਜਿਹਨੇ ਵਿਰਾਸਤ ਨੂੰ ਕਾਇਮ ਰੱਖਿਆ ਉਹ ਕੌਮ ਕਾਇਮ ਆ, ਜਿਹੜਾ ਵਿਰਾਸਤ ਨੂੰ ਭੁੱਲ ਗਿਆ ਉਹ ਸਾਰਾ ਖਤਮ ਕਰ, ਇਹ ਸਾਡੀ ਵਿਰਾਸਤ ਨਾਲ ਜੁੜੀ ਆ, ਵਿਸਾਖੀ ਸਭ ਤੋਂ ਵੱਡੀ ਵਿਰਾਸਤ ਹੈ ਸਾਡੀ ਜਿੱਥੇ ਸਾਡੀ ਸਾਜਨਾ ਹੋਈ, ਇਹ ਸਾਜਨਾ ਦਿਵਸ ਹੈ, ਜਨਮ ਨਹੀਂ ਕਹਿੰਦਾ ਜਨਮ ਨੇ ਦਿਸਣੇ, ਸਾਡੀ ਸਾਜਨਾ ਦਿਸ, ਸਾਨੂੰ ਇਹ ਸਾਜਿਆ ਗਿਆ, ਖਾਲਸਾ ਸਾਜਿਆ ਗਿਆ, ਇਸ ਕਰਕੇ ਇਹਨੂੰ ਸਾਂਭਣਾ, ਇਹਨੂੰ ਵੱਧ ਤੋਂ ਵੱਧ ਉਤਸ਼ਾਹ ਨਾਲ ਮਨਾਉਣਾ, ਅਤੇ ਕਿਉਂਕਿ ਇਹਦੇ ਵਿੱਚ ਸਾਰੇ ਖੁਸ਼ੀਆਂ ਨਾਲ ਸਾਰੀ ਜਾਤ ਪਾਤ ਸਾਰਾ ਭੁੱਲ ਕੇ ਇਹ ਜਿਹੜੀ ਸਾਜਨਾ ਕੀਤੀ ਗਈ ਹੈ, ਇਹ ਅਸਲ ਦੇ ਵਿੱਚ ਲੋਕ ਰਾਜ ਦੀ ਸਥਾਪਨਾ ਸਾਜਨਾ ਕੀਤੀ ਗਈ ਹੈ, ਇਹ ਸਾਨੂੰ ਵੱਧ ਤੋਂ ਵੱਧ ਮਨਾਉਣਾ ਵੀ ਚਾਹੀਦਾ, ਸਾਡਾ ਉਪਦੇਸ਼ ਜਿਹੜਾ ਘਰ ਘਰ ਜਾਣਾ ਚਾਹੀਦਾ, ਉਤਸ਼ਾਹਿਤ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਜੀ। ਕਾਫੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਆਪਣੇ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਉਹਨਾਂ ਤੱਕ ਇਹ ਸੰਦੇਸ਼ ਲੈ ਕੇ ਜਾਈਏ। ਸੋ ਸਰਦਾਰ ਕਸ਼ਮੀਰ ਸਿੰਘ ਜੀ, ਜਿਸ ਤਰ੍ਹਾਂ ਇਹ ਸਮਾਗਮ ਚੱਲ ਰਿਹਾ ਹੈ, ਇਹਦਾ ਮਤਲਬ ਕਿ ਤੁਸੀਂ ਕੀ ਸੋਚਦੇ ਹੋ ਕਿ ਇਹਦੇ ਨਾਲ ਸਾਨੂੰ ਕੀ ਸੇਧ ਲੈਣੀ ਚਾਹੀਦੀ ਹੈ? ਮੈਂ ਦੇਖਦਾ ਕਿ ਜੋ ਅਸੀਂ ਜਿੰਨਾ ਕੁ ਪ੍ਰੋਗਰਾਮ ਹੁਣ ਦੇਖਿਆ ਲਾਈਵ ਜੀ, ਅਤੇ ਜੋ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਇਹਨਾਂ ਦੇ ਵਿੱਚ ਵੱਡਾ ਫਰਕ ਕੀ ਨਜ਼ਰ ਆ ਰਿਹਾ? ਜਿਵੇਂ ਸਰਦਾਰ ਹਰੀ ਸਿੰਘ ਹੋਣਾ ਨੇ ਗੱਲ ਕੀਤੀ ਆ ਬਹਾਦਰਗੜ੍ਹ ਗੁਰਦੁਆਰਾ ਸਾਹਿਬ ਦੇ ਵਿਸਾਖੀ ਦੇ ਪੁਰਬ ਦੀ, ਇਹਦੇ ਵਿੱਚ ਸਭ ਤੋਂ ਵੱਡਾ ਇਹ ਲੈਣ ਵਾਲਾ ਕਿ ਬਾਹਰ ਦੇ ਸਿੱਖਾਂ ਨੇ ਇਸ ਗੁਰਪੁਰਬ ਨੂੰ ਸਾਰਿਆਂ ਦਾ ਸਾਂਝਾ ਇੱਕ ਪਲੇਟਫਾਰਮ 'ਤੇ ਮਨਾਉਣ ਦਾ ਪ੍ਰੋਗਰਾਮ ਜਿਹੜਾ ਨਾ ਉਹ ਰੱਖ ਲਿਆ ਹੋਇਆ। ਜਦ ਇੱਥੇ ਕੀ ਆ ਕਿ ਇੱਥੇ ਮਹੱਲੇ ਮਹੱਲੇ ਦੇ ਵਿੱਚ ਹੀ ਵਿਸਾਖੀ ਦਾ ਦਿਨ ਮਨਾਇਆ ਜਾ ਰਿਹਾ, ਜਿਸ ਕਰਕੇ ਨਾ ਤਾਂ ਹਰੇਕ ਮੁਹੱਲੇ ਵਾਲੇ ਕੋਲੋਂ ਅਤੇ ਗੁਰਦੁਆਰੇ ਵਾਲੇ ਕੋਲ ਇਹ ਪੋਸੀਬਿਲਿਟੀ ਆ ਕਿ ਉਹ ਇੱਕ ਵੱਡਾ ਦੀਵਾਨ ਸਜਾ ਸਕੇ ਜੀ, ਜਾਂ ਉਹ ਕੋਈ ਵੱਡਾ ਇਸ ਤਰ੍ਹਾਂ ਦਾ, ਜੇ ਮੰਨ ਲਓ ਕਿ ਇੱਕ ਪਟਿਆਲੇ ਦੇ ਵਿੱਚ ਹੀ ਇਹ ਸਾਰੇ ਦਿਨ ਜਿੰਨੇ ਮਨਾਉਣੇ ਨੇ ਇਹਨਾਂ ਨੂੰ ਜਿਹੜਾ ਵਾ ਕੋਮਨ ਕਰ ਲਿਆ ਜਾਵੇ ਕਿ ਜਿਹੜਾ ਵਿਸਾਖੀ ਦਾ ਦਿਨ ਆ ਉਹ ਸਾਰੇ ਸਿੱਖਾਂ ਨੇ ਰਲ ਕੇ ਨਾ ਬਹਾਦਰਗੜ੍ਹ ਗੁਰਦੁਆਰੇ ਹੀ ਮਨਾਉਣਾ ਹੈ। ਹਾਂ, ਬਾਕੀ ਦੇ ਜਿਹੜੇ ਦਿਨ ਵਿਸਾਖੀ ਦਾ ਦਿਨ ਜੇ ਕਿਸੇ ਨੇ ਮਨਾਉਣਾ ਹੈ ਅਰਬਨ ਸਟੇਟ ਵਾਲਿਆਂ ਨੇ, ਉਹ ਕੋਈ ਅੱਗੋਂ ਪਿੱਛੋਂ ਹੋਰ ਕੋਈ ਦਿਨ ਰੱਖ ਲੈਣ ਜਿਸ ਦਿਨ ਉਹਨਾਂ ਨੂੰ ਠੀਕ ਲੱਗੇ, ਪਰ ਜਿਹੜਾ ਮੇਨ ਦਿਨ ਹੈ ਉਹ ਅਸੀਂ ਸਾਰੇ ਜਣੇ ਉੱਥੇ ਇਕੱਠੇ ਹੋਈਏ, ਉਹ ਸਾਰਾ ਵੈਲ ਪਲੈਨਡ ਕੀਤਾ ਜਾਵੇ ਕਿ ਇਵੇਂ ਇਵੇਂ। ਅਤੇ ਸਾਡੇ ਨਗਰਾਂ ਕੀਰਤਨਾਂ ਦੇ ਵਿੱਚ ਇੱਕ ਹੋਰ ਚੀਜ਼ ਦੀ ਘਾਟ ਆ, ਉਹ ਹੈ ਡਿਸਿਪਲਿਨ ਦੀ। ਹੁਣ ਦੇਖ ਰਹੇ ਹਾਂ ਕਿ ਜਿਹੜੇ ਸਿੱਖ ਤਿਆਰ ਹੋ ਕੇ ਨਗਰ ਕੀਰਤਨਾਂ 'ਚ ਆਏ ਨੇ,
ਇਹ ਸਾਰਾ ਨਗਰ ਕੀਰਤਨ ਇੱਕ ਡਿਸਿਪਲਿਨ ਦੇ ਵਿੱਚ ਚੱਲਣਾ ਹੈ। ਇੱਥੇ ਫਿਰ ਦੂਸਰਾ ਹੈ ਕਿ ਉਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਨਗਰ ਕੀਰਤਨ ਕੱਢਦੇ ਹਾਂ ਜਿਹਦੇ ਨਾਲ ਲੋਕ ਨਾ ਡਿਸਟਰਬ ਹੋਣ, ਲੋਕ ਉਸ ਚੀਜ਼ ਦੇ ਨਾਲ ਜੁੜਨ। ਸਾਨੂੰ ਪਲਾਨ ਕਰਨ ਲੱਗਿਆ ਇਹ ਪ੍ਰੋਗਰਾਮ, ਇਹ ਸਾਰਾ ਕੁਛ ਵਿਉਂਤਬੰਦੀ ਕਰਨ ਲੱਗਿਆ ਸੋਚਣਾ ਚਾਹੀਦਾ ਕਿ ਇਹ ਪ੍ਰੋਗਰਾਮ ਦੇ ਦੌਰਾਨ, ਨਗਰ ਕੀਰਤਨ ਦੇ ਦੌਰਾਨ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਕਿ ਲੋਕ ਵੀ ਡਿਸਟਰਬ ਨਾ ਹੋਣ, ਸਾਡਾ ਪ੍ਰੋਗਰਾਮ ਵੀ ਚੱਲੇ। ਜੇ ਸਾਰੇ ਸ਼ਹਿਰ ਦਾ ਇੱਕ ਥਾਂ 'ਤੇ, ਮੈਂ ਸੋਚਦਾ ਸ਼ਾਇਦ ਮੇਰੇ ਨਾਲ ਸਹਿਮਤ ਹੋਣ ਸਰਦਾਰ ਹਰੀ ਸਿੰਘ ਜੀ ਵੀ, ਕਿ ਇੱਕ ਥਾਂ 'ਤੇ ਸਾਰੇ ਸ਼ਹਿਰ ਦਾ ਪ੍ਰੋਗਰਾਮ ਹੋਵੇ, ਉਹ ਪ੍ਰੋਗਰਾਮ ਵਧੀਆ ਵੀ ਹੋ ਸਕਦਾ, ਉਹ ਵਧੀਆ ਉਹਦੀ ਵਿਉਂਤਬੰਦੀ ਵੀ ਹੋ ਸਕਦੀ ਹੈ ਅਤੇ ਉਹ ਪ੍ਰੋਗਰਾਮ ਵੱਡਾ ਮੈਸੇਜ ਵੀ ਦੇ ਸਕਦਾ। ਹੁਣ ਇੱਥੇ ਬਹਾਦਰਗੜ੍ਹ ਗੁਰਦੁਆਰੇ ਕੀ ਹੁੰਦਾ ਕਿ ਇੱਕ ਥਾਂ 'ਤੇ ਉਹ ਪੰਗੂੜੇ ਲਾ ਦਿੰਦੇ ਨੇ, ਬਾਹਰ ਸੜਕ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਸਾਰੀਆਂ ਪਕਾਨਿਆਂ ਦੀਆਂ, ਪੀਪਣੀਆਂ ਦੀਆਂ, ਦੂਜੀਆਂ ਤੀਜੀਆਂ ਦੁਕਾਨਾਂ, ਮੇਲਾ ਬਣ ਜਾਂਦਾ। ਜਿਹੜਾ ਉੱਥੋਂ ਉਪਦੇਸ਼ ਲੈ ਕੇ ਆਉਣਾ ਹੈ ਕਿ ਉੱਥੋਂ ਕੋਈ ਸਿੱਖ ਪੰਥ ਦੀ, ਇਤਿਹਾਸ ਦੀ, ਗੁਰਬਾਣੀ ਦੀ, ਕੋਈ ਸਿੱਖੀ ਸਿਧਾਂਤਾਂ ਦੀ ਜਾਂ ਹੋਰ ਕੋਈ ਗੱਲ ਹੋਈ ਹੋਵੇ, ਉਹ ਉੱਥੋਂ ਮਿਸ ਹੁੰਦੀ ਆ। ਉਹ ਚਲਾਵੇਂ ਜੇ ਰਾਗੀ ਢਾਡੀ ਉੱਥੇ ਸੱਦੇ ਜਾਂਦੇ ਨੇ, ਕਿਉਂਕਿ ਉਹ ਸਾਰੇ ਉਸ ਦਿਨ ਦਾ ਪ੍ਰੋਗਰਾਮ ਥਾਂ ਥਾਂ 'ਤੇ ਹੋਣ ਕਰਕੇ। ਵੈਸੇ ਤਾਂ ਵੱਡੀ ਗੱਲ ਇਹ ਹੈ ਕਿ ਮੈਨੂੰ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ ਕਿ ਜਦੋਂ ਖਾਲਸੇ ਦੀ ਸਾਜਨਾ ਅਤੇ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਕੀਤੀ ਗਈ ਅਤੇ ਉਹ ਜਿਹੜਾ ਖਾਲਸਾ ਵਿਸਾਖੀ ਮਨਾਉਣ ਦਾ ਪ੍ਰੋਗਰਾਮ ਆ, ਉਹ ਅਨੰਦਪੁਰ ਸਾਹਿਬ ਤੋਂ ਸ਼ਿਫਟ ਹੋ ਕੇ ਦਮਦਮਾ ਸਾਹਿਬ ਚਲੇ ਗਿਆ। ਜਿਵੇਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਸੰਗਤ ਮਨਾਉਣ ਜਾਂਦੀ ਆ, ਵਿਸਾਖੀ ਦਮਦਮਾ ਸਾਹਿਬ ਮਨਾਉਣ ਜਾਂਦੀ, ਸਾਬੋ ਕੀ ਤਲਵੰਡੀ। ਇਹ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਹੀ ਗੁਰਪੁਰਬ ਮਨਾਇਆ ਜਾਵੇ, ਘੱਟੋ ਘੱਟ ਬਾਕੀ ਨਹੀਂ ਆ ਤਾਂ ਪੰਜਾਬ ਦੇ ਸਾਰੇ ਲੋਕ ਉੱਥੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਸੰਸਾਰ ਪੱਧਰ 'ਤੇ ਹਰੇਕ ਸਾਲ ਇਵੇਂ ਮਨਾਵੇ ਕਿ ਉਹ ਵੈੱਲ ਔਰਗਨਾਈਜ਼ਡ ਹੋਵੇ, ਸਾਰੇ ਸ਼ਹਿਰਾਂ ਦੇ ਨੁਮਾਇੰਦਿਆਂ ਦੀਆਂ ਸੰਗਤਾਂ ਦੀਆਂ ਨਗਰ ਕੀਰਤਨ ਦੇ ਵਿੱਚ ਜੋ ਵੀ ਉੱਥੇ ਵਿਉਂਤਬੰਦੀ ਕਰਨੀ ਹੈ ਉਹਦੇ ਵਿੱਚ ਠੀਕ ਤਰੀਕੇ ਨਾਲ, ਵੈੱਲ ਪਲੈਨਡ, ਵੈੱਲ ਡਿਸਿਪਲਿਨਡ ਜਿਹੜੀ ਉਹਨਾਂ ਦੀ ਹਾਜ਼ਰੀ ਹੋਵੇ। ਹੁਣ ਉੱਥੇ ਜਿਹੜਾ ਹੋਲੇ ਮਹੱਲੇ 'ਤੇ ਵੀ ਨਗਰ ਕੀਰਤਨ ਲੰਘਦਾ ਹੈ, ਉਹਦੇ ਵਿੱਚ ਡਿਸਿਪਲਿਨ ਕੋਈ ਨਹੀਂ ਹੁੰਦਾ। ਅਤੇ ਮੈਂ ਸੋਚਦਾ ਕਿ ਇਹ ਸਭ ਤੋਂ ਵੱਡੀ ਦੋ ਚੀਜ਼ਾਂ ਉੱਥੋਂ ਸਿੱਖਣ ਵਾਲੀਆਂ ਕਿ ਸਭਨਾਂ ਨੇ, ਚਾਹੇ ਅੱਜ ਵਿਸਾਖੀ ਲੰਘੀ ਨੂੰ 12-13 ਦਿਨ ਹੋ ਗਏ ਅਤੇ ਅੱਜ ਮਨਾ ਰਹੇ ਨੇ ਉਹ ਉੱਥੇ ਦਿਨ, ਅਸੀਂ ਵੀ ਉੱਥੇ ਸਾਰੇ ਪੰਜਾਬ ਦੇ ਸਿੱਖਾਂ ਨੂੰ ਹੋ ਕੇ ਕਿ ਵਿਸਾਖੀ ਪਈ ਆਪਾਂ ਸਾਰਿਆਂ ਨੇ ਉੱਥੇ ਕੇਸਗੜ੍ਹ ਸਾਹਿਬ ਜਾ ਕੇ ਮਨਾਉਣੀ ਹੈ ਜਾਂ ਜਿੱਥੇ ਵੀ ਉੱਥੇ ਸਾਬੋ ਕੀ ਤਲਵੰਡੀ ਮਨਾਉਣੀ ਆ, ਆਪਣੇ ਪਿੰਡਾਂ ਸ਼ਹਿਰਾਂ ਦੇ ਪ੍ਰੋਗਰਾਮ ਤੁਸੀਂ ਬਾਅਦ ਵਿੱਚ ਕਰਿਓ ਅਤੇ ਉਹ ਸਾਰਾ ਹੀ ਬਹੁਤ ਜ਼ਿਆਦਾ ਵੈੱਲ ਔਰਗਨਾਈਜ਼ਡ ਹੋਵੇ ਪ੍ਰੋਗਰਾਮ। ਅਤੇ ਉਹਦੇ ਵਿੱਚ ਸਾਨੂੰ ਲੱਗ ਰਿਹਾ ਕਿ ਇਹ ਬਹੁਤ ਜ਼ਿਆਦਾ ਜਿਹੜਾ ਵਾ ਪੰਜਾਬ ਦੀ ਲੀਡਰਸ਼ਿਪ ਕਹਿ ਲਓ, ਸਿੱਖਾਂ ਦੀ ਲੀਡਰਸ਼ਿਪ ਕਹਿ ਲਓ, ਜਾਂ ਕੋਈ ਨਾ ਕੋਈ ਐਵੇਂ ਦੀ ਵੱਡੀ ਕਮੀ ਆ ਜਿਸ ਕਰਕੇ ਇਹ ਪ੍ਰੋਗਰਾਮ ਠੀਕ ਢੰਗ ਦੇ ਨਾਲ ਔਰਗਨਾਈਜ਼ ਨਹੀਂ ਹੋ ਰਹੇ। ਉਹਨਾਂ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀਆਂ ਪੋਲੀਟੀਕਲ ਧਿਰਾਂ ਨੂੰ, ਰਾਜਨੀਤਿਕ ਸਾਰੀਆਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਸਿੱਖਾਂ ਨੇ ਫਲਾਣੇ ਥਾਂ 'ਤੇ ਇੱਕ ਬਹੁਤ ਜ਼ਿਆਦਾ ਵੱਡੇ ਢੰਗ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਕਰਨਾ ਅਤੇ ਅਸੀਂ ਉੱਥੇ ਜਾਈਏ, ਇਹ ਸਿੱਖਣ ਦੀ ਉਹਨਾਂ ਤੋਂ ਮੈਨੂੰ ਲੱਗਦਾ ਕਿ ਲੋੜ ਆ। ਸੋ ਅੱਜ ਦਾ ਜੋ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਸਿੱਖ ਡੇ ਪਰੇਡ ਨਿਊਯਾਰਕ ਦੇ ਸਿੱਖ ਕਲਚਰ ਸੋਸਾਇਟੀ ਵਿੱਚ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਅਤੇ ਆਓ ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਨਿਊਯਾਰਕ ਵਿੱਚ, ਜਿੱਥੇ ਸਿੱਖ ਡੇ ਪਰੇਡ ਦਾ ਸਿੱਧਾ ਆਯੋਜਨ ਕੀਤਾ ਗਿਆ ਅਤੇ ਆਓ ਵੇਖਦੇ ਹਾਂ ਉੱਥੋਂ ਦੀਆਂ ਕੁਝ ਖਾਸ ਝਲਕੀਆਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1699 ਦੀ ਵਿਸਾਖੀ 'ਤੇ ਨਿਆਰਾ ਪੰਥ ਖਾਲਸਾ ਪੰਥ ਸਾਜਿਆ। ਅੱਜ ਖਾਲਸਾ ਪੰਥ ਦੇ ਨਿਸ਼ਾਨ ਦੁਨੀਆ ਭਰ ਦੇ ਵਿੱਚ ਝੂਲਦੇ ਨੇ। ਚੜ੍ਹਦੀ ਕਲਾ ਟਾਈਮ ਟੀ ਵੀ ਅੱਜ ਮਾਣ ਹਾਸਲ ਕਰ ਰਿਹਾ ਹੈ ਕਿ ਨਿਊਯਾਰਕ ਦੀ ਸਿੱਖ ਡੇ ਪਰੇਡ ਜੋ ਅੱਜ ਹੋ ਰਹੀ ਹੈ, ਅੱਜ ਅਸੀਂ ਗੁਰਦੁਆਰਾ ਸਾਹਿਬ ਰਿਚਮੈਂਡ ਹਿੱਲ ਵਿਖੇ ਖੜ੍ਹੇ ਹਾਂ ਅਤੇ ਉਹਨਾਂ ਦੇ ਸਾਰੇ ਨੁਮਾਇੰਦੇ ਸਾਡੇ ਨਾਲ ਖੜ੍ਹੇ ਹਨ। ਅੱਜ ਦੀ ਸਿੱਖ ਡੇ ਪਰੇਡ ਇਹਨਾਂ ਸਭ ਦੀ ਜਿਹੜੀ ਮਸ਼ਕਤ ਹੈ ਉਹਨਾਂ ਦੇ ਨਾਲ, ਇਹਨਾਂ ਦੀ ਘਾਲ ਕਮਾਈ ਜੋ ਇੱਥੋਂ ਦੇ ਸਿੰਘ ਨੇ, ਇੱਥੋਂ ਦੇ ਸਿੱਖ ਭਾਈਚਾਰਾ ਹੈ, ਉਹਨਾਂ ਦੀ ਹਿੰਮਤ ਦੇ ਨਾਲ ਨਿਊਯਾਰਕ ਦੀ ਸਭ ਤੋਂ ਵੱਡੀ ਜਿਹੜੀ ਸਿੱਖ ਡੇ ਪਰੇਡ ਹੈ ਉਹ ਹੋ ਰਹੀ ਹੈ। ਅਸੀਂ ਆਪ ਜੀ ਦੇ ਰੂਬਰੂ ਕਰਾ ਰਹੇ ਹਾਂ ਸਭ ਤੋਂ ਪਹਿਲੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਜੋ ਹੈੱਡ ਗ੍ਰੰਥੀ ਨੇ ਸਿੱਖ ਰਿਲੀਜੀਅਸ ਸੁਸਾਇਟੀ ਰਿਜਮੈਂਟ ਹਿੱਲ ਦੇ, ਅਤੇ ਉਹ ਆਪ ਜੀ ਨੂੰ ਅੱਜ ਦੀ ਸਿੱਖ ਡੇ ਪਰੇਡ ਬਾਰੇ ਜੋ ਅਸੀਂ ਲਾਈਵ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਆਪ ਜੀ ਤੱਕ ਲੈ ਕੇ ਆ ਰਹੇ ਹਾਂ, ਕਿਉਂਕਿ ਅਸੀਂ ਇੱਥੋਂ ਦੀਆਂ ਸੰਗਤਾਂ, ਇੱਥੋਂ ਦੀ ਬਾਬਾ ਜੀ ਦੀ ਸਵਾਰੀ ਜੋ ਤਿਆਰ ਹੋ ਕੇ ਡਾਊਨ ਟਾਊਨ ਨਿਊਯਾਰਕ ਜਾਣੀ ਹੈ,
ਉਹਦੀਆਂ ਤਿਆਰੀਆਂ ਹੋਣੀਆਂ ਹਨ। ਅਰਦਾਸ ਤੋਂ ਬਾਅਦ ਚੋਂ ਸਾਰੀਆਂ ਸੰਗਤਾਂ ਨੇ ਉੱਥੇ ਪੁੱਜਣਾ ਹੈ, ਉਸ ਬਾਰੇ ਗਿਆਨੀ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਸਮੁੱਚੀਆਂ ਸੋਸਾਇਟੀਆਂ, ਸਭਾਵਾਂ, ਜਥੇਬੰਦੀਆਂ ਅਤੇ ਟ੍ਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਸ਼ ਭਰਿਆ ਦਿਹਾੜਾ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਪੁਰਬ ਜੋ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਭਾਵਨਾ ਸਾਥ ਮਨਾਇਆ ਜਾਂਦਾ ਹੈ, ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਅਮਰੀਕਾ ਦੀ ਧਰਤੀ ਨਿਊਯਾਰਕ ਵਿਖੇ ਬੜਾ ਵੱਡਾ ਉਪਰਾਲਾ ਕੀਤਾ ਜਾਂਦਾ ਹੈ। ਮਨਹੱਟਨ ਸ਼ਹਿਰ ਦੇ ਵਿੱਚ ਸਿੱਖ ਡੇ ਪਰੇਡ ਰੂਪੀ ਨਗਰ ਕੀਰਤਨ ਕੱਢਿਆ ਜਾਂਦਾ ਹੈ, ਜਿਸ ਦੇ ਵਿੱਚ ਖਾਲਸੇ ਦੇ ਬੋਲਬਾਲੇ ਉਜਾਗਰ ਕੀਤੇ ਜਾਂਦੇ ਹਨ। ਉਹ ਮਨਹੱਟਨ ਸ਼ਹਿਰ ਜਿਹਨੂੰ ਕਹਿੰਦੇ ਕਦੇ ਉਹ ਸੌਂਦਾ ਨਹੀਂ, ਉੱਥੇ ਦਿਨ ਹੀ ਚੜਿਆ ਰਹਿੰਦਾ ਹੈ। UNO ਦਾ ਵਿਸ਼ੇਸ਼ ਆਫਿਸ ਹੈ ਮਨਹੱਟਨ ਸ਼ਹਿਰ ਦੇ ਵਿੱਚ, ਜਿੱਥੇ ਕੀਤੀ ਹੋਈ ਗੱਲ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਦੀ ਹੈ। ਸੋ ਆਪਣੀ ਸਿੱਖ ਆਇਡੈਂਟੀ, ਆਪਣੀ ਪਹਿਚਾਣ ਔਰ ਆਪਣੇ ਦਿੱਖ ਨੂੰ ਦਿਖਾਉਣ ਵਾਸਤੇ ਅਸੀਂ ਹਮੇਸ਼ਾ ਵਿਸ਼ੇਸ਼ ਯਤਨ ਕਰਦੇ ਹਾਂ। ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਪਿਛਲੇ ਤਕਰੀਬਨ 4-5 ਮਹੀਨਿਆਂ ਤੋਂ ਲਗਾਤਾਰ ਇਸ ਕਾਰਜ ਦੀ ਮਿਹਨਤ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਕਿ ਇਹ ਜਿਹੜਾ ਕਾਰਜ ਹੈ ਸਿੱਖ ਡੇ ਪਰੇਡ ਰੂਪੀ ਨਗਰ ਕੀਰਤਨ ਉਹ ਚੜ੍ਹਦੀਆਂ ਕਲਾ ਸਾਹਿਤ ਨਿਕਲੇ ਅਤੇ ਦੁਨੀਆ ਦੇ ਕੋਨੇ ਕੋਨੇ ਵਿੱਚ ਸਿੱਖੀ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਹੋਵੇ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, ਅਸੀਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਣ ਪੂਰਾ ਨਾਰਾ ਦੇਣ ਵਾਲੇ ਹਾਂ। ਉਸ ਆਦਰਸ਼ ਨੂੰ ਲੈ ਕੇ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਸਿੱਖ ਡੇ ਪਰੇਡ ਸ਼ੁਰੂ ਕੀਤੀ ਸੀ। ਅੱਜ 30 ਸਾਲ ਹੋ ਗਏ ਨੇ, 30ਵੀਂ ਸਿੱਖ ਡੇ ਪਰੇਡ ਹੈ ਜਿਹੜੀ ਅਸੀਂ ਕੱਢਣ ਵਾਸਤੇ ਮਨਹੱਟਨ ਸ਼ਹਿਰ ਵਿੱਚ ਜਾ ਰਹੇ ਹਾਂ। ਦੇਖੋ ਕਿੰਨੇ ਚਾਹ ਹੈ ਕੌਮ ਦੇ ਅੰਦਰ ਔਰ ਬੱਸਾਂ ਜਿਹੜੀਆਂ ਨੇ ਭਰ ਕੇ ਸੰਗਤਾਂ ਦੀਆਂ ਉੱਥੇ ਜਾਣੀਆਂ ਸ਼ੁਰੂ ਹੋ ਗਈਆਂ ਨੇ ਔਰ ਉੱਥੇ ਦੂਰ ਦਰੇਡੇ ਤੋਂ ਟ੍ਰਾਈ ਸਟੇਟ ਦੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੋਸਾਇਟੀਆਂ, ਸਭਾਵਾਂ ਪੱਬਾਂ ਭਾਰ ਹੋਈਆਂ ਨੇ ਕਿ ਇਹ ਜਿਹੜੀ ਸਟੇਜ ਜਿਹੜੀ ਸਪਰੇਡ ਹੈ ਇਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਕਰੀਏ। ਸੋ ਸਾਰੀਆਂ ਸੰਗਤਾਂ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਰਦਾਸ ਤੋਂ ਬਾਅਦ ਆਪਾਂ ਮਨਹੱਟਨ ਪਹੁੰਚਣਾ। ਸਾਰੇ ਆਓ ਜਿਹੜੇ ਆ ਨਹੀਂ ਸਕਦੇ ਹੋ, ਮੀਡੀਆ ਦੇ ਰਾਹੀਂ ਚੜ੍ਹਦੀ ਕਲਾ ਟਾਈਮ TV ਰਾਹੀਂ ਜੋ ਕਿ ਇੱਥੇ ਵੀ ਅਤੇ ਇੰਡੀਆ ਵਿੱਚ ਵੀ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਦਿਖਾ ਰਹੇ ਨੇ। ਅਸੀਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਇੰਡੀਆ ਤੋਂ ਚੇਚੇ ਤੌਰ ਦੇ ਉੱਤੇ ਸਾਡੀ ਇਸ ਸਿੱਖ ਡੇ ਪਰੇਡ ਦਾ ਕਵਰੇਜ ਕਰਨ ਵਾਸਤੇ ਆਏ ਨੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ। ਸਾਰਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ। ਆਓ ਸਾਰੇ ਸ਼ਮੂਲੀਅਤ ਕਰੀਏ ਅਤੇ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਨੇ ਆਪ ਜੀ ਨੂੰ ਸਾਰੇ ਸਿੱਖ ਡੇ ਪਰੇਡ ਬਾਰੇ ਦੱਸਿਆ, ਮੈਂ ਚਾਹਾਂਗਾ ਕਿ ਇੱਥੋਂ ਦੀਆਂ ਸਾਰੀਆਂ ਸਿੰਘ ਸਭਾਵਾਂ ਅਤੇ ਇੱਥੋਂ ਦੇ ਜਿੰਨੇ ਗੁਰਦੁਆਰਾ ਸਾਹਿਬਾਨ, ਜਿੰਨੀਆਂ ਸਿੱਖ ਸੁਸਾਇਟੀਆਂ ਦੇ ਨਾਲ ਜਿਹੜੇ ਇੱਥੇ ਦੇ ਨੁਮਾਇੰਦਗੀ ਕਰ ਰਹੇ ਨੇ, ਪ੍ਰਧਾਨ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ ਉਹ ਸਾਡੇ ਨਾਲ ਨੇ, ਉਹ ਵੀ ਆਪ ਜੀ ਨਾਲ ਫਤਿਹ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਜਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਅਤੇ ਜੋ ਆਪ ਦੇਖ ਰਹੇ ਹੋ ਸਿੱਖ ਡੇ ਪਰੇਡ, 30ਵੀਂ ਸਿੱਖ ਡੇ ਪਰੇਡ ਹੈ ਜੋ ਕਿ ਸਿੱਖ ਸੋਸਾਇਟੀ ਦੇ ਸੰਯੋਗ ਨਾਲ ਅਤੇ ਸਮੁੱਚੀਆਂ ਸਭਾਵਾਂ, ਜਥੇਬੰਦੀਆਂ, ਗੁਰੂ ਘਰਾਂ ਦੀਆਂ ਕਮੇਟੀਆਂ ਸਾਰੀਆਂ ਰਲ ਮਿਲ ਕੇ ਇਸ ਪਰੇਡ ਨੂੰ ਜੋ 30ਵੀਂ ਪਰੇਡ ਹੈ ਕਾਮਯਾਬ ਕਰਨ ਵਿੱਚ ਸੰਯੋਗ ਪਾ ਰਹੀਆਂ ਹਨ। ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਜਥੇਬੰਦੀਆਂ ਦੇ ਧੰਨਵਾਦੀ ਹਾਂ। ਜਿਸ ਤਰ੍ਹਾਂ ਬਾਬਾ ਜੀ ਨੇ ਸਾਰੀ ਡਿਟੇਲ ਵਿੱਚ ਦੱਸ ਦਿੱਤਾ ਹੈ, ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਕਿ ਅੱਜ ਜੋ ਮਨਹੱਟਨ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਖਾਲਸਾ ਪੰਥ ਸਾਰਾ ਉੱਥੇ ਪਹੁੰਚ ਰਿਹਾ ਹੈ। ਉੱਥੇ ਉਸ ਦੇ ਨਾਲ ਨਾਲ ਹੀ ਜੋ ਮੇਅਰ ਹਨ ਡੀ ਬਲਾਸੀਓ ਉਹ ਵੀ ਪਹੁੰਚ ਰਹੇ ਹਨ। ਸਮੁੱਚੀ ਜੋ ਪੋਲੀਟੀਕਲ ਨਿਊਯਾਰਕ ਦੀ ਔਰ ਅਮਰੀਕਾ ਦੀ ਵਰਲਡ ਦੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਵੀ ਉੱਥੇ ਪਹੁੰਚ ਰਹੀ ਹੈ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸਿੱਖੀ ਦਾ ਜੋ ਕਾਜ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ ਤਾਂ ਕਿ ਪਤਾ ਲੱਗ ਸਕੇ ਦੁਨੀਆ ਨੂੰ ਕਿ ਸਿੱਖ ਕੌਮ ਕਿੱਡੀ ਵੱਡੀ ਗਿਣਤੀ ਵਿੱਚ ਅੱਜ ਬਾਹਰਲੇ ਦੇਸ਼ਾਂ ਵਿੱਚ ਕਾਮਯਾਬ ਹੋ ਚੁੱਕੀ ਹੈ। ਆਪ ਜੀ ਨੂੰ ਇਹ ਵੀ ਪਤਾ ਹੈ ਕਿ ਜੋ ਵਿਸਾਖੀ ਡੇ ਹੈ ਉਸ ਨੂੰ ਇੱਥੋਂ ਦੀ ਗਵਰਨਮੈਂਟ ਨੇ ਰੈਕੋਗਨਾਈਜ਼ ਕਰ ਦਿੱਤਾ ਹੈ, ਇਹ ਵੀ ਸਿੱਖਾਂ ਦੀ ਬਹੁਤ ਹੀ ਵੱਡੀ ਇੱਕ ਪ੍ਰਾਪਤੀ ਹੈ। ਅਸੀਂ ਆਪ ਜੀ ਨੂੰ ਸਭ ਜੋ TV ਵੇਖ ਰਹੇ ਹਨ ਖਾਲਸਾ ਪੰਥ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ। ਨਾਲ ਹੀ ਜੋ ਚੜ੍ਹਦੀ ਕਲਾ TV ਉਚੇਚੇ ਤੌਰ 'ਤੇ ਸਾਡੇ ਇਹ ਵੀਰ ਇੱਥੇ ਕਵਰੇਜ ਕਰਨ ਲਈ ਪਹੁੰਚੇ ਹਨ, ਇਹਨਾਂ ਨੂੰ GM ਵੀ ਕਹਿੰਦੇ ਹਾਂ ਅਤੇ ਆਸ ਰੱਖਦੇ ਹਾਂ ਜੋ ਇਹ TV ਚੈਨਲ ਹੈ, ਸਿੱਖ ਕੌਮ ਦਾ TV ਚੈਨਲ ਹੈ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਜੋ ਸਾਡੇ ਸਿੱਖੀ ਦੇ ਕਾਰਜ ਹਨ ਇਹਨਾਂ ਨੂੰ ਕਵਰੇਜ ਦਿੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਦੇ ਦਰਸ਼ਕ ਜਿੱਥੇ ਰੋਜ਼ ਸਵੇਰੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਸਿੱਧਾ ਪ੍ਰਸਾਰਣ ਵੇਖਦੇ ਹਨ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਵੇਖਦੇ ਹਨ, ਆਉਣ ਵਾਲੇ ਸਮੇਂ ਵਿੱਚ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਤੋਂ ਸਿੱਧਾ ਪ੍ਰਸਾਰਣ ਦੇ ਦਰਸ਼ਨ ਕਰਨਗੇ। ਉੱਥੇ ਹੀ ਹੁਣ
चढ़दी कला टाइम टीवी विश्व के कोने कोने पहुँच के जिथे जिथे भी सिख संगतान की मंग के उत्ते असी जो सेवा निभा सकते हैं वह पूरी करने की कोशिश करांगे। इत्थे ही सिख वक्री सिख आइडेंटिटी दे लई जो विश्व भर के अपनी जंग जिन्होंने जारी की हुई है, मेरे नाल सरदार अवतार सिंह जी पन्नू खड़े हैं जो सिख्स फॉर जस्टिस के प्रधान हैं। दुनिया भर के जिथे किधर भी सिखा किसी तरह की भी अपनी आइडेंटिटी के नाल रिलेटिड कोई भी परेशानी आती है वो सब तो पहले मूहरे हो के कानूनी तौर पर जो लड़ाइया होंगे वो लड़ते हैं। सरदार अवतार सिंह जी आप जी भी इतने खास तौर पर पहुंचे हो, अज की सिख डे परेड जो इतने हो रही है आप जी को लख लख बधाई हो। आप जी की कहना चाहोगे? वाहेगुरु जी का खालसा वाहेगुरू जी की फतेह। सब तो पहला मैं समुची सिख कौम दुनिया के हर कोने के वास्ते पंजाबियों को खालसा साजना दिवस की लख लख मुबारकबाद दिंदा हाँ। इस मौके के उत्ते गुरु गोबिंद सिंह जी महाराज ने लताड़े हुए उन्होंने लोगों को एक अहम मुद्दा दे के एक उन्हों की आज़ादी वास्ते उन्होंने अपनी आवाज़ बुलंद करने वास्ते खालसा पंथ साजिया सी। इसे ही कड़ी नूं अगे तुरदा मैं समझदा हाँ चढ़दी कला टाइम टीवी इंडिया के उत्तों इस चीज़ को लाइव करने वास्ते इत्थे पहुँचा है। इस परेड दीआं जिहड़ीआं गूंजां ने वह मैं समझदा हाँ दुनिया के हर कोने दे विच बड़ी शानो शौक दे नाल कर रहीआं हन। यह 30वीं सिख डे परेड जिहड़ी कि खालसा साजना दिवस नूं समर्पित है, इस दिन के उत्ते जिहड़ी अमेरिका की कांग्रेस है उस दे विच ये मता पास करके ये सानू रैकोनाइज़ किया गया खालसा नैशनल डे के नाँ के उत्ते। मैं समुची संगत का धन्यवाद करता हाँ, समुचे मीडिया का, गुरद्वारा सिख कल्चर सोसायटी की समुची टीम का, टाइम टीवी चढ़दी कला टीवी टाइम टीवी का भी धन्यवाद करता हाँ। वाहेगुरू जी का खालसा वाहेगुरू जी की फतेह। असी जिथे हमने अरदास तो बाद चो नगर कीर्तन की शुरुआत होनी है, सारिया संगतान ने मैनहैटन डाउनटाउन न्यूयॉर्क विखे पहुँचना है। साढ़े नाल इतने गुरद्वारा सिख कल्चर सोसायटी के कोआर्डीनेटर ने जेडे ये सारी कोआर्डीनेशन चल रही है सिख डे परेड की, भाई साहब भाई गुरदेव सिंह जी कान जी। वाहगुरु जी का खालसा वाहगुरु जी की फतेह। सात संगत जी जिस तरह के आप जानते हो कि अज गुरद्वारा सिख सोसायटी समूह गुरद्वारा प्रबंधक कमेटियां पंथक जथेबंदियों के सहयोग के नाल जो 30वीं सिख डे परेड आ मैनहैटन शहर न्यूयॉर्क विखे कढ़ी जा रही आ, समूह संगतां नूं खालसे दे दिवस की स्थापना दिवस की लख लख बधाई। श्री गुरु गोबिंद सिंह जी महाराज ने जो खालसा पंथ साजा साडी सिख कौम नूं जो संसार दे उत्ते क्रिएशन ऑफ खालसा का नाम आया, मैं समूह सिख जगत नूं अज लख लख असीं कह सकते हैं वध वध आप जी नूं बहुत बहुत बधाई होवे। आप जी की कहना चाहोगे? हाँ जी, वाहेगुरु जी का खालसा वाहेगुरू जी की फतेह। मैं इस परेड 30वीं परेड से पहली तो ला के 30 परेडा अटेंड कीतियां ने जो भी मिल रही है उस दिन तो मैं खालसा पंथ में चढ़दी कला की बधाई देना हाँ। पुजिया हैं साढ़े नाल खड़े हैं सरदार कुलवंत सिंह जी जो कि प्रधान हैं बाबा प्रेम सिंह जी की याद के जो सोसायटी इतने बनी है उन्होंने आप ही वालों जरूर करते संगत सिखा की यूनिटी का प्रतीक है सिख दे परेड जो अगर इन्नी बारिश के संगत इतने पहुंचे हैं, बच्चे बच्चियां नौजवान पहुंचे हैं, बुजुर्ग पहुंचे हैं, आप जी वालों की कहना है? हाँ जी, वाहगुरू जी का खालसा वाहगुरू जी की फतेह। ये सब गुरु महाराज की सारे बख्शिश ही देन जिन्हें कि सिख कौम आप ही चाहे मील हो गए पठान हो गए कट्ठा हो जिते गुरु महाराज का प्रकाश ये सिख कौम लिए मैं जी दसवें पातशाह ने पंथ खालसा साजिया सी हमेशा ही चढ़दी कला चलता है, ये चढ़दी कला का प्रतीक है जी। तो महाराज सच्चे पातशाह ऐसा ही सिख कौम चढ़दी कला च रखे तो चढ़दी कला के प्रतीक जिदा चलते रहें चाहे मीह नेरी चखा लाते रहन इस कौम इदा ही वधे फुले चढ़ते महाराज कृपा करो सच्चे पातशाह वो 30 साल तो इदा ही चल रहा बड़ी बड़ी देखे मीह भी आए नहीं नेरिया आया तो संगत महाराज का और लगे खड़ी होती है देखो तुम सामने सब लोग जो खड़े हुए हैं। वाहगुरु जी का खालसा वाहगुरु जी की फतेह। खालसा मेरो रूप है खास खालसे मैं हूँ करो निवास, खालसे पंथ दियाँ आप सरबत साध संगत में लख लख बधाइया वालों गुरुद्वारा सिख सेंटर ऑफ न्यूयॉर्क खालसा स्कूल क्वींस विलेज न्यूयॉर्क वालों ये छोटे छोटे बच्चे ये सारे खालसा स्कूल के विद्यार्थी ने जो खालसा स्कूल गुरुद्वारा सिख सेंटर ऑफ न्यूयॉर्क विखे चलाया जा रहा है। बच्चों आज दी सिख डे परेड बारे तुहानू की पता है?
ਆਪ ਸਾਡੀ ਸਿੱਖ ਦੀ ਸਾਡੀ ਪਛਾਣ ਆਪਾਂ ਰੈਪ੍ਰਜੈਂਟ ਕਰਦੇ ਹਾਂ ਸਿੱਖਾਂ ਦੀ ਪਛਾਣ ਨੂੰ ਰੈਪ੍ਰਜੈਂਟ ਕਰਦੇ ਹਾਂ ਸਿੱਖ ਦੇ ਪਰੇਡ ਕਿਉਂ ਮਨਾਇਆ ਜਾ ਰਿਹਾ ਇੱਕ ਤਾਂ ਸਿੱਖਾਂ ਦੀ ਪਛਾਣ ਨੂੰ ਰੈਪ੍ਰਜੈਂਟ ਕਰ ਰਿਹਾ ਵਿਸਾਖੀ ਦੀਆਂ ਸੰਗਤਾਂ ਨੂੰ ਇੱਥੇ ਤੁਸੀਂ ਕਿਹਾ ਵੀ ਲੱਖ ਲੱਖ ਵਧਾਈ ਅਤੇ ਇਹ ਕਿਉਂ ਮਨਾਇਆ ਜਾਂਦਾ ਵਿਸਾਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਨੂੰ ਚੁਣਿਆ ਸੀ 1699 ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਸਰਦਾਰ ਹਰੀ ਸਿੰਘ ਚਮਕ ਜੀ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹਾਂ ਕਿ ਇਸ ਤਰ੍ਹਾਂ ਦੇ ਸਮਾਗਮ ਵਿਦੇਸ਼ਾਂ ਵਿੱਚ ਇੰਨੇ ਉਤਸ਼ਾਹ ਨਾਲ ਅਸੀਂ ਦੇਖ ਰਹੇ ਹਾਂ ਮਨਾ ਰਹੇ ਹਾਂ ਪੰਜਾਬ ਵਿੱਚ ਇਹਨਾਂ ਸਮਾਗਮਾਂ ਦੀ ਕਿੰਨੀ ਕੁ ਕਮੀ ਪਾਈ ਜਾਂਦੀ ਹੈ ਰੋਮਨ ਜੀ ਜਿਹੜੇ ਮਤਲਬ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਈ ਹੈ ਜੀ ਇਹ ਸਾਡਾ ਸੁਨੇਹਾ ਵਿਦੇਸ਼ਾਂ ਸੱਤ ਸਮੁੰਦਰ ਪਾਰ ਪਹੁੰਚ ਗਿਆ ਉਹਨਾਂ ਬੜੀ ਸ਼ਰਧਾ ਨਾਲ ਉਹ ਜਿਹੜੇ ਹੁਣ ਪ੍ਰਦੇਸ਼ ਰਹੇ ਸੀਗੇ ਇਹ ਨਗਰ ਕੀਰਤਨ ਕਰ ਰਹੇ ਸੀ ਡਿਵੋਟੀ ਹੈ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਨੂੰ ਅਤੇ ਪੂਰੇ ਸਮਰਪਣ ਦੇ ਨਾਲ ਉਹ ਆਪਣੇ ਧਰਮ ਦੇ ਨਾਲ ਅਤੇ ਆਪਣੀ ਸਿੱਖਿਆਵਾਂ ਦੇ ਨਾਲ ਜੁੜੇ ਹੋਏ ਆ ਪਰ ਸਾਡੇ ਦੇ ਜਿਹੜੀ ਸਾਡੇ 'ਚ ਕਮਜ਼ੋਰੀ ਹੈ ਸਾਡੇ ਅਸਲ 'ਤੇ ਕਮਜ਼ੋਰੀ ਤਾਂ ਕਹਿੰਦੇ ਵੀ ਜਦ ਮਤਲਬ ਕਿਸੇ ਘਰ ਨੂੰ ਸਾਫ਼ ਕਰਨਾ ਹੋਵੇ ਤਾਂ ਉੱਪਰੋਂ ਕਰਨਾ ਚਾਹੀਦਾ ਪੌੜੀਆਂ ਥੱਲੇ ਨੂੰ ਕਰਨੀ ਚਾਹੀਦਾ ਉੱਥੋਂ ਜਿਹੜੇ ਸਾਡੇ ਸਮਾਗਮ ਹੁੰਦੇ ਆ ਉਹ ਸਿਰਫ ਲੈਕਚਰਾਂ ਤੱਕ ਹੀ ਹੁੰਦੇ ਸਮਾਗਮ ਹੁੰਦੇ ਆ ਸਾਡੇ ਹੁਣ ਸਭ ਤੋਂ ਵੱਡਾ ਸਮਾਗਮ ਇੱਥੇ ਜਿਹੜਾ ਸਭਾ ਹੁੰਦੀ ਫਤਿਹਗੜ੍ਹ ਸਾਹਿਬ ਦੀ ਸਭ ਤੋਂ ਜ਼ਿਆਦਾ ਦੁਨੀਆ ਆਉਂਦੀ ਹੈ ਉੱਥੇ ਜਿਹੜੇ ਸਾਡੇ ਲੀਡਰ ਆਉਂਦੇ ਸਿਰਫ ਵੋਟਾਂ ਵਾਸਤੇ ਲੈਕਚਰ ਕਰਕੇ ਚਲੇ ਜਾਂਦੇ ਆ ਇੱਥੇ ਵੀ ਜਿਹੜੇ ਭਾਵੇਂ ਵਿਸਾਖੀ ਦੇ ਦਮਦਮਾ ਸਾਹਿਬ ਜਿਵੇਂ ਕਸ਼ਮੀਰ ਸਿੰਘ ਨੇ ਦੱਸਿਆ ਦਮਦਮਾ ਸਾਹਿਬ ਵੀ ਬੜੀ ਭਾਰੀ ਵਿਸਾਖੀ ਭਰਦੀ ਹੈ ਪਰ ਸਿਰਫ ਕਿਉਂਕਿ ਕਿਵੇਂ ਕਹਿੰਦੇ ਵੀ ਚਾਰ ਪਰਿਵਾਰਾਂ ਦੇ ਪੰਜ ਛੇ ਚੁੱਲ੍ਹੇ ਹੁੰਦੇ ਆ ਉਹ ਕਰਿਆ ਹੋਏ ਇਹ ਜਿਵੇਂ ਇੱਕ ਨਗਰ ਕੀਰਤਨ ਕੱਢਿਆ ਇਹਨਾਂ ਨੇ ਇਹ ਸੁਨੇਹਾ ਦੁਨੀਆਂ ਜਾਂਦਾ ਵੀ ਪੰਖ ਜਿਹੜਾ ਖਾਲਸਾ ਪੰਥ ਇੱਕ ਹੈ ਇੱਕ ਜਗ੍ਹਾ 'ਤੇ ਖੜ੍ਹਾ ਪਰ ਉੱਥੇ ਜਿਹੜੇ ਚਾਰ ਪੰਜ ਦੀਵਾਨ ਲਾ ਜਾਂਦੇ ਆ ਉਹ ਇੱਕ ਦੂਜੇ ਨੂੰ ਗਾਲਾਂ ਕੱਢਣ ਤੱਕ ਸੀਮਤ ਰਹਿੰਦੇ ਆ ਅਸੀਂ ਗਾਲਾਂ ਕੱਢਣ ਦਾ ਜ਼ਿਆਦਾ ਕਰਦੇ ਹਾਂ ਆਪਣੇ ਧਰਮ ਨੂੰ ਪਿੱਛੇ ਛੱਡਿਆ ਜਿਹੜਾ ਪ੍ਰਚਾਰ ਆ ਸਾਡਾ ਉਹ ਗਾਲਾਂ 'ਚ ਰੁੜ ਜਾਂਦਾ ਉਹਨਾਂ ਦਾ ਇਹ ਹੁੰਦਾ ਵੀ ਅਸੀਂ ਆਪਣਾ ਪ੍ਰਚਾਰ ਕਰੀਏ ਅਸੀਂ ਆਪਣੀਆਂ ਵੋਟਾਂ ਬਣਾਈਏ ਸਿਰਫ ਵੋਟਾਂ ਤੱਕ ਸੀਮਤ ਹੋ ਕੇ ਰਹਿ ਗਏ ਜਿਹੜਾ ਸਾਡਾ ਧਰਮ ਹੈ ਪਿੱਛੇ ਚੱਲ ਗਿਆ ਧਰਮ ਦੇ ਉੱਤੇ ਰਾਜਨੀਤੀ ਭਾਰੂ ਹੋ ਗਈ ਜਿੱਥੇ ਰਾਜਨੀਤੀ ਭਾਰੂ ਹੋ ਜਾਵੇ ਧਰਮ ਦਾ ਖਤਮ ਹੋ ਜਾਂਦਾ ਜਿੱਥੇ ਰਾਜਨੀਤੀ ਕਿਤੇ ਵੀ ਆ ਜਾਵੇ ਭਾਵੇਂ ਘਰ ਦੇ 'ਚ ਰਾਜਨੀਤੀ ਆ ਜਾਵੇ ਭਾਵੇਂ ਦੇਸ਼ 'ਚ ਆ ਜਾਵੇ ਭਾਵੇਂ ਪਰਿਵਾਰ 'ਚ ਕਿਤੇ ਵੀ ਆ ਜਾਵੇ ਸੂਬੇ 'ਚ ਆ ਜਾਵੇ ਜਿੱਥੇ ਰਾਜਨੀਤੀ ਆ ਗਈ ਕਿ ਰਾਜਨੀਤੀ ਇੱਕ ਕਿਸਮ ਦਾ ਜ਼ਹਿਰ ਹੈ ਉਹ ਜ਼ਹਿਰ ਜਿੱਥੇ ਚਲੇ ਗਿਆ ਉਹਨੂੰ ਖਰਾਬ ਕਰ ਦਿੰਦਾ ਉਹ ਖਤਮ ਚੀਜ਼ਾਂ ਖਤਮ ਕਰ ਦੇਣੀਆਂ ਹੁਣ ਸਾਡੇ ਸਾਰੇ ਜਗ੍ਹਾ ਦੇ ਵਿੱਚ ਜਿੱਥੇ ਵੀ ਜਾਈਏ ਜਿੱਥੇ ਵੀ ਦੁਆਨ ਲੱਗਦੇ ਕਿਤੇ ਵੀ ਲਾਉਂਦੇ ਆ ਸਾਰੇ ਫੰਕਸ਼ਨ ਹੁੰਦੇ ਆ ਪ੍ਰੋਗਰਾਮ ਹੁੰਦੇ ਆ ਸਭਾ ਹੋਵੇ ਭਾਵੇਂ ਕੋਈ ਮੇਲੇ ਹੋਣ ਕੁਛ ਵੀ ਹੋਵੇ ਚਾਹੀਦਾ ਜਿੱਥੇ ਮਤਲਬ ਦੁਨੀਆ ਇਕੱਠੀ ਹੁੰਦੀ ਹੈ ਕੋਈ ਪ੍ਰਚਾਰ ਕਰੀਏ ਧਰਮ ਪ੍ਰਚਾਰ ਕਰੀਏ ਲੋਕਾਂ ਨੂੰ ਸਿੱਖੀ ਦੇ ਨਾਲ ਜੋੜੀਏ ਸਿਰਫ ਉੱਥੇ ਆਉਂਦੇ ਆ ਸਾਡੇ ਲੀਡਰ ਜਿਹਨਾਂ 'ਤੇ ਅਸੀਂ ਲੀਡਰਾਂ 'ਤੇ ਜਿਹਨਾਂ 'ਤੇ ਡਿਪੈਂਡ ਕਰਦੇ ਹਾਂ ਭਾਵੇਂ ਧਾਰਮਿਕ ਲੀਡਰ ਹੋਣ ਭਾਵੇਂ ਕੁਛ ਵੀ ਹੋਣ ਉਹ ਸਿਰਫ ਆਪਣੀਆਂ ਵੋਟਾਂ ਤੱਕ ਸੀਮਤ ਆ ਵੋਟਾਂ ਲੈ ਕੇ ਜਿੱਥੇ ਵੀ ਸਾਡੀ ਜਨਤਾ ਜ਼ਿਆਦਾ ਜਾਂਦੀ ਹੈ ਉੱਥੇ ਕਹਿੰਦੇ ਵੀ ਅਸੀਂ ਆਪਣਾ ਟਾਈਮ ਕੱਢੀਏ ਵੋਟਾਂ ਵਾਸਤੇ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਪ੍ਰਚਾਰ ਕਰਕੇ ਚਲੇ ਜਾਈਏ ਧਰਮ ਇਹਨਾਂ ਤੋਂ ਵਿਸਰ ਗਿਆ ਧਰਮ ਅਤੇ ਰਾਜਨੀਤੀ ਦਾ ਟਾਕਰਾ ਇਸ ਦੇ ਵਿੱਚ ਜੇ ਰਾਜਨੀਤੀ ਦੇ ਉੱਤੇ ਧਰਮ ਭਾਰੂ ਹੋਵੇ ਫਿਰ ਤਾਂ ਠੀਕ ਹੈ ਜੇ ਧਰਮ ਦੇ ਉੱਤੇ ਰਾਜਨੀਤੀ ਭਾਰੂ ਹੋ ਗਈ ਇੱਥੇ ਰਾਜਨੀਤੀ ਭਾਰੂ ਹੋਈ ਵੀ ਸਿਰਫ ਰਾਜਨੀਤੀ ਨਾਲ ਗੱਲਾਂ ਕਰਨੀਆਂ ਧਰਮ ਨੂੰ ਪਿੱਛੇ ਛੱਡਣਾ ਇਸ ਕਰਕੇ ਅਸੀਂ ਜਿਹੜੇ ਸਾਰੀ ਜਨਤਾ ਅਤੇ ਉਹ ਫਿਰ ਇੱਕ ਦੋ ਵਾਰ ਜਾਂਦੀ ਹੈ ਇਹਨਾਂ ਦੇ ਲੈਕਚਰ ਸੁਣਦੀ ਹੈ ਮੁੜਕੇ ਦੇ ਵੀ ਇਹੀ ਗੱਲਾਂ ਕਰਨੀਆਂ ਇਹਨਾਂ ਨੇ ਕੋਈ ਧਰਮ ਦੀ ਗੱਲ ਕਰਨੀ ਹੈਗੀ ਇਸੇ ਕਰਕੇ ਜਿਹੜੀ ਜਨਤਾ ਅਤੇ ਸਾਡੀ ਪਨੀਰੀ ਹੈ ਜਿਹੜੀ ਇਹ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ ਇਹ ਮੌਕੇ ਹੁੰਦੇ ਆ ਧਰਮ ਨੂੰ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਦੇ ਅਤੇ ਚੰਗੀਆਂ ਸਿੱਖਾਵਾਂ ਦੇ 'ਤੇ ਚੱਲਣ ਦੇ ਇਹ ਸਾਡੇ ਲੀਡਰਾਂ ਦੇ ਜਿਹੜੇ ਸਾਡੇ ਰਹਿਨੁਮਾ ਜਿਹੜੇ ਉਹ ਇਹ ਤੋਂ ਦੂਰ ਚਲੇ ਗਏ ਇਸ ਕਰਕੇ ਸਾਡੇ ਜਿਹੜੇ ਮੇਲੇ ਵੀ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਫਿੱਕੇ ਪੈ ਰਹੇ ਦਿਨ ਪ੍ਰਤੀ ਦਿਨ ਬਾਹਰ ਜ਼ਿਆਦਾ ਦੇਖੋ ਬਾਹਰ ਜ਼ਿਆਦਾ ਕਹਿ ਦਿੰਦੇ ਕਿੰਨੀ ਸਰਦਾਰ ਹਰੀ ਸਿੰਘ ਚਮਕ ਜੀ ਨੇ ਦੱਸਿਆ ਕਿ ਬਹੁਤ ਵਧੀਆ ਮਤਲਬ ਪ੍ਰਚਾਰ ਦੀ ਕਾਫੀ ਹੱਦ ਤੱਕ ਲੋੜ ਹੈ ਇਹੋ ਜਿਹੇ ਸਮਾਗਮ ਮਨਾ ਲਈ ਸਰਦਾਰ ਕਸ਼ਮੀਰ ਸਿੰਘ ਜੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਕਿ ਸਮਾਗਮ ਦੇਸ਼ ਵਿਦੇਸ਼ ਦੇ ਨਤੀਜੇ ਨੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਇੰਨਾ ਉਤਸ਼ਾਹ ਪਾਇਆ ਜਾ ਰਿਹਾ ਪੰਜਾਬ ਵਿੱਚ ਕਿਉਂ ਮਤਲਬ ਕਿ ਇੰਨੀ ਘਾਟ ਕਿਉਂ ਪਾਈ ਜਾਂਦੀ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਪੋਜੀਸ਼ਨ ਆ ਅਤੇ ਸਿੱਖਾਂ ਦੀ ਬਾਹਰ ਪੋਲੀਟੀਕਲ ਪੋਜੀਸ਼ਨ ਆ ਅਲੱਗ ਅਲੱਗ ਆ ਆਮ ਤੌਰ 'ਤੇ ਪਿਛਲੇ ਲੰਬੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੋਲੀਟੀਕਲ ਦੋ ਹੀ ਧਿਰਾਂ ਰਹੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤਾਂ ਇਹ ਦੋਨੇ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਇਹ ਬਥੇਰਾ ਕੁਛ ਕਰਦੇ ਰਹੇ ਨੇ ਸਿੱਖੀ ਦੇ ਨਾਲ ਜੁੜ ਕੇ ਇਹਨਾਂ ਨੇ ਕੰਮ ਕਰਨ ਦਾ ਘੱਟ ਯਤਨ ਕੀਤਾ ਬਾਹਰ ਸਿੱਖਾਂ ਦੀ ਇਹ ਪੋਜੀਸ਼ਨ ਨਹੀਂ ਹੈ ਉੱਥੇ ਜਿਹੜਾ ਵੀ ਕਿਸੇ ਦੀ ਵੀ ਸਰਕਾਰ ਹੈ ਸਿੱਖ ਉਹਨਾਂ ਲਈ ਕੌਮਨ ਨੇ ਉਹ ਸਿੱਖਾਂ ਲਈ ਕੌਮਨ ਨੇ ਅਤੇ ਉਹ ਸਿੱਖਾਂ ਦੇ ਫੰਕਸ਼ਨ ਦੇ ਵਿੱਚ ਆਣ ਕੇ ਖੁਸ਼ ਨੇ ਲੇਕਿਨ ਇੱਥੇ ਜਿਵੇਂ
मैं सोचता कि जे दूसरे पद्धर ते ए विसाखी दा खुशी दा दिहाड़ा हो गया जिहड़ा हरी सिंह चमक होना ने कहा जिहड़ा फतेहगढ़ साहब छोटे साहबजादियां दा आपां शहीदी दिवस मनाउने आ जोड़ मेला मनाउने आ संसार दे विच इस जोड़ मेले नूं अजिहे विलक्षण ढंग दे नाल मनाउणा चाहीदा कि दुनिया दे लोक देखण आउण कि सिख उस दिन नूं किवें मनाउंदे ने कि जिद्दन दसवें पातशाह दे जिस गुरु ने खालसा पंथ साजिया उहदे छोटे छोटे पुत्रां नूं नीहां दे विच चिण दित्ता गया तां उस वेले सिखां ने मतलब सिख उस दिन नूं किवें मनाउंदे आ जिहड़े पंजाब विधान सभा दे साबका स्पीकर रहे ने सरदार वीर दविंदर सिंह उन्होंने पिछे दे इक पैफलेंट भी जिहड़ा इस संबंध दे विच छापिया बहुत भावपूर्वक और उन्होंने लैक्चर भी किए कई थावां ते और वो जदों इस संबंध दे विच इक लैक्चर करन लई बाहर किसी विदेश दे विच गए तां उत्थे उन्होंने जदों उन्होंने छोटे साहबजादियां दी शहीदी दी गल सुनाई तो उत्थे एक अंग्रेज औरत ने उन्होंने सवाल करिया कि उन्हें कि तुसीं इह दिन मनाउंदे किवें हो ते वह कहिंदे कि मैनूं इह दसण दे लई वी मेरे कोल कोई शब्द ही नहीं सी कि आ पांच सत्त साल नूं छड्ड दईए उस तो पहला उत्थे डांसरां दे डांस हुंदे सीगे जोड़ मेले तो मेला सीगा लोग शराबां पींदे सी कई कुछ हुंदा सी ਪੰਗੂੜੇ ਲੱਗਦੇ ਸੀ ਤਾਂ ਉਹ ਸਾਰਾ ਦਿਨ ਇੰਨਾ ਬੁਰੇ ਢੰਗ ਨਾਲ ਬਣਾਇਆ ਜਾਂਦਾ ਸੀ ਤਾਂ ਉਦੋਂ ਵੀ ਕੁਝ ਜਿਹੜੇ ਜਾਗਰਤ ਸਿੱਖ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਉਠਾਇਆ ਜਿਹੜੇ ਉਸ ਵੇਲੇ ਡੀ ਸੀ ਸੀਗੇ ਫਤਿਹਗੜ੍ਹ ਸਾਹਿਬ ਦੇ ਉਹਨਾਂ ਦੇ ਨੋਟਿਸ ਵਿੱਚ ਗੱਲ ਲਿਆਂਦੀ ਕਿ ਦੇਖੋ ਇਹ ਜਿਹੜੇ ਉੱਥੇ ਕੀ ਕਹਿ ਦਿੰਦੇ ਨੇ ਸਰਕਸਾਂ ਲੱਗਦੀਆਂ ਨੇ ਹੋਰ ਇਵੇਂ ਦਾ ਕਈ ਕੁਛ ਉੱਥੇ ਇਵੇਂ ਦਾ ਪ੍ਰੋਗਰਾਮ ਹੁੰਦੇ ਆ ਡੀ ਜੇ ਲੱਗਦੇ ਆ ਪੰਗੂੜੇ ਲੱਗਦੇ ਆ ਕਿ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇੱਥੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 'ਤੇ ਇਵੇਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਦਕਿ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਹੋਰ ਕਈ ਚੰਗੇ ਸਿੱਖਾਂ ਦੀ ਪੰਜਾਬ ਦੇ ਵਿੱਚ ਸਰਕਾਰ ਰਹਿ ਚੁੱਕੀ ਆ ਤਾਂ ਉਹਨਾਂ ਨੇ ਕਦੀ ਵੀ ਜਾਂ ਕਾਂਗਰਸ ਦੀ ਰਹਿ ਚੁੱਕੀ ਆ ਕਦੀ ਵੀ ਇਸ ਚੀਜ਼ ਨੂੰ ਇੰਨੇ ਜਿਹੜਾ ਸੀ ਗੰਭੀਰਤਾ ਦੇ ਨਾਲ ਨਹੀਂ ਲਿਆ ਤਾਂ ਜਦੋਂ ਵੀ ਚਾਹੀਦਾ ਤਾਂ ਇਹ ਆ ਕਿ ਜਿੱਦਣ ਉਹ ਨਗਰ ਕੀਰਤਨ ਨਿਕਲੇ ਚਾਹੇ ਸਾਡੇ ਆਪਸ ਵਿੱਚ ਕਿੰਨੇ ਵੀ ਸਿਆਸੀ ਮਤਭੇਦ ਹੋਣ ਉਹਦੇ ਬਾਵਜੂਦ ਦੁਨੀਆ ਭਰ ਦੀ ਜਿਹੜੀ ਪੰਜਾਬ ਦੀ ਖਾਸ ਕਰਕੇ ਲੀਡਰਸ਼ਿਪ ਆ ਜਾਂ ਭਾਰਤ ਦੀ ਲੀਡਰਸ਼ਿਪ ਆ ਇਹਨਾਂ ਸਾਰਿਆਂ ਲੋਕਾਂ ਨੂੰ ਆਪਣੇ ਗਿਲਵੇ ਸ਼ਿਕਵੇ ਛੱਡ ਕੇ ਆਪਣੀਆਂ ਸੌੜੀਆਂ ਰਾਜਨੀਤੀਆਂ ਛੱਡ ਕੇ ਹੋਰ ਸਾਰਾ ਕੁਝ ਛੱਡ ਕੇ ਉੱਥੇ ਆਮ ਸਿੱਖ ਦੇ ਨਿਆਈ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਔਰ ਉਹਦਾ ਕਿਸੇ ਤਰ੍ਹਾਂ ਵੀ ਉਹਨੂੰ ਪੋਲੀਟੀਕਲੀ ਨਿੱਜੀ ਹਿੱਤਾਂ ਲਈ ਜਾਂ ਆਪਣੀ ਸੌੜੀ ਜਿਹੜੀ ਰਾਜਨੀਤੀ ਆ ਉਹਨੂੰ ਇਸਤੇਮਾਲ ਕਰਨ ਦੀ ਉਹਦੇ ਵਿੱਚ 1% ਵੀ ਜਿਹੜੀ ਮਨ ਦੇ ਵਿੱਚ ਕੋਈ ਇੱਛਾ ਨਹੀਂ ਹੋਣੀ ਚਾਹੀਦੀ ਪੂਰੀ ਜਿਹੜਾ ਨਿਰਮਲ ਮਨ ਬਣਾ ਕੇ ਉਸ ਜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਉਹ ਇੰਨਾ ਵੈੱਲ ਔਰਗਨਾਈਜ਼ਡ ਹੋਵੇ ਉਹ ਤਾਂ ਅਜੇ ਸੰਗਤਾਂ ਹੀ ਆਪ ਕਰਦੀਆਂ ਨੇ ਆਗੂਆਂ ਵੱਲੋਂ ਉੱਥੇ ਕੋਈ ਵੈੱਲ ਔਰਗਨਾਈਜ਼ਡ ਕੁਛ ਨਹੀਂ ਕੀਤਾ ਜਾਂਦਾ ਜੋ ਕੁਛ ਹੈ ਸੰਗਤਾਂ ਦਾ ਆਪਣਾ ਹੀ ਹੈ ਅਗਰ ਉਹਨੂੰ ਬਹੁਤ ਜ਼ਿਆਦਾ ਵਧੀਆ ਢੰਗ ਦੇ ਨਾਲ ਕੀਤਾ ਜਾਵੇ ਤਾਂ ਦੁਨੀਆ ਦੇ ਲੋਕ ਦੇਖਣ ਆਉਣ ਕਿ ਇਸ ਕੌਮ ਦੇ ਜਿਹੜੇ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਨੇ ਸਿੱਖ ਉਹਨਾਂ ਨੂੰ ਇਵੇਂ ਯਾਦ ਕਰਦੇ ਨੇ ਜਦ ਕਿ ਜਿਹੜੇ ਪਾਕਿਸਤਾਨ ਮੁਸਲਮਾਨ ਧਰਮ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਇੱਦਾਂ ਦੀਆਂ ਘਟਨਾਵਾਂ ਨੇ ਉਹ ਉਸ ਦਿਨ ਜਲੂਸ ਕੱਢ ਕੇ ਆਪਣੇ ਜਿਹੜੇ ਪਿੰਡੇ ਛਿੱਲ ਕੇ ਕਈ ਤਰ੍ਹਾਂ ਦਾ ਇੱਦਾਂ ਦੀ ਪ੍ਰਦਰਸ਼ਨ ਕਰਕੇ ਖੂਨ ਵਹਾ ਕੇ ਉਹਨਾਂ ਨੂੰ ਸ਼ਹੀਦਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਕਰਬਲਾ ਦੇ ਸ਼ਹੀਦਾਂ ਨੂੰ ਪਰ ਸਿੱਖਾਂ ਨੇ ਭਾਵੇਂ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਪਰ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਅੱਖਾਂ ਨਮਨ ਹੋਣ ਸ਼ਰਧਾ ਹੋਣ ਉਸ ਦ੍ਰਿਸ਼ ਨੂੰ ਫੀਲ ਕਰਦੇ ਹੋਣ ਉਸ ਦੀ ਘੜੀ ਇਕੱਲੇ ਸਿੱਖ ਨਹੀਂ ਸਿੱਖਾਂ ਦੇ ਆਗੂ ਵੀ ਕਿ ਕਿਵੇਂ ਦਾ ਦਿਨ ਹੋਏਗਾ ਜਿੱਦਣ ਪਾਤਸ਼ਾਹ ਦੇ ਬੱਚਿਆਂ ਨੂੰ ਇੱਥੇ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਇੱਥੇ ਉਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਸੀ ਕੋਈ ਉਹਨਾਂ ਨੂੰ ਸਾਂਭਣ ਵਾਲਾ ਨਹੀਂ ਸੀ ਕਿਵੇਂ ਜਿਹੜਾ ਸੀਗਾ ਆਪਣੇ ਜਿਨ੍ਹਾਂ ਨੇ ਉਹਨਾਂ ਦਾ ਸੰਸਕਾਰ ਕੀਤਾ ਭਾਈ ਦੀਵਾਨ ਟੋਡਰਮੱਲ ਜੀ ਕਿ ਉਹਨਾਂ ਨੇ ਕਿੱਦਾਂ ਦਾ ਇਸ ਦਿਨ ਮਨਾਇਆ ਹੋਏਗਾ ਕਿ ਜਦੋਂ ਇੱਥੇ ਉਹਨਾਂ ਨੇ ਕਿੱਦਾਂ ਦੇ ਹਾਲਾਤ ਹੋਣਗੇ ਉਹਨਾਂ ਹਾਲਾਤਾਂ ਨੂੰ ਸੰਗਤਾਂ ਨੂੰ ਅਹਿਸਾਸ ਕਰਾਇਆ ਜਾਵੇ ਨੌਜਵਾਨਾਂ ਨੂੰ ਅਹਿਸਾਸ ਕਰਾਇਆ ਜਾਵੇ ਉੱਥੇ ਸਾਰਾ ਪ੍ਰੋਗਰਾਮ 'ਤੇ ਇੱਕੋ ਸਟੇਜ 'ਤੇ ਸਾਰਾ ਕੁਛ ਇਵੇਂ ਹੋਵੇ
ਤਾਂ ਮੈਨੂੰ ਲੱਗਦਾ ਕਿ ਸਿੱਖ ਨੌਜਵਾਨ ਜ਼ਰੂਰ ਉਸ ਸਾਰੀ ਚੀਜ਼ ਤੋਂ ਸਿੱਖੀ ਦੇ ਨਾਲ ਜੁੜਨਗੇ। ਪਰ ਉੱਥੇ ਕੀ ਹੁੰਦਾ ਕਿ ਇੱਕ ਦਿਨ ਪਹਿਲਾਂ ਆਪਣੀਆਂ ਸਿਆਸੀ ਕਾਨਫਰੰਸਾਂ ਕਰਕੇ, ਚਾਹੇ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਹੋਰ ਪੋਲੀਟੀਕਲ ਪਾਰਟੀਆਂ ਨੇ, ਉਹ ਕਰਕੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਗਾਂਹ ਜਾਂਦੀਆਂ ਨੇ। ਛੋਟੇ ਸਾਹਿਬਜ਼ਾਦਿਆਂ ਦਾ ਚੇਤਾ ਹੀ ਨਹੀਂ। ਔਰ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਇਹੋ ਜਿਹੇ ਨੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ 'ਤੇ ਰਸ਼ ਦੇ ਕਾਰਨ ਮੱਥਾ ਟੇਕਣ ਵੀ ਨਹੀਂ ਜਾਂਦੇ। ਬਿਲਕੁਲ ਪਾਈ ਜਾਂਦੀ ਜੀ, ਬਿਲਕੁਲ ਪਾਈ ਜਾਂਦੀ। ਇਹ ਠੀਕ ਆ, ਹੁਣ ਕੁਝ ਸਮੇਂ ਤੋਂ ਉੱਥੇ ਪੁਲਿਸ ਬਹੁਤ ਵਧੀਆ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਉਹਨੂੰ ਪ੍ਰਬੰਧ ਕਰਨ ਦਾ ਯਤਨ ਕਰ ਰਹੀ ਆ, ਪਰ ਜਿਸ ਪੱਧਰ ਨਾਲ ਉਹ ਸਾਰਾ ਕੁਝ ਵਿਉਂਤਿਆ ਜਾਣਾ ਚਾਹੀਦਾ ਅਤੇ ਸਮੂਹ ਸਿੱਖ ਜਗਤ ਦੀ ਉਹਦੇ ਵਿੱਚ ਸਾਂਝੇ ਤੌਰ 'ਤੇ ਹਾਜ਼ਰੀ ਲੱਗਣੀ ਚਾਹੀਦੀ ਆ, ਉਹ ਬਿਲਕੁਲ ਉੱਥੋਂ ਜਿਹੜਾ ਵਾ ਮਾਈਨਸ ਦੇ ਵਿੱਚ ਹੈ, ਉਹ ਉੱਥੇ ਇਵੇਂ ਦੀ ਕੋਈ ਗੱਲ ਨਹੀਂ। ਧਾਰਮਿਕ ਭਾਵਨਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਵੱਡਾ ਯੋਗਦਾਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਗੱਲਬਾਤ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਅਤੇ ਆਓ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਨਿਊਯਾਰਕ ਰਿਚਮੰਡ ਹਿੱਲ ਵਿਖੇ, ਜਿੱਥੇ ਵਿਸਾਖੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਆਓ ਵੇਖਦੇ ਹਾਂ ਉੱਥੇ ਕੀ ਕੁਛ ਚੱਲ ਰਿਹਾ ਖਾਸ। ਬਿਲਕੁਲ ਰੂਮਨ ਜੀ, ਜਿਵੇਂ ਕਿ ਸਰਦਾਰ ਕਸ਼ਮੀਰ ਸਿੰਘ ਜੀ ਵੀ ਜ਼ਿਕਰ ਕਰ ਰਹੇ ਸੀ ਕਿ ਸਾਡੇ ਦੇਸ਼ ਵਿੱਚ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ, ਜਦੋਂ ਅਸੀਂ ਇਹੋ ਜਿਹੇ ਇਤਿਹਾਸਿਕ ਦਿਹਾੜੇ ਮਨਾਉਂਦੇ ਹਾਂ, ਇਹੋ ਜਿਹੇ ਇਤਿਹਾਸਿਕ ਦਿਹਾੜਿਆਂ ਨੂੰ ਅਸੀਂ ਔਰਗਨਾਈਜ਼ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਘਾਟਾ ਰਹਿ ਜਾਂਦੀਆਂ ਨੇ। ਉਹਦਾ ਕਾਰਨ ਕੀ ਹੈ? ਮੰਨ ਲਓ ਜੇ ਕਿਸੇ, ਹੁਣ ਪਟਿਆਲਾ ਸ਼ਹਿਰ ਦੀ ਉਦਾਹਰਨ ਦਿੱਤੀ ਸੀ ਸਰਦਾਰ ਕਸ਼ਮੀਰ ਸਿੰਘ ਜੀ ਨੇ, ਜੇ ਪਟਿਆਲਾ ਸ਼ਹਿਰ ਦੇ ਸਾਰੇ ਸਿੱਖ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸੇ ਪ੍ਰਕਾਰ ਹੀ ਹਰ ਇੱਕ ਸ਼ਹਿਰ ਦੇ ਸਾਰੇ ਸਿੱਖ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਏ, ਇੱਕ ਦਿਨ ਔਰਗਨਾਈਜ਼ ਕਰ ਲੈਣ ਬਸ, ਵੀ ਇਹ ਦਿਨ ਜਿਹੜਾ ਅਸੀਂ ਆਹ ਪੁਰਬ ਮਨਾਉਣਾ, ਤਾਂ ਬਹੁਤ ਵੱਡਾ ਜਿਹੜਾ ਇਹੀ ਬਹੁਤ ਵੱਡਾ ਪ੍ਰਚਾਰ ਹੋਵੇਗਾ ਕਿ ਇਕੱਠੇ ਹੋ ਗਏ ਉਹਨੇ, ਕਿਉਂਕਿ ਉਹਨੇ ਹੁਣ ਵੱਖਰੇ ਵੱਖਰੇ ਤੌਰ 'ਤੇ ਜਦੋਂ ਕੋਈ ਸਮਾਗਮ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਦੇ, ਉਹਦੇ ਨਾਲ ਕੀ ਹੁੰਦਾ, ਹਰ ਇੱਕ ਪ੍ਰਬੰਧਕ ਨੂੰ ਇਹ ਹੁੰਦਾ ਕਿ ਮੇਰਾ ਸਮਾਗਮ ਜ਼ਿਆਦਾ ਵਧੀਆ ਹੋਵੇ ਦੂਜੇ ਦੇ ਨਾਲੋਂ, ਉਹ ਦੂਜਾ ਵੀ ਇਹ ਸੋਚਦਾ ਕਿ ਮੇਰਾ ਸਮਾਗਮ ਜ਼ਿਆਦਾ ਵਧੀਆ ਹੋਵੇ। ਕਿਤੇ ਨਾ ਕਿਤੇ SGPC ਹੈ ਨਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਯੋਜਨਾਬੱਧ ਤਰੀਕੇ ਦੀ ਬਹੁਤ ਜ਼ਿਆਦਾ SGPC ਦਾ ਦੇਖੋ ਜੀ, ਸਾਡੀ ਸਿਰਮੌਰ ਜਥੇਬੰਦੀ ਹੈ ਜਿਹੜੀ ਕਿ ਬਹੁਤ ਕੁਝ ਕਰ ਸਕਦੀ ਹੈ, ਕਰ ਵੀ ਰਹੀ ਹੈ, ਪਰ ਜੇ ਹੋਰ ਕੁਝ ਕਰੇ ਜੀ, ਜਿਵੇਂ ਪਿੰਡਾਂ ਪਿੰਡਾਂ ਦੇ ਵਿੱਚ ਇਹੋ ਜਿਹੇ ਸਮਾਗਮ ਉਲੀਕੇ ਜਾਣ ਜਿਨ੍ਹਾਂ ਦੇ ਨਾਲ ਸਿੱਖੀ ਦਾ ਪ੍ਰਚਾਰ ਹੋ ਸਕੇ, ਗੁਰੂ ਸਾਹਿਬ ਜੀ ਦੇ ਗੁਰਪੁਰਬ ਜਿਹੜੇ ਨੇ, ਹਰ ਇੱਕ ਗੁਰਪੁਰਬ ਨੂੰ ਲੈ ਕੇ ਕਥਾ ਦਾ ਪ੍ਰੋਗਰਾਮ ਹੋਵੇ, ਕੀਰਤਨ ਦਾ ਪ੍ਰੋਗਰਾਮ ਹੋਵੇ, ਪਿੰਡ ਪਿੰਡ ਵਿੱਚ ਪਤਾ ਲੱਗੇ ਕਿ ਅੱਜ ਇਸ ਗੁਰੂ ਸਾਹਿਬਾਨ ਜੀ ਦਾ ਆਹ ਦਿਹਾੜਾ ਹੈ ਅਤੇ ਕਿਉਂ ਅਸੀਂ ਮਨਾ ਰਹੇ ਹਾਂ, ਉਹ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਕੀ ਹੈ, ਕਿਉਂਕਿ ਜਿੰਨੇ 10 ਗੁਰੂ ਸਾਹਿਬਾਨ ਸਾਡੇ ਹੋਏ ਨੇ ਅਤੇ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੈ ਹੀ ਪਰਮੇਸ਼ਰ ਰੂਪ, ਸ਼ਬਦ ਰੂਪ ਨੇ, ਤਾਂ 10 ਗੁਰੂ ਸਾਹਿਬਾਨਾਂ ਨੇ ਕੀ ਕੀਤਾ ਆਪਣੇ ਜੀਵਨ ਦੇ ਵਿੱਚ, ਉਹ ਕਾਰਜ ਕੀਤੇ ਨੇ ਜਿਹੜੇ ਕਿ ਇੱਕ ਨੋਰਮਲ ਬੰਦਾ, ਇੱਕ ਆਮ ਬੰਦਾ ਸੋਚ ਵੀ ਨਹੀਂ ਸਕਦਾ ਸੀ ਜੀ ਉਸ ਸਮੇਂ ਦੇ ਵਿੱਚ। ਜੇ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ ਤਾਂ ਕਿਸ ਪ੍ਰਕਾਰ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ, ਕਿਸ ਪ੍ਰਕਾਰ ਜਦੋਂ ਵੱਖਰੇ ਵੱਖਰੇ ਖੂਹ ਹੁੰਦੇ ਸੀ, ਵੀ ਆਹ ਜੱਟਾਂ ਦਾ ਖੂਹ, ਆਹ ਰਵਦਾਸੀਆਂ ਦਾ ਖੂਹ, ਤਾਂ ਮਹਾਰਾਜ ਨੇ ਬੋਲੀ ਬਣਾਤੀ ਕਿ ਸਾਰੇ ਸਿੱਖ ਇੱਕੋ ਬੋਲੀ 'ਚੋਂ ਪਾਣੀ ਪੀਣ, ਭਾਵ ਕਿ ਹਰ ਇੱਕ ਗੁਰੂ ਸਾਹਿਬ ਦੇ ਜੋ ਅਸੀਂ ਗੁਰਪੁਰਬ ਮਨਾਵਾਂਗੇ ਤਾਂ ਉਸ ਗੁਰੂ ਸਾਹਿਬ ਜੀ ਦੀ ਸਾਨੂੰ ਦੇਣ ਕੀ ਹੈ, ਸਮਾਜ ਨੂੰ ਕੀ ਦੇਣਾ, ਸਿੱਖੀ ਨੂੰ ਕੀ ਦੇਣਾ, ਉਹਦੇ ਬਾਰੇ ਜਾਗਰੂਕ ਕਰਾਂਗੇ ਆਪਣੇ ਬੱਚਿਆਂ ਨੂੰ, ਕਥਾ ਦਾ ਪ੍ਰੋਗਰਾਮ ਹੋਏਗਾ ਜਦੋਂ ਕਥਾ ਵਿੱਚ ਉਹਨਾਂ ਦਾ ਜੀਵਨ ਦੱਸਿਆ ਜਾਵੇ। ਦਿਹਾੜੇ ਸਾਡੇ ਕੋਲ ਬਹੁਤ ਨੇ, ਪਰ ਘਾਟ ਕਿਤੇ ਨਾ ਕਿਤੇ ਸਾਡੇ ਯੋਜਨਾ ਪ੍ਰਚਾਰ ਵਿੱਚ ਵੀ ਉਹਨੂੰ ਯੋਜਨਾਬੰਦ ਨਹੀਂ ਸੀ ਕਰ ਸਕਦੇ। ਬਹੁਤ ਵਧੀਆ ਗੱਲ ਕਹੀ ਹੈ ਮਨਦੀਪ ਕੌਰ ਖਾਲਸਾ ਜੀ ਨੇ, ਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਮੀ ਹੈ ਯੋਜਨਾਬੱਧ ਤਰੀਕੇ, ਖਾਸ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਜਿੰਨਾ ਯੋਗਦਾਨ ਪਾਉਣਾ ਚਾਹੀਦਾ ਉਹਨਾਂ ਪੈ ਨਹੀਂ ਰਿਹਾ। ਅਤੇ ਅਗਲਾ ਸਵਾਲ ਮੇਰਾ ਸਰਦਾਰ ਹਰੀ ਸਿੰਘ ਚਮਕ ਜੀ ਤੋਂ ਹੈ ਕਿ ਸਰਦਾਰ ਹਰੀ ਸਿੰਘ ਚਮਕ ਜੀ, ਆਪਣੀ ਨੌਜਵਾਨ ਪੀੜ੍ਹੀ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਸੰਦੇਸ਼ ਦੇਣਾ ਚਾਹਾਂਗੇ? ਅਜਿਹੇ ਸਮਾਗਮਾਂ ਨੂੰ ਅਗਰ ਦੇਖਿਆ ਜਾਏ ਤਾਂ ਪੰਜਾਬ ਵਿੱਚ ਬਹੁਤ ਵੱਡੀ ਘਾਟ ਪਾਈ ਜਾਂਦੀ ਹੈ, ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਇਹ ਤੁਸੀਂ ਲੈ ਸਕਦੀ ਹੈ, ਕੀ ਸੰਦੇਸ਼ ਆਪਾਂ ਦੇਣਾ ਚਾਹੁੰਦੇ? ਮਤਲਬ ਜਿਹੜੇ ਰਹਿਨੁਮਾ ਪਹਿਲਾਂ ਵੀ ਮੈਂ ਕਿਹਾ ਸੀਗਾ, ਨੌਜਵਾਨ ਪੀੜ੍ਹੀ ਦੇਖ ਕੇ ਚੱਲਦੀ ਅੱਗੇ ਜੀ,
ਜਿਹੜੇ ਸਾਡੇ ਪ੍ਰਚਾਰਕ ਆ ਜਿਨ੍ਹਾਂ ਨੇ ਸੇਧ ਦੇਣੀ ਹੈ ਨੌਜਵਾਨ ਪੀੜ੍ਹੀ ਨੂੰ, ਪਹਿਲਾਂ ਉਹ ਸਾਬਤ ਹੋਣੇ ਚਾਹੀਦੇ। ਜਿਵੇਂ ਪਹਿਲਾਂ ਵੀ ਕਿਹਾ ਸੀ ਮੈਂ ਕਿ ਰਾਜਨੀਤੀ ਦੇ ਧਰਮ ਦੇ ਚੁੱਲ੍ਹੇ ਦੇ ਉੱਤੇ ਰਾਜਨੀਤੀ ਰੋਟੀਆਂ ਸੇਕੀਆਂ ਜਾ ਰਹੀਆਂ, ਅਸਲ ਦੇ ਵਿੱਚ ਜਿਹੜੀ ਹੈਗੀ ਅਸੀਂ ਸਾਰਾ ਮਤਲਬ ਜਿਹੜਾ ਸਾਡਾ ਮੁੱਦਾ ਹੈ ਉਹ ਸਾਰੇ ਹੈਗਾ ਆਪਣੇ ਰਾਜਨੀਤਿਕ ਚੱਲਦਾ ਹੈ, ਇਹ ਹੈਗਾ ਖੁਦਗਰਜ਼ੀ ਵਾਲਾ। ਜੇ ਅਸੀਂ ਇਸ ਤੋਂ ਦੂਰ ਹੋ ਜਾਈਏ ਨਾ, ਜੇ ਮਨਦੀਪ ਕੌਰ ਜੀ ਨੇ ਇਹ ਇਹੀ ਗੱਲ ਕਹੀ ਆ ਵੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤੇ ਆ, ਲੋਕਾਂ ਨੂੰ ਸਾਡੇ ਨੂੰ ਇਹ ਪਤਾ ਹੀ ਨਹੀਂ ਹੈਗਾ ਸਾਡੇ ਸੰਦੇਸ਼ ਕਿਸ ਤਰ੍ਹਾਂ ਦੇ। ਦੇਖੋ ਕਿੰਨੀ ਵਧੀਆ ਗੱਲ ਹੈ ਵੀ ਵੱਖ ਵੱਖ ਖੂਹ ਹੁੰਦੇ ਸੀਗੇ, ਕਿੰਨਾ ਪਿੰਡਾਂ ਦੇ ਵਿੱਚ ਹੁਣ ਵੀ, ਹੁਣ ਤਾਂ ਨਹੀਂ ਹੈਗੇ। ਅਜੇ ਵੀ ਮੈਂ ਸੋਚਿਆ ਦੱਸਿਆ ਕਹਿੰਦੇ ਵੀ ਪਿੱਛੇ ਜੀ ਖਬਰ ਆਈ ਸੀ ਅਖਬਾਰ ਦੇ ਵਿੱਚ, ਇੱਧਰ ਲੜਕੀ ਖੜੀ ਸੀ ਇੱਕ, ਉਹਨੂੰ ਭਜਾ ਤਾ ਕਹਿੰਦਾ ਵੀ ਤੇਰੇ ਤੋਂ ਸ਼ਰੂਡ ਕਾਸਟ ਸੀ। ਅਜੇ ਵੀ ਇਹ ਸਾਰੇ ਚੱਲਦੇ, ਅਜੇ ਵੀ ਦੇਖ ਲੈਣਗੇ ਉੱਤੇ ਦੂਰ 'ਤੇ ਸਿਰਦੇ। ਇਹ ਸਾਡੇ ਵਿੱਚ ਪ੍ਰਚਾਰ ਦੀ ਕਮੀ, ਸਾਡੇ ਵਿੱਚ ਅਜੇ ਵੀ ਨਫ਼ਰਤ ਗਈ ਹੋਈ ਹੈ। ਜਿਵੇਂ ਇੱਕ ਖੂਹ ਕੀਤਾ ਸੀਗਾ ਗੁਰੂ ਸਾਹਿਬਾਨਾਂ ਵੀ, ਸਭ ਤੋਂ ਵੱਡੀ ਇਹ ਅਸੀਂ ਪ੍ਰਚਾਰ ਹੈ ਜਿਹੜਾ ਸਾਡੇ ਲੋਕਾਂ ਕੋਲ ਜਾ ਰਿਹਾ ਹੈਗਾ, ਇਹ ਨੌਜਵਾਨ ਪੀੜ੍ਹੀ ਤਾਂ ਹੀ ਲੱਗੂਗੀ ਸਾਡੇ, ਜੇ ਮਤਲਬ ਜਿਹੜੇ ਸਾਡੇ ਪ੍ਰਚਾਰ ਕਰਨ ਵਾਲੇ ਨਾ ਉਹਨਾਂ ਨੂੰ ਮਤਲਬ ਇਸ ਚੀਜ਼ ਉਹ ਗਾਈਡ ਕਰਨ। ਅਤੇ ਇੱਕ ਉਹ ਨਫ਼ਰਤ ਇਹ ਕਰਦੇ ਆ ਸਾਡੇ ਕੋਲ ਵੀ ਜਿਹੜੇ ਪ੍ਰਚਾਰ ਕਰਨ ਵਾਲੇ ਆ ਉਹ ਖੁਦਗਰਜ਼ੀ ਉਹਦੇ ਕੋਲ ਹੈ, ਅਤੇ ਉਹ ਸਿਰਫ ਰਾਜਨੀਤੀ ਗੱਲਾਂ ਕਰੇ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ, ਜੇ ਅਸੀਂ ਫੰਕਸ਼ਨ ਕਰਦੇ ਹਾਂ ਕੋਈ ਇਕੱਠ ਕਰਦੇ ਹਾਂ ਉਹਦੇ ਵਿੱਚ ਪੋਲੀਟਿਕਸ ਚਾਰੇ ਭਾਰੂ ਹੁੰਦੀ ਆ, ਉਹ ਆਪਣੀਆਂ ਵੋਟਾਂ ਵਾ। ਅਤੇ ਜਿਵੇਂ ਇਹਨਾਂ ਨੇ ਕਿਹਾ ਗੱਲ ਇਹ ਆ ਵੀ ਮੈਂ ਉਹ ਜਾ ਕੇ ਦੇਖਦੇ ਨਾ, ਇਹ ਬੰਦਾ ਸੀ ਆਈ ਡੀ ਨਾਲ ਛੱਡ ਦਿੰਦੇ ਆ, ਦੇਖਦਾ ਵੀ ਕਿਹਦੇ ਉਹਦੇ 'ਚ ਦੀਵਾਨ ਦੇ ਵਿੱਚ ਜਾਂ ਜਿਹੜੇ ਕਾਨਫਰੰਸ ਦੇ ਕਿਹਦੇ ਜ਼ਿਆਦਾ ਰਸ਼ ਜ਼ਿਆਦਾ, ਉਹ ਰਸ਼ ਦੇਖਦੇ ਆ ਉਹਨੇ ਕਹਿ ਕੀ ਰਹੇ। ਉਹ ਸਿਰਫ ਇਕੱਠੇ ਕਰ ਇੱਕ ਵਾਰ ਅਨਾਊਂਸਮੈਂਟ ਹੋ ਰਹੀ ਸੀ ਫਤਿਹਗੜ੍ਹ ਸਾਹਿਬ ਸਾਹਮਣੇ ਐਸ ਸੀ ਸੀ ਦੇ ਸਟਾਲ ਦੇ ਉੱਤੇ, ਉਹ ਕਹਿੰਦੇ ਇੱਥੇ ਆ ਜਾਓ ਫਟਾਫਟ ਆ ਜਾਓ, ਮੰਤਰੀ ਆ ਰਹੇ ਆ, ਮੈਨੂੰ ਪਤਾ ਕਿਹੜੇ ਕਿਹੜੇ ਵਾਰ ਪੈਂਦੇ, ਸਾਨੂੰ ਲਿਆਉਣੇ ਵੀ ਆਉਂਦੇ ਆ। ਸਰਕਾਰ ਵੀ ਜ਼ਿੰਮੇਵਾਰ ਹੈ ਇਹਦੇ ਵਿੱਚ, ਸਰਕਾਰ ਤਾਂ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੇ ਜਿਹੜੇ ਸੰਦੇਸ਼ ਦੇਣੇ ਆ ਜਾਂ ਲਿਟਰੇਚਰ ਛਾਪਣਾ ਜਾਂ ਲੋਕਾਂ ਨੂੰ ਗਾਈਡ ਕਰਨਾ ਜਾਂ ਫੰਕਸ਼ਨ ਕਰਨੇ ਆ ਲੋਕਾਂ ਨੂੰ ਨਾਂ ਲਾਉਣ ਵਾਸਤੇ, ਇਹ ਸਰਕਾਰ ਨੂੰ ਉੱਥੇ ਮਤਲਬ ਸਰਕਾਰ ਉੱਥੇ ਜ਼ਿੰਮੇਵਾਰ ਹੈ, ਉਹਨੂੰ ਬਿਲਕੁਲ ਉਹ ਪੂਰੀ ਸੇਧ ਦੇਣੀ ਚਾਹੀਦੀ ਆ, ਇਸ ਤਰ੍ਹਾਂ ਦੇ ਫੰਕਸ਼ਨ ਕਰਾਉਣੇ ਚਾਹੀਦੇ ਆ। ਅਤੇ ਸਭ ਤੋਂ ਵੱਧ ਬੜੀ ਗੱਲ ਆ ਜਿਹੜੀ ਨਾਉਣਾ ਹੈ ਨਾ, ਜੇ ਅਸੀਂ ਵਿਹਲੇ ਫਿਰਦੇ ਹਾਂ, ਨੌਜਵਾਨ ਪੀੜ੍ਹੀ ਜੇ ਵਿਹਲੀ ਫਿਰਦੀ ਆ, ਉਹ ਸ਼ੈਤਾਨੀਆਂ ਦਾ ਕਾਰਖਾਨਾ ਬਣਨਾ ਹੀ ਬਣਨਾ। ਨੌਜਵਾਨਾਂ ਨੂੰ ਹੱਥਾਂ ਨੂੰ ਕੰਮ ਮਿਲੇ, ਕੰਮ ਕਰਨ, ਕੰਮ ਦੇ ਨਾਲ ਜਿਹੜਾ ਉਹਨੂੰ ਰੋਟੀ ਦੀ ਫਿਕਰ ਨਹੀਂ ਹੋਊਗਾ, ਉਹ ਫਿਰ ਧਰਮ ਵੱਲ ਵੀ ਜੁੜ ਸਕਦਾ, ਕਿਸੇ ਵੀ ਜੁੜ ਸਕਦਾ। ਜਾਂ ਤਾਂ ਮਤਲਬ ਰੋਟੀ ਦਾ ਫਿਕਰ ਆ, ਵਿਹਲੇ ਫਿਰਦੇ ਪੜ੍ਹੇ ਲਿਖੇ, ਉਹਨੂੰ ਰੁਜ਼ਗਾਰ ਨਹੀਂ ਮਿਲਦਾ ਹੈਗਾ, ਉਹ ਫਿਰ ਸ਼ਰਾਰਤਾਂ ਗਲਤ ਪਾਸੇ, ਭਾਵੇਂ ਨਸ਼ਾ ਚੱਲ ਜਾਣ, ਧਰਮ ਤੋਂ ਦੂਰ। ਜਾਂ ਖਾਸ ਕਰਕੇ ਜਿਹੜਾ ਬੰਦਾ ਧਾਰਮਿਕ ਬੰਦਾ ਨਾ, ਬਹੁਤ ਵੱਡੀ ਗੱਲ ਹੈ, ਜੇ ਧਾਰਮਿਕ ਬੰਦਾ ਧਰਮ ਦਾ ਪ੍ਰਚਾਰ ਕਰ ਰਿਹਾ ਉਹ ਥੋੜ੍ਹੇ ਚਿਰ ਮਗਰੋਂ ਇਸ ਤਰ੍ਹਾਂ ਦੇ ਗਲਤ ਕੰਮ ਕਰਦਾ, ਚਲੋ ਮੈਂ ਹੁਣ ਪ੍ਰਚਾਰ ਕਰਾਂ ਧਰਮ ਦਾ, ਬਹੁਤ ਸ਼ਰਾਬ ਦੇ ਵਿਰੁੱਧ ਪ੍ਰਚਾਰ ਕਰਿਆ, ਸ਼ਾਮ ਨੂੰ ਜਾ ਕੇ ਮੈਂ ਪੂਗਾ ਲੀਰਾ ਦੋ ਬੋਤਲ ਲੈ ਲਈ, ਉਹ ਜਿਹੜਾ ਨੌਜਵਾਨ ਬੰਦਾ ਹੈ ਉਹ ਦੇਖਦਾ ਵੀ ਇਹ ਤਾਂ ਆਪ ਤਾਂ ਇਹ ਕਰਦਾ, ਫਿਰ ਉਹ ਉਹਦਾ ਅਸਰ ਨਹੀਂ ਹੁੰਦਾ ਹੈਗਾ ਜੀਵਨ ਦਾ। ਇਸ ਕਰਕੇ ਉਹ ਮਤਲਬ ਭਗਤ ਸਿੰਘ ਕਹਿੰਦਾ ਮੈਂ ਕਿਉਂ ਬਣਿਆ ਨਾਸਤਿਕ, ਕਿਉਂ ਬਣਿਆ, ਇਹ ਗੱਲਾਂ ਦੇਖ ਦੇਖ ਨਾ ਉਹ ਬੰਦਾ ਦੇਖਦਾ ਵੀ ਇਹ ਕਰਤੂਤਾਂ ਮਾੜੀਆਂ, ਕੁਛ ਨਹੀਂ ਕਰ ਸਕਦਾ, ਸਾਨੂੰ ਕੀ ਸੋਚਦੇ ਆਪ ਹੀ ਨਹੀਂ। ਸਭ ਤੋਂ ਪਹਿਲਾਂ ਆਪ ਸੁਧਾਰੋ, ਆਪ ਸੁਧਰੂਗਾ ਬੰਦਾ ਜਿਹੜਾ ਲੀਡਰ ਆ, ਜਾਂ ਕੋਈ ਵੀ ਰਹਿਨੁਮਾ, ਭਾਵੇਂ ਕੋਈ ਦੀਵਾਨ ਲਾਉਂਦਾ। ਹੁਣ ਵੱਡੇ ਵੀ ਦੇਖੇ ਸਭ ਸੰਤ ਮਹਾਤਮਾ, ਬੀਬੀ ਕਹੂਗੀ ਵੀ ਕਹੇ ਸੰਤ ਮਹਾਤਮਾ ਵੀ ਦੇਖਿਆ, ਉਹਦੇ ਬਾਅਦ ਹੁਣ ਕੁਛ ਹੋਰ ਹੈ, ਸ਼ਾਮ ਨੂੰ ਕੁਛ ਹੋਰ ਹੈ, ਅਤੇ ਸ਼ਾਮ ਨੂੰ ਸ਼ਰਾਬਾਂ ਵੀ ਚੱਲਦੀਆਂ, ਹੁਣ ਵਟਸਐਪ 'ਤੇ ਆਮ ਆਉਂਦੇ, ਕਿਰਪਾਨਾਂ ਵੀ ਪਾਈਆਂ ਵੀ ਆ, ਸ਼ਰਾਬਾਂ ਪੀ ਲਓ, ਉਹ ਪ੍ਰਚਾਰ ਨਹੀਂ ਹੁੰਦਾ ਹੈਗਾ। ਇਹ ਚੋਲਾ ਪਾਉਂਦੇ ਆ ਸੰਤਾਂ ਵਾਲਾ, ਮਹਾਤਮਾ ਵਾਲਾ, ਜਿਹੜਾ ਚੱਲਦਾ ਨਾ ਇਹ ਸੰਤਾਂ ਦਾ ਨਾਂ ਵਰਤ ਕੇ, ਹੁਣ ਸੰਤ ਸੰਤ ਤਾਂ ਬਣਨਾ ਬਹੁਤ ਔਖਾ ਹੈ, ਸੰਤ ਤਾਂ ਅੱਜ ਕੱਲ੍ਹ ਹੈ ਹੀ ਨਹੀਂ। ਨਹੀਂ ਜੀ ਹੈ, ਇਹ ਸੀ ਗੱਲ ਨਹੀਂ ਹੁੰਦੀ, ਗੁਰੂ ਸਾਹਿਬ ਜੀ ਦੀ ਬਾਣੀ ਦੇਖ ਕੇ ਅੱਖਰ ਸੱਚ ਹੈ ਤੇ ਬਾਣੀ 'ਚ ਲਿਖਿਆ ਵੀ ਜੇ ਹਾਂ ਜੇ ਸੰਤ ਹੈਗੇ ਨੇ ਤੇ ਹੈਗੇ ਨੇ, ਸੰਤ ਦਾ ਲੇਵਲ ਚੁੱਲ 'ਚ ਚੋਲਾ ਪਾ ਕੇ ਸੰਤ ਨਹੀਂ ਬਣ ਜਾਂਦੇ, ਸੰਤਾਂ ਦਾ ਲੇਵਲ ਬਹੁਤ ਵੱਡਾ ਅਸਲ ਵਿੱਚ, ਸੰਤ ਬਣ ਕੇ ਰਹੋ। ਪਤਾ ਕੀ ਹੁੰਦਾ ਜੀ, ਧਰਮ ਨੂੰ ਆ ਨਾ ਅਸੀਂ ਐਸ ਬਣਾ ਕੇ ਨਾ, ਧਰਮ ਨੂੰ ਹਥਿਆਰ ਬਣਾ ਕੇ, ਧਰਮ ਦੇ ਨਾਂ ਤੇ ਜਿਹੜੇ ਲੁੱਟ ਰਹੇ ਆ ਨਾ, ਆ ਪਿੱਛੇ ਡੰਡਾ ਵੀ ਪੈਂਦੇ ਆ, ਮੇਰੀ ਗੱਲ ਸੁਣੋ ਜਮਾ ਜੀ, ਇੱਕ ਮਿੰਟ ਵਿੱਚ ਆ ਕੇ ਗੱਲ ਇਕੱਠੀਆਂ ਕਰੀ ਜਾਂਦੇ ਆ ਜਾ ਕੇ, ਮੈਂ ਤੁਹਾਨੂੰ ਇੱਕ ਮਿੰਟ ਰੋਕਣਾ ਚਾਹਾਂਗੀ। ਗੁਰੂ ਸਾਹਿਬ ਜੀ ਨੇ ਤਾਂ ਕਰਤਾ ਇੱਕ, ਉਹਨਾਂ ਨੇ ਤਾਂ ਕਹਿਤਾ ਵੀ ਮਾਨਸ ਹੈ ਤੇ ਬਸ ਮਾਨਸ ਹੈ, ਬੀਬੀ ਤੇ ਬੰਦੇ ਦਾ ਵੀ ਨਹੀਂ ਰੱਖਿਆ ਉਹਨਾਂ ਨੇ ਤਾਂ, ਕਿ ਗੁਰੂ ਸਾਹਿਬ ਨੇ ਕਹਿਤਾ ਸੀ ਕਿ ਸਾਰੇ ਧਰਮ ਬਰਾਬਰ ਨੇ, ਬਿਲਕੁਲ ਜਾਤ ਪਾਤ ਕੋਈ ਨਹੀਂ ਹੈ, ਪਰ ਹਜੇ ਵੀ ਦੇਖਿਆ ਜਾਂਦਾ ਹੈ ਕਿ ਸਮਾਜ ਵਿੱਚ ਹਜੇ ਵੀ ਇਹ ਚੀਜ਼ ਹੈਗੀ ਆ, ਉਹਦੇ ਲਈ ਅਸੀਂ ਕਿੰਨੇ ਕੁ ਜ਼ਿੰਮੇਵਾਰ ਹਾਂ।
ਜ਼ਿੰਮੇਵਾਰ ਤਾਂ ਅਸੀਂ ਆਪਿਆਂ ਜਦੋਂ ਗੁਰੂ ਸਾਹਿਬ ਦੀ ਸਿੱਖਿਆ ਤੇ ਨਹੀਂ ਚੱਲਦੇ ਕਿਉਂਕਿ ਕਹਿ ਤਾ ਜੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਪਹਿਚਾਣਿਆ, ਕਹਿੰਦੇ ਇੱਕ ਹੈ ਪਹਿਚਾਣਵੋ, ਤੁਸੀਂ ਵੀ ਪਹਿਚਾਣੋ ਵੀ ਬੰਦਾ ਤੇ ਬਸ ਬੰਦਾ, ਮਨੁੱਖ ਹੈ, ਇਹਦੀ ਕੋਈ ਜਾਤ ਨਹੀਂ ਹੈ। ਕਿਉਂਕਿ ਜਿਵੇਂ ਭਗਤ ਕਬੀਰ ਜੀ ਨੇ ਬੜੀ ਚੋਟ ਕੀਤੀ ਸੀ ਨਾ ਉਸ ਟਾਈਮ ਦੇ ਬ੍ਰਾਹਮਣ ਨੂੰ, ਕਹਿੰਦੇ ਵੀ ਜਾਂ ਤਾਂ ਦੱਸੋ ਵੀ ਤੁਹਾਡੇ ਵਿੱਚ ਦੁੱਧ ਚੱਲ ਰਿਹਾ ਤੇ ਮੇਰੇ ਵਿੱਚ ਖੂਨ ਚੱਲ ਰਿਹਾ, ਵੀ ਹੈ ਤਾਂ ਖੂਨ ਹੀ ਚੱਲ ਰਿਹਾ, ਫਿਰ ਅਸੀਂ ਕਿਵੇਂ ਸ਼ੂਧ ਹੋ ਗਏ, ਤੁਸੀਂ ਕਿਵੇਂ ਬ੍ਰਾਹਮਣ ਹੋ ਗਏ। ਬੜੀਆਂ ਚੋਟਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਅਸਲ ਵਿੱਚ ਜੇ ਅਸੀਂ ਵਿਚਾਰ ਕਰੀਏ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੇ ਕਰਨ ਨਾਲ ਹੀ ਸਾਡਾ ਭਲਾ ਹੋਵੇਗਾ। ਜੇ ਵਿਚਾਰ ਕਰਾਂਗੇ ਇਹੋ ਜਿਹੇ ਪੁਆਇੰਟ ਆਉਣਗੇ, ਕਹਿੰਦੇ ਤੁਸੀਂ ਵੀ ਤਾਂ ਮਾਂ ਦੇ ਪੇਟੋਂ ਜੰਮੇ ਹੋ। ਭਗਤ ਕਬੀਰ ਜੀ ਸਿੱਧਾ ਕਹਿ ਰਹੇ ਨੇ ਜਾਤ ਪਾਤ ਕਿੱਡੀ ਵੱਡੀ ਚੋਟ ਹੈ, ਕਹਿੰਦੇ ਮੈਂ ਵੀ ਮਾਂ ਦੇ ਪੇਟੋਂ ਆਇਆ, ਤੁਹਾਡੇ ਵਿੱਚ ਦੁੱਧ ਨਹੀਂ ਹੈਗਾ, ਮੇਰੇ ਵਿੱਚ ਵੀ ਖੂਨ ਆ, ਤੁਹਾਡੇ ਵਿੱਚ ਵੀ ਖੂਨ ਆ। ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਮਨੁੱਖਤਾ ਨੂੰ ਮਾਰਗ ਦਰਸ਼ਨ ਦੇ ਸਕਦੀ ਹੈ, ਦੇਣ ਦੇ ਸਮਰੱਥ ਹੈ, ਪਰ ਘਾਟਾ ਸਾਡੇ 'ਚ ਤਾਂ ਗਿਆ, ਅਸੀਂ ਪੜ੍ਹੀ ਨਹੀਂ, ਅਸੀਂ ਵਿਚਾਰੀ ਨਹੀਂ। ਜੀ ਹੁਣ ਸੰਤਾਂ ਦੀ ਗੱਲ ਕਰ ਰਹੇ ਸੀਗੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਸ਼ਬਦ, ਗੁਰਸਿੱਖ ਸ਼ਬਦ, ਸਾਧ ਸ਼ਬਦ ਇਹ ਬੜੀ ਵਾਰੀ ਆਇਆ। ਇਹਦਾ ਭਾਵ ਕੀ ਹੁੰਦਾ ਜੀ? ਗੁਰਸਿੱਖ ਰੂਹਾਂ, ਗੁਰਮੁਖ ਰੂਹਾਂ, ਗੁਰਮੁਖ ਰੂਹਾਂ ਦਾ ਭਾਵ ਹੁੰਦਾ। ਠੀਕ ਹੈ, ਅੱਜ ਦੇ ਸਮੇਂ ਦੇ ਵਿੱਚ ਬਹੁਤ ਐਸੇ ਹੋਣਗੇ ਜਿਹੜੇ ਸਿੱਖੀ ਦੇ ਭੇਖ ਵਿੱਚ ਵੀ ਗਲਤੀਆਂ ਕਰਦੇ ਹੋਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਹੋਣਗੇ। ਹਾਂਜੀ ਹਾਂਜੀ ਹਾਂਜੀ, ਪਰ ਕਿਤੇ ਨਾ ਕਿਤੇ ਸੱਚ ਵੀ ਹੁੰਦਾ ਜੀ। ਹਾਂਜੀ ਹਾਂਜੀ, ਕਿਤੇ ਨਾ ਕਿਤੇ ਉਹ ਬਹੁਤ ਗਲਤ ਹੈ, ਉਹ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ, ਤਾਂ ਇੱਕ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ ਸਮਾਜ ਤੋਂ। ਸੋ ਗੱਲ ਹੋ ਰਹੀ ਹੈ ਸਿੱਖ ਪ੍ਰੇਅਰ ਦੀ, ਜੋ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ ਮਨਾਈ ਜਾ ਰਹੀ ਹੈ। ਸਿੱਖ ਦੇ ਪ੍ਰੇਅਰ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਖਾਸ ਕਰਕੇ ਉੱਥੋਂ ਵਸਦੇ ਸਿੱਖ ਭਾਈਚਾਰੇ ਵੱਲੋਂ ਕਾਫੀ ਉਤਸ਼ਾਹ ਤੇ ਧੂਮਧਾਮ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ। ਸੋ ਅੱਜ ਦੇ ਦਿਨ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਤੇ ਆਹ ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ, ਜਿੱਥੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਡੇ ਪ੍ਰੇਅਰ ਦਾ ਖਾਸ ਆਯੋਜਨ ਕੀਤਾ ਗਿਆ ਹੈ। ਆਓ ਵੇਖਦੇ ਹਾਂ ਕੀ ਕੁਝ ਚੱਲ ਰਿਹਾ ਇੱਥੇ। ਸੋ ਸਾਡਾ ਸੰਪਰਕ ਅਜੇ ਨਹੀਂ ਹੋ ਪਾ ਰਿਹਾ। ਅਤੇ ਹਰੀ ਸਿੰਘ ਚਮਕ ਜੀ, ਅਸੀਂ ਆਪਣੀ ਜੋ ਡਿਸਕਸ਼ਨ ਹੈ ਉਹਨੂੰ ਕੰਟੀਨਿਊ ਰੱਖਦੇ ਹਾਂ, ਕਿ ਅਸੀਂ ਗੱਲ ਕਰ ਰਹੇ ਸੀ ਜਾਤ ਪਾਤ ਤੋਂ ਉੱਪਰ ਉੱਠ ਕੇ, ਹੈ ਨਾ। ਕਾਫੀ ਹੱਦ ਤੱਕ ਅਸੀਂ ਵੀ ਅਗਰ ਦੇਖਿਆ ਜਾਏ ਕਿ ਜੋ ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ, ਅਸੀਂ ਨਹੀਂ ਹਜੇ ਤੱਕ ਉਹਨੂੰ ਪੂਰਾ ਨਹੀਂ ਕਰ ਪਾ ਰਹੇ ਹਾਂ, ਅਤੇ ਇਹਦੇ ਵਿੱਚ ਸਾਨੂੰ ਮਤਲਬ ਕੀ ਸੰਦੇਸ਼ ਲੈ ਕੇ ਚੱਲਣਾ ਚਾਹੀਦਾ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਕਿ ਗੁਰੂ ਸਾਹਿਬ ਦੇ ਜੋ ਸਿਧਾਂਤ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਈਏ, ਜਿਹੜੀ ਜਾਤ ਪਾਤ ਬਣਾਈ ਹੈ ਬਹੁਤ ਗਲਤ ਬਣਾਈ ਹੈ। ਮੈਂ ਪਹਿਲਾਂ ਵੀ ਉਦਾਹਰਣ ਦਿੰਦਾ ਹੁੰਦਾ ਵੀ ਅਸੀਂ ਨਾ ਅਸਲੀ ਜਿਹੜੇ ਆਦਿਵਾਸੀਆਂ ਹਿੰਦੁਸਤਾਨ ਦੇ ਆਦਿਵਾਸੀਆਂ ਜਿਹੜੇ ਉਹ ਸ਼ਰੂਰ ਕਾਸਟ ਬਣ ਗਏ, ਕਿਉਂਕਿ ਅਸੀਂ ਆਪਾਂ ਜਿਹੜੇ ਆਰੀਆ ਬਾਹਰੋਂ ਆਏ ਹਾਂ, ਆਪਾਂ ਹਮਲਾ ਕਰਤਾ, ਉਹ ਵਿਚਾਰੇ ਹਾਰ ਗਏ, ਉਹ ਹਾਰਨ ਕਰਕੇ ਉਹ ਅਸੀਂ ਉਹਨਾਂ ਨੂੰ ਗੁਲਾਮ ਬਣਾ ਲਿਆ। ਅਸਲੀ ਬਸਿੰਦੇ ਉਹ ਹੈ, ਅਸੀਂ ਜਿਹੜਾ ਬੜਾ ਤਕੜਾ ਹੁੰਦਾ ਨਾ ਹੁੰਦਾ, ਜਿਵੇਂ ਆਪਣਾ ਸਿਕੰਦਰ ਨਾ ਕਰਿਆ ਤਾਂ ਪੋਰਸ ਦੇ ਉੱਪਰ ਪੋਰਸ ਹਾਰ ਰਿਹਾ ਤਾਂ ਕਹਿੰਦਾ ਵੀ ਤੇਰਾ ਨਾ ਕੀ ਸਲੂਕ ਕੀਤਾ ਜਾਵੇ, ਕਹਿੰਦਾ ਜਿਵੇਂ ਹਾਰੇ ਹੋਏ ਬਾਦਸ਼ਾਹ ਜਿੱਤਿਆ ਕਰਦਾ, ਉਹ ਅਸੀਂ ਕਰ ਰਹੇ ਉਹਨਾਂ ਨਾਲ, ਉਹਨਾਂ ਦੇ ਸ਼ਡਿਊਲ ਕਾਸਟ ਬਣਾ ਕੇ ਬੜਾ ਧਕੇਲ ਤੋਂ ਉਹਨਾਂ ਤੋਂ ਕੰਮ ਦੇਣਾ ਦੱਸਿਆ ਅਤੇ ਅਸੀਂ ਉਹਨਾਂ ਨੂੰ ਮਤਲਬ ਗੁਰੂ ਸਾਹਿਬ ਨੇ ਤਾਂ ਬਾਣੀ ਇਕੱਠੀ ਕਰਤੀ, ਗੁਰੂ ਸਾਡਾ ਇੱਕ ਭਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਧਰਮਾਂ ਉਹਦੀ ਹੈ, ਸਾਰੇ ਜਾਤਾਂ ਦੀ ਹੈ। ਗੁਰਬਾਣੀ ਦਾ ਮਜ਼ਾਕ ਉਡਾਉਣਾ ਜੀ, ਗੁਰਦੁਆਰਾ ਜਾਤ ਦੇ ਨਾਂ ਤੇ, ਹਿੰਦੂ ਵੀ ਹੈ ਸਿੱਖ ਵੀ ਹੈ ਤੇ ਸਾਰੇ ਜਾਤਾਂ ਦੀ ਬਾਣੀ ਜਾਂ ਇਕੱਠੀ ਕਰਦੇ, ਗੁਰੂ ਅਸੀਂ ਸਾਰਿਆਂ ਨੂੰ ਮੰਨਣ ਲੱਗ ਗਏ, ਫਿਰ ਗੁਰਬਾਣੀ ਨੂੰ ਜਦ ਅਸੀਂ ਇਕੱਠੀ ਕਰ ਗੁਰੂ ਮੰਨਦੇ ਹਾਂ, ਫਿਰ ਗੁਰੂ ਨੂੰ ਅਸੀਂ ਵੱਖ ਵੱਖ ਕਿਉਂ ਲੈ ਕੇ ਜਾਂਦੇ ਹਾਂ? ਗੁਰਦੁਆਰਾ ਬਣਾ ਤਾਂ ਕਹਿੰਦੇ ਹਰੀਜਨਾਂ ਦਾ ਗੁਰਦੁਆਰਾ, ਸਾਡੇ ਪਿੰਡ ਵੀ ਬਣਿਆ ਹੋਇਆ ਇੱਕ ਦਾ ਰਾਮਦਾਸ ਜੀ ਦਾ ਗੁਰਦੁਆਰਾ, ਹਰੀਜਨਾਂ ਗੁਰਦੁਆਰਾ, ਇਹਨਾਂ ਨੂੰ ਮਾਨਤਾ ਕਿਉਂ ਦਿੰਦੇ? ਇਹ ਸਾਡੇ ਵਿੱਚ ਉਹੀ ਪ੍ਰਚਾਰ ਦੀ ਉਹ ਕਮੀ ਹੈ, ਅਸੀਂ ਪ੍ਰਚਾਰ ਕਰਨ ਵਾਲੇ ਜਿਹੜੇ ਕਰਮ ਹੈ, ਪਹਿਲਾਂ ਵੀ ਦੱਸਿਆ ਜੀ ਬੰਨਪੁਰ ਹੁਣੀ ਦੱਸਿਆ, ਕਹਿੰਦਾ ਦੇਗ ਵਰਤਾਈਏ ਬੜੇ ਦੂਰੋਂ ਸੁੱਟੀਏ, ਤੇ ਅਖਬਾਰ ਜਿਹੜੀ ਖਬਰ ਆਈ ਸੀਗੀ ਅਜੇ ਵੀ ਮਤਲਬ ਆਈ, ਕਹਿੰਦੇ ਉਹ ਬੰਦੇ ਬੱਚੇ ਨੂੰ ਕੁੱਟਿਆ ਵੀ ਤੇਰੇ ਵੱਲੋਂ ਹਵਾ ਆ ਰਹੀ ਆ। ਅਸੀਂ ਜਦ ਪੜ੍ਹਦੇ ਹੁੰਦੇ ਸੀਗੇ ਵਿਚਾਰੇ ਉਹ ਦੂਜੇ ਪਾਸੇ ਪਿੰਡਾਂ ਦੇ ਵਿੱਚ ਆਮ ਦੇਖਿਆ ਜਾਓ ਜਿਹੜੇ ਹਰੀਜਨਾਂ ਦੇ ਨਾ ਮਕਾਨ ਪਿੰਡਾਂ ਦੇ ਵਿੱਚ ਸ਼ਬਦ ਵਾਸੀ ਹੋਣਗੇ ਵੀ ਇੱਧਰੋਂ ਹਵਾ ਨਾ ਆਵੇ, ਜਿਹਦੇ ਮਤਲਬ ਨੀਵੇਂ ਪਾਸੇ ਰੱਖਣਾ, ਕਿਉਂ ਰੱਖਣਾ ਉਹਨਾਂ? ਉਹ ਸਾਰਾ ਦਾ ਕੰਮ ਕਰ ਰਹੇ, ਜਿਵੇਂ ਇੱਕ ਪੁੱਛਿਆ ਜਾਏਗਾ ਚੰਡੀਗੜ੍ਹ ਬਣਾਉਣ ਵਾਲੇ ਜਿਹਨਾਂ ਨੇ ਚੰਡੀਗੜ੍ਹ ਬਣਾਈ ਹੈ, ਦਿਨ ਰਾਤ ਮਿਹਨਤ ਕਰੀ, ਉਹ ਝੁੰਗਿਆਂ 'ਚ ਰਹਿ ਰਹੇ ਹਨ, ਜਿਹੜੇ ਬਾਅਦ 'ਚ ਆ ਗਏ ਪੈਸੇ ਵਾਲੇ ਉਹਨਾਂ ਦੀਆਂ ਬਣਾਈਆਂ ਮਤਲਬ ਬਿਲਡਿੰਗਾਂ 'ਚ ਰਹਿ ਰਹੇ ਹਨ। ਇਹ ਸਾਡੇ 'ਚ ਉਹੀ ਪ੍ਰਚਾਰ ਦੀ ਅਤੇ ਕੁਛ ਪੜ੍ਹਾਈ ਦੀ ਕਮੀ ਹੈ, ਕੁਛ ਇਨੀਸ਼ੀਏਟਿਵ ਨਹੀਂ ਲੈਂਦੇ ਜਿਹੜੇ ਹੁਣ ਨੌਜਵਾਨ ਪੀੜ੍ਹੀ, ਜੇ ਆਪ ਅੱਗੇ ਉੱਠੇ ਨਾ ਇਹ ਚੀਜ਼ਾਂ ਨੂੰ ਨਾ ਮੰਨੇ ਵੀ ਜਾਤ ਪਾਤ ਅਸੀਂ ਨਹੀਂ ਮੰਨਣਾ ਹੈਗਾ, ਅਸੀਂ ਇੱਕ ਦੂਜੇ ਦੇ ਇੰਟਰਕਾਸਟ ਮੈਰਿਜ ਕਰਾਉਣੀ ਹੈ, ਜੇ ਇਕੱਠੇ ਪੜ੍ਹਨਾ ਇਕੱਠੇ ਜਾਣਾ, ਅਤੇ ਮੈਂ ਤਾਂ ਕਹਿੰਦਾ ਵੀ ਮਤਲਬ ਇਹ ਹੌਸਲਾ ਕਰਨ, ਇਹ ਸਾਡੇ 'ਚ ਇਨਫੀਰੀਅਰਟੀ ਕੰਪਲੈਕਸ ਵੀ ਹੈਗਾ, ਅਸੀਂ ਉਹਦੇ ਨਾਲ ਨਹੀਂ ਕਰਨਾ, ਉਹਦੇ ਨਾਲ ਬੋਲਣਾ ਨਹੀਂ, ਉਹਦੇ ਨਾਲ ਮਤਲਬ ਕਰਨ ਵਾਲੇ ਹੈਗਾ, ਅਸੀਂ ਸਾਂਝ ਨਹੀਂ ਪਾਉਣੀ ਕਿਸੇ ਤਰ੍ਹਾਂ ਦੀ ਵੀ, ਉਹ ਸਾਡੇ ਆਪਣੇ ਦੇ ਵਿੱਚ ਕਮੀ ਹੈ। ਕੁਛ ਸਾਡੇ 'ਚ ਇਹ ਜਿਹੜੀ ਬਾਕੀ ਪ੍ਰਚਾਰ
ਰਿਜ਼ਰਵੇਸ਼ਨ ਰਿਜ਼ਰਵੇਸ਼ਨ ਅਸੀਂ ਇਹ ਨਹੀਂ ਬਣਾਈ ਸਿਰਫ ਸਹੂਲਤਾਂ ਦੇਣੀਆਂ, ਰਿਜ਼ਰਵੇਸ਼ਨ ਬਣਾਈ ਸਾਰੀਆਂ ਵੋਟ ਬੈਂਕ ਹੈ। ਜੇ ਰਿਜ਼ਰਵੇਸ਼ਨ ਹੁਣ ਤੱਕ ਖਤਮ ਹੋ ਜਾਣੀ ਚਾਹੀਦੀ, ਇਹ ਰਿਜ਼ਰਵੇਸ਼ਨ ਬਣਾਈ ਹੋ ਜਾਣਗੇ। ਜਿਹੜੀ ਰਿਜ਼ਰਵੇਸ਼ਨ ਬਣਾਈ ਹੈ, ਜਿਹੜੀ ਰਿਜ਼ਰਵੇਸ਼ਨ ਵਾਲਿਆਂ ਨੂੰ ਫਾਇਦਾ ਨਹੀਂ ਹੁੰਦਾ ਉਹਦਾ, ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਜਿਹੜਾ ਸਹੂਲਤਾਂ ਮਿਲਦੀਆਂ ਉਹ ਵੱਡੇ ਵੱਡੇ ਬੰਦੇ ਖਾ ਜਾਂਦੇ ਆ, ਉਹ ਵਿਚਾਰਿਆਂ ਨੂੰ ਮਿਲਦੇ ਨੇ। ਔਰ ਰਿਜ਼ਰਵੇਸ਼ਨ ਹੈਗੀ ਗਰੀਬਾਂ ਵਾਸਤੇ, ਜਿਹੜੇ ਹੋਰ ਰਿਜ਼ਰਵ ਦੇ ਵਿੱਚ ਆ ਗਿਆ। ਜੇ ਮੈਂ ਦੇਖਿਆ ਬੜੇ ਬੜੇ ਲੀਡਰ ਆ, ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲੂਗੀ, ਜਿਹੜੇ ਛੋਟੇ ਦੂਜੇ ਬੰਦੇ ਦੂਜੇ ਕਾਸਟਾਂ ਦੇ ਅਮੀਰ ਹੈ ਉਹਨੂੰ ਕੁਛ ਨਹੀਂ ਮਿਲਣਾ ਹੈਗਾ। ਮਾਇਆਵਤੀ ਦੇ ਮਹਿਕਲ 7,500 ਸੈਂਡਲ ਪਿਆ ਉਹਦੇ ਕੋਲ, 5,000 ਰੁਪਈਆ ਸੈਂਡਲ ਭੁੱਲ ਗਈ ਬੰਬੇ ਤੋਂ, 22,000 ਆ ਕੇ ਆਇਆ। ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਣੀ ਹੈ ਸਹੂਲਤ। ਬਾਕੀ ਜਿਹੜੇ ਬੰਦੇ ਹੋ ਗਏ ਭਾਵੇਂ ਵੱਡੀ ਕਲਾਸ ਸਮਝੇ ਜਾਂਦੇ, ਕਹਾਵਤ ਜਿਹੜੀ ਕਹਾਵਤੀ ਵੱਡੀ ਕਲਾਸ ਹੈ, ਉਹ ਭਾਵੇਂ ਭੁੱਖਾ ਮਰ, ਉਹਨੂੰ ਕੁਛ ਨਹੀਂ ਮਿਲਣਾ ਹੈਗਾ। ਇਹ ਜੇ ਅਸੀਂ ਰਿਜ਼ਰਵੇਸ਼ਨ ਖਤਮ ਕਰਨੀ ਹੈ ਜਾਂ ਜਾਤਵਾਦ ਖਤਮ ਕਰਨੀ, ਜਾਂ ਉੱਚੇ ਨੀਵੇਂ ਕਰਨਾ, ਇਹਦੇ ਨੌਜਵਾਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਊਗਾ। ਇਹ ਸਾਰੀਆਂ ਗੱਲਾਂ 'ਤੇ ਆ ਕੇ ਇਹਦੇ ਵਿੱਚ ਸਾਡੀ ਜਿਹੜੀ ਪੜ੍ਹਾਈ ਹੈ ਅਤੇ ਰਹਿਨੁਮਾਈ ਹੈ ਲੀਡਰਾਂ ਦੀ, ਅਸਲ ਵਿੱਚ ਕੀ ਹੈ ਕਿ ਬੇਸਿਕ ਗੱਲ ਜਿਹੜੀ ਆ ਉਹ ਹੈ ਕਿ ਸਿੱਖ ਜਿਹੜਾ ਬੰਦਾ ਜਾਤ ਪਾਤ ਨੂੰ ਮੰਨਦਾ, ਉਹ ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ, ਜਿੰਨਾ ਮਰਜ਼ੀ ਉਹ ਕੁਛ ਹੋਰ ਕਰ ਲਵੇ, ਜਿਹੜਾ ਰਹਿਤਨਾਮਿਆਂ ਦੇ ਵਿੱਚ ਲਿਖਿਆ ਗਿਆ ਆਪਣੀ ਧੀ ਭੈਣ ਦਾ ਰਿਸ਼ਤਾ ਕਰਨ ਲੱਗਿਆਂ ਕਿਸੇ ਦੀ ਜਾਤ ਪਾਤ ਪੁੱਛਦਾ ਅਤੇ ਦੱਸਦਾ, ਉਹ ਸਿੱਖ ਨਹੀਂ ਹੈ। ਜਿਹੜਾ ਮਤਲਬ ਅਸੀਂ ਕਹਿੰਦੇ ਕਿ ਅਸੀਂ ਗੁਰੂ ਘਰ ਵੀ ਆਪਣਾ ਹੀ ਬਣਾਇਆ ਹੋਇਆ, ਅਸੀਂ ਪੂਰਾ ਨਿਤਨੇਮ ਕਰਦੇ ਹਾਂ, ਅਸੀਂ ਆਹ ਵੀ ਸਾਰਾ ਕਰਦੇ ਹਾਂ, ਉਹ ਵੀ ਸਾਰਾ ਕਰਦੇ ਹਾਂ, ਅਸੀਂ ਬਹੁਤ ਜ਼ਿਆਦਾ ਨੇਮੀ ਪ੍ਰੇਮੀ ਆ, ਸਾਰਾ ਟੱਬਰ ਅੰਮ੍ਰਿਤਧਾਰੀ ਆ। ਅਤੇ ਉਹ ਜਦੋਂ ਰਿਸ਼ਤਾ ਕਰਨ ਲੱਗਿਆ ਇਹ ਪੁੱਛਦੇ ਆ ਕਿ ਆਪਣੀ ਬਰਾਦਰੀ 'ਚ ਕਰਨਾ, ਆਪਣੀ ਜਾਤ 'ਚ ਕਰਨਾ, ਉਹ ਜਿਹੜੀ ਆ ਸਾਂਝ ਕਰੀ ਜਾਂ ਗੁਣਾ ਕੇਰੀ ਉਹ ਛੱਡਦੇ ਆ। ਜਿਹੜਾ ਗੁਰੂ ਸਾਹਿਬ ਦਾ ਬੇਸਿਕ ਸਿਧਾਂਤ ਹੈ ਕਿ ਗੁਰੂ ਮਹਾਰਾਜ ਨੇ ਸਾਰੀ ਜਿਹੜੀ ਵਰਨ ਵੰਡ ਸੀ ਉਹਨੂੰ ਖਤਮ ਕੀਤਾ, ਅਤੇ ਸਿੱਖ ਜੇ ਸਾਰਾ ਕੁਝ ਕਰਕੇ ਵਰਨ, ਪਹਿਲਾ ਜਿਹੜਾ ਕੰਮ ਗੁਰੂ ਮਹਾਰਾਜ ਨੇ ਕਰਿਆ ਨਾ ਜੀ, ਉਹ ਕੀਤਾ ਕਿ ਵਰਨ ਸਾਡਾ ਅਤੇ ਹਿੰਦੂਆਂ ਦਾ ਜਿਹੜਾ ਬੇਸਿਕ ਅੰਤਰ ਹੈ, ਹਿੰਦੂ ਅਸਲ ਵਿੱਚ ਉਹ ਹਿੰਦੂ ਹੈ, ਜੇ ਪੁੱਛੇ ਨਾ ਵੀ ਹਿੰਦੂ ਕੌਣ ਹੈ, ਅਸਲ ਵਿੱਚ ਉਹ ਹਿੰਦੂ ਹੈ ਜਿਹੜਾ ਵਰਨ ਵੰਡ ਨੂੰ ਮੰਨਦਾ ਹੈ, ਜਿਹੜਾ ਇਹ ਚਾਰ ਕੈਟੇਗਰੀਆਂ ਮੰਨਦਾ ਹੈ ਕਿ ਹਿੰਦੂ ਹੈ, ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ। ਅਗਰ ਸਿੱਖ ਹੋ ਕੇ ਜਿਹੜਾ ਕੋਈ ਜਾਤ ਪਾਤ ਮੰਨਦਾ ਹੈ ਉਹ ਸਿੱਖ ਨਹੀਂ ਹੈ, ਅਤੇ ਜੇ ਹਿੰਦੂ ਹੋ ਕੇ ਵਰਨ ਵੰਡ ਨਹੀਂ ਮੰਨਦਾ ਤਾਂ ਉਹ ਹਿੰਦੂ ਨਹੀਂ ਹੈ। ਅਤੇ ਜਿਹੜੇ ਸਿੱਖ ਕਿਸੇ ਤਰ੍ਹਾਂ ਵੀ ਵੰਡ ਰਹੇ ਨੇ ਉਹਦੇ ਵੀ ਉਹਦੇ ਮਨ ਦੇ ਵਿੱਚ ਹੈ, ਚਾਹੇ ਅੰਦਰ ਹੀ ਹੈ ਕਿ ਜਦੋਂ ਆਪਾਂ ਨੇ ਉੱਦਾਂ ਤਾਂ ਸਾਰੀਆਂ ਗੱਲਾਂ ਕਰਨੀਆਂ, ਲੈਕਚਰ ਵੀ ਦੇਣਾ, ਕਥਾ ਵੀ ਕਰਨੀ ਆ, ਪਰ ਰਿਸ਼ਤਾ ਕਰਨ ਲੱਗਿਆ ਆਪਾਂ ਨੇ ਜਾਤ ਪਾਤ ਪੁੱਛਣੀ ਆ, ਅਤੇ ਉਹ ਚੀਜ਼ ਜਿਹੜੀ ਆ ਉਹ ਸਿੱਖਾਂ ਦੇ ਨਾਲ ਕੀ ਆ ਸਾਰੀ ਉੱਦਾਂ ਤਾਂ ਦੁਨੀਆ, ਵੈਸੇ ਤਾਂ ਮੈਨੂੰ ਜਦੋਂ ਸਾਨੂੰ ਨਹੀਂ ਕੁਛ ਗੱਲਾਂ ਦਾ ਪਤਾ ਹੁੰਦਾ ਕਿ ਅਸੀਂ ਦੇਖਦੇ ਕਿ ਸਾਰੇ ਮੁਸਲਮਾਨ ਇਵੇਂ ਆ, ਮੈਨੂੰ ਪਿੱਛੇ ਜੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਬੜਾ ਉੱਥੇ ਜਾ ਕੇ ਹੈਰਾਨ ਹੋਇਆ ਕਿ ਸਾਡੇ ਇੱਧਰ ਦੇ ਪੰਜਾਬ ਨਾਲੋਂ ਪਾਕਿਸਤਾਨ ਪੰਜਾਬ ਦੇ ਵਿੱਚ ਜਾਤ ਪਾਤ ਦਾ ਬਹੁਤ ਜ਼ਿਆਦਾ ਪ੍ਰਭਾਵ ਆ। ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਉੱਥੇ ਜਾਤ ਪਾਤ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਕਿ ਇਹ ਨਾਈ ਨੇ, ਇਹ ਝੂਰ ਨੇ, ਇਹ ਸੀਂਬੇ ਨੇ, ਇਹ ਇੱਦਾਂ ਕਰ ਮੁਸਲਮਾਨਾਂ 'ਚ ਹੀ, ਠੀਕ ਹੈ ਜੀ। ਅਤੇ ਸਿੱਖਾਂ ਵਿੱਚ ਵੀ ਹੈ ਆ, ਪਰ ਸਮੇਂ ਦੇ ਨਾਲ ਨਾਲ ਇਹ ਬਹੁਤ ਕੁਝ ਘੱਟ ਰਿਹਾ, ਆਸ ਹੈ ਘੱਟਦਾ ਜਾਏਗਾ, ਠੀਕ ਹੈ ਜੀ। ਹੁਣ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਸਕੂਲਾਂ ਦਾ ਮਾਹੌਲ ਹੈ ਉਹਦੇ ਵਿੱਚ ਇਹ ਚੀਜ਼ਾਂ ਮਾਈਨਸ ਹੌਲੀ ਹੌਲੀ ਹੋ ਰਹੀਆਂ ਨੇ, ਉਹਦੇ ਚੀਜ਼ ਨੂੰ ਅਜੇ ਦਬਾਉਣ ਲਈ ਬਹੁਤ ਸਾਰੀਆਂ ਭਾਰਤ ਦੇ ਵਿੱਚ ਜਿਹੜੀਆਂ ਵਾ ਭਾਰਤੀ ਸੰਸਕ੍ਰਿਤੀ ਦੇ ਨਾਂ 'ਤੇ ਜਥੇਬੰਦੀਆਂ ਬਣ ਰਹੀਆਂ ਨੇ, ਮਾਰ ਕਟਾਈ ਕਰ ਰਹੇ ਨੌਜਵਾਨਾਂ ਦੀ। ਆ ਪਿੱਛੇ ਯੂਪੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਔਰ ਇਹ ਚੀਜ਼ਾਂ ਸਾਰੀਆਂ ਮਾੜੀਆਂ ਨੇ। ਅਤੇ ਗੁਣਾਂ ਦੇ, ਗੁਰਸਿੱਖੀ ਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਹੀ ਰਿਸ਼ਤਾ ਕਰਨਾ ਚਾਹੀਦਾ ਹੈ। ਜਾਤ ਪਾਤ ਸਿੱਖ ਨੇ ਨਾ ਦੱਸਣੀ ਹੈ ਨਾ ਪੁੱਛਣੀ ਹੈ, ਜਾਤ ਗੁਰੂ ਕੀ, ਗੁਰੂ ਕਾ ਸਿੱਖ ਹੈ। ਵੈਸੇ ਤਾਂ ਹੈ ਕਿ ਮਾਤਾ ਸਾਹਿਬਦੇਵਾਂ ਜੀ, ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਵਾਸੀ ਅਨੰਦਪੁਰ ਦੇ, ਠੀਕ ਹੈ ਜੀ, ਜਨਮ ਪਟਨੇ ਦਾ। ਅਤੇ ਇਹ ਜਿਹੜੀਆਂ ਚੀਜ਼ਾਂ ਵਾ ਸਿੱਖੀ ਨੂੰ ਜਿਹੜਾ ਅੰਮ੍ਰਿਤ ਛਕਾ ਕੇ ਖਾਲਸੇ ਨੂੰ ਸਮਝਾਈਆਂ ਜਾਂਦੀਆਂ ਨੇ, ਅਤੇ ਇਹ ਚੀਜ਼ਾਂ ਮਨ ਵਿੱਚ ਵੱਸਣ। ਔਰ ਵੱਡੀ ਗੱਲ ਇਹ ਆ ਕਿ ਜੇ ਸ਼ੌੜੀ ਜਿਹੜੀ ਰਾਜਨੀਤੀ ਆ ਉਹਦੇ ਤੋਂ ਉੱਪਰ ਉੱਠ ਕੇ ਸਿੱਖ ਜਿਹੜੇ ਨੇ ਠੀਕ ਢੰਗ ਦੇ ਨਾਲ ਸਮੂਹਕ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ
वो कॉमन तौर पर कोई वड्डा प्रोग्राम लीकन वैल ऑर्गेनाइज हो तो वह बहुत वड्डा अपने आप ही एक प्रचार का साधन बन सकता। बहुत वधिया कुर्बानियां सिखा ने ही दित्तियां सिख भाईचारे नूं ही पर सब तो ज्यादा परेशानियां इस टाइम आ रही ने। बिलकुल जी, की कहना तुसीं की कहना चाहोगे बारे परेशानियां? जी उस दिन तो शुरू हो गईआं सी जदों सच्चे पातशाह जी ने खालसा साजिआ सी जी। क्योंकि जिम हुण गल ही चल रही सी जात गोत दी वर्ण वंड दी गल चल रही सी उस समय दे विच। देखो अज भी शड्यूल कास्ट है, अज भी जातां पातां दे विच साडी मनुखता वंडी होई है। तुसीं सोचो कि अज तों 350 साल पहलां किदां दा जिहड़ा स्थिति होवेगी साडे देश दे विच। तां उस वेले जदों हर एक जगह ते जात पात दा बोलबाला सी, वर्ण वंड पूरी हावी सी साडे देश विच, उस वेले खालसा साज देना, कह देना इक्को बाटे नूं सारिआं दा मूंह लवा देना, उस उत्थों ही विद्रोह शुरू हो गया सी। क्योंकि पहाड़ी राजे खुद अमृत छकण वास्ते एक बार आ गए सी गुरु गोबिंद सिंह जी महाराज कोल, पर जदों उन्होंने देखिया कि सारियां नीवियां जातां दे लोकां नूं जिन्हां नूं असीं अपने नेड़े भी नहीं लगन दिंदे उन्हां नूं भी उसे बाटे दे नाल मूछ होणा ते साडा भी उसे बाटे दे नाल मूछ होणा, इक्को बाटे विच अमृत छकाउणा, तां उह कहिंदे नहीं महाराज असीं अमृत छक लांगे पर साडे वास्ते वक्खरा बाटा तैयार करो। उत्थें गुरु साहिब जी ने कहा सी इन गरीब सिखण को दो पातशाही, ਕਹਿੰਦੇ ਤੁਹਾਡੀ ਮੈਨੂੰ ਲੋੜ ਨਹੀਂ, ਤੁਸੀਂ ਰਾਜੇ ਹੋਵੋਗੇ ਆਪਣੇ ਘਰੇ ਹੋਵੋਗੇ। ਵੇਖੋ ਅੱਜ ਹੁਣ ਦੇਖੋ ਜੇ ਆਪਾਂ ਦੁਨਿਆਵੀ ਰਾਜੇ ਜਿਵੇਂ ਆਪਾਂ ਕਹਿ ਲਓ ਮੰਤਰੀ ਆਪਣੇ ਉਹਨਾਂ ਬਾਰੇ ਕੋਈ ਗੱਲ ਕਰਨੀ ਆਪਾਂ ਨੂੰ 100 ਵਾਰੀ ਸੋਚ ਕੇ ਬੋਲਣਾ ਪਏਗਾ ਵੀ ਨਹੀਂ ਵੀ ਭਾਰੀ ਹੋ ਜਾਏਗੀ ਸਾਡੇ 'ਤੇ, ਭਾਰੀ ਪੈ ਜਾਏਗੀ। ਪਰ ਮਹਾਰਾਜ ਨੇ ਕਿਹਾ ਤਾਂ ਤੁਸੀਂ ਰਾਜੇ ਹੋਵੋਗੇ, ਠੀਕ ਹੈ, ਪਰ ਜਿਹੜੇ ਗਰੀਬਾਂ ਨੂੰ ਤੁਸੀਂ ਕਹਿੰਦੇ ਹੋ ਨੀਚ ਨੇ, ਇਹ ਨੀਵੇਂ ਨੇ, ਮੈਂ ਤਾਂ ਇਹਨਾਂ ਨੂੰ ਹੀ ਅੰਮ੍ਰਿਤ ਛਕਾਊਂਗਾ, ਇਹਨਾਂ ਨੂੰ ਪਾਤਸ਼ਾਹੀਆਂ ਦਊਂਗਾ। ਅੱਜ ਵੇਖੋ ਸਿੱਖ ਕਿੱਡੀਆਂ ਕਿੱਡੀਆਂ ਪਦਵੀਆਂ 'ਤੇ ਬਿਰਾਜਮਾਨ ਨੇ। ਸੋ ਉੱਥੋਂ ਹੀ ਬਾਅਦ ਵਿੱਚ ਹੀ ਹਮਲੇ ਹੋਏ ਤਾਂ ਹੀ ਅਨੰਦਪੁਰ ਸਾਹਿਬ ਵਿੱਚ, ਤਾਂ ਹੀ ਗੁਰੂ ਸਾਹਿਬ ਜੀ ਨੂੰ ਆਪਣਾ ਪਰਿਵਾਰ ਜਿਹੜਾ ਹੈ ਵਿਛੜਿਆ, ਪਹਿਲਾਂ ਪਰਿਵਾਰ ਵਿਛੋੜਾ ਹੋਇਆ, ਫਿਰ ਸਾਹਿਬਜ਼ਾਦੇ ਸ਼ਹੀਦ ਹੋਏ। ਮੇਨ ਕਾਰਨ ਇਹੀ ਸੀ ਕਿ ਉਸ ਵੇਲੇ ਇਹ ਆਵਾਜ਼ ਉਠਾ ਦੇਣੀ, ਅਤੇ ਅੱਜ ਤੱਕ ਵੀ ਚੱਲ ਰਿਹਾ ਅਸੀਂ ਜੇ ਪਹਿਰੇਦਾਰ ਬਣੀਏ ਸਾਡੇ ਗੁਰੂ ਸਾਹਿਬ ਜੀ ਜੇ ਉਸ ਵੇਲੇ ਦੀ ਸਰਕਾਰ ਨਾਲ ਟੱਕਰ ਲੈ ਸਕਦੇ, ਚਲੋ ਸਰਕਾਰਾਂ ਤਾਂ ਹੁਣ ਆਪਾਂ ਆਪਣੇ ਤੌਰ 'ਤੇ ਤਾਂ ਲਾਗੂ ਕਰੀਏ, ਆਪਣੇ ਪਰਿਵਾਰ ਤੋਂ ਹੀ ਸ਼ੁਰੂ ਕਰੀਏ ਕਿ ਭਾਈ ਜਾਤ ਪਾਤ ਨਹੀਂ ਮੰਨਣੀ। ਜਿਵੇਂ ਭਾਈ ਸਾਹਿਬ ਜੀ ਕਸ਼ਮੀਰ ਸਿੰਘ ਜੀ ਕਹਿ ਰਹੇ ਸੀ ਕਿ ਸਿੱਖੀ ਦਾ ਤਾਂ ਸਿਧਾਂਤ ਹੀ ਆ, ਗੁਰੂ ਸਾਹਿਬ ਜੀ ਨੇ ਤਾਂ ਕਹਿਤਾ ਵੀ ਸਿੱਖ ਸਿੱਖ ਦੀ ਜਾਤ ਪੁੱਛੇ ਤਨਖਾਈ ਆ ਜੀ, ਵੀ ਉਹਨੂੰ ਸਜ਼ਾ ਮਿਲੇਗੀ ਜੇ ਸਿੱਖ ਸਿੱਖ ਦੀ। ਅਸੀਂ ਕਹਿੰਦੇ ਹਾਂ ਤੁਸੀਂ ਮੰਨ ਲਓ ਹੁਣ ਅਸੀਂ ਖੁਦ ਵੀ ਵਿਚਰਦੇ ਹਾਂ, ਤੁਸੀਂ ਫਿਰ ਕੀ ਹੁੰਦੇ ਹੋ? ਹਾਂਜੀ ਸਿੱਖ, ਨਹੀਂ ਨਹੀਂ ਉੱਦਾਂ ਕੀ ਹੁੰਦੇ ਹੋ, ਨੋਰਮਲ ਜਿਹਾ ਕੁਐਸਚਨ ਹੁੰਦਾ ਵੀ ਸਿੱਖ ਤਾਂ ਚਲੋ ਹੈਗੀ, ਪਰ ਨਹੀਂ ਸਿੱਖ ਮੀਨਸ ਸਿੱਖ। ਅਸੀਂ ਕਿਵੇਂ ਗੁਰੂ ਸਾਹਿਬ ਜੀ ਨੇ ਇੰਨਾ ਕੁਛ ਆਪਣੇ ਪਰਿਵਾਰ 'ਤੇ ਝੱਲਿਆ, ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਆਪਣਾ ਹੱਸਦਾ ਵੱਸਦਾ ਪਰਿਵਾਰ ਜਿਹੜਾ ਸੀ ਉਹਨਾਂ ਦਾ ਐਂ ਕਹਿ ਲਓ ਅਨੰਦਪੁਰ ਸਾਹਿਬ ਛੱਡਣਾ ਪਿਆ, ਉੱਜੜ ਗਿਆ ਇਸ ਤਰ੍ਹਾਂ ਕਹਿ ਲਓ, ਮਹਾਰਾਜ ਉੱਜੜੇ ਸਾਨੂੰ ਵਸਾਉਣ ਵਾਸਤੇ। ਗੁਰਦੁਆਰੇ ਬਣਾਉਣੇ ਤਾਂ ਘੱਟੋ ਘੱਟ ਰੋਕੇ, ਸਾਡੀ ਸ਼੍ਰੋਮਣੀ ਕਮੇਟੀ ਕਰੇ ਵੀ ਭਾਈ ਨਹੀਂ ਜਾਤ ਗੋਤ ਦੇ ਨਾਂ ਤੇ ਗੁਰਦੁਆਰਾ ਸਾਹਿਬ ਨਹੀਂ ਬਣਾ ਸਕਦੇ ਤੁਸੀਂ, ਸਖਤੀ ਨਾਲ ਇਹ ਜਿਹੜੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਜੀ। ਸੋ ਇਹ ਵਿਦਰੋਹ ਤਾਂ ਇੱਦਾਂ ਹੀ, ਕਿਉਂਕਿ ਜਿੱਥੇ ਸੱਚ ਹੈ, ਜਦੋਂ ਸੱਚ ਪਰਮੇਸ਼ਰ ਸੱਚ ਰੂਪ ਹੈ, ਪਰਮੇਸ਼ਰ ਵਾਸਤੇ ਅਸੀਂ ਸਾਰੇ ਬੱਚੇ ਹਾਂ, ਸਾਰੇ ਉਸ ਪਰਮਾਤਮਾ ਦੀ ਅੰਸ਼ ਹਾਂ, ਉਹਦੇ ਵਾਸਤੇ ਅਸੀਂ ਬਰਾਬਰ ਹਾਂ। ਉਹਦੇ ਰੂਲ ਜਦੋਂ ਕੋਈ ਅੱਗੇ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦਾ ਨਾ ਜੀ, ਚੰਗੀ ਗੱਲ ਕੋਈ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦਾ, ਵਿਦਰੋਹ ਤਾਂ ਉਹਨੂੰ ਝੱਲਣਾ ਹੀ ਪੈਂਦਾ, ਭਾਵੇਂ ਉਦੋਂ ਗੁਰੂ ਸਾਹਿਬ ਜੀ ਨੇ ਝੱਲਿਆ, ਭਾਵੇਂ ਅੱਜ ਜਿਹੜੇ ਸਿੱਖ ਨੇ ਜਿਹੜੇ ਇਹੋ ਜਿਹਾ ਕਾਰਜ ਕਰਦੇ ਨੇ, ਪਿੰਡ 'ਚ ਹੀ ਵਿਦਰੋਹ ਸ਼ੁਰੂ ਹੋ ਜਾਂਦਾ ਉਹਨਾਂ ਦਾ, ਲੈ ਇਹ ਵੱਖਰੇ ਬਾਬਾ ਬਣ ਗਿਆ, ਇਹ ਵੱਖਰੇ ਕੰਮ ਕਰਦਾ, ਵੀ ਸਾਰਿਆਂ ਦੇ ਵਿਆਹ ਇੱਦਾਂ ਹੋਏ, ਇਹ ਵੱਖਰੇ ਕਰ ਰਿਹਾ, ਬਰਕਰਾਰ ਰੱਖਿਆ ਜਾ ਰਿਹਾ। ਸੋ ਸਾਡੀ ਵੀ ਕਾਫੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿੱਖੀ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਈਏ, ਜੋ ਗੁਰੂ ਸਾਹਿਬਾਂ ਨੇ ਜੋ ਸੰਦੇਸ਼ ਦਿੱਤਾ ਸੀ ਉਹ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਅੱਗੇ ਤੱਕ ਲੈ ਕੇ ਜਾਈਏ। ਸੋ ਦੇਖਿਆ ਜਾਏ ਕਿ ਜਿਸ ਤਰ੍ਹਾਂ ਸਿੱਖ ਸੰਗਤ ਵੱਲੋਂ ਕਾਫੀ ਉਤਸ਼ਾਹ ਨਾਲ ਇਹ ਸਿੱਖ ਡੇ ਪਰੇਡ ਮਨਾਇਆ ਜਾ ਰਿਹਾ, ਪੰਜਾਬ ਵਿੱਚ ਕਿਉਂ ਕਮੀ ਪਾਈ ਜਾਂਦੀ ਹੈ ਅਜਿਹੇ ਸਮਾਗਮ ਮਨਾਉਣ 'ਚ? ਪੰਜਾਬ ਦੇ ਵਿੱਚ ਅਸਲ ਦੇ ਵਿੱਚ ਮੈਂ ਜਿਵੇਂ ਪਹਿਲੇ ਕਿਹਾ, ਇੱਕ ਤਾਂ ਤਾਲਮੇਲ ਦੀ ਘਾਟ ਜੀ, ਇੱਕ ਖੁਦਗਰਜੀ ਸਾਡੇ ਵਿੱਚ ਬਿਲਕੁਲ ਜੀ। ਇਹ ਕਹਿੰਦੇ ਵੀ ਮਤਲਬ ਅਸੀਂ ਤਾਂ ਜਿਵੇਂ ਨਵਦੀਪ ਜੀ ਨੇ ਕਿਹਾ ਨਾ, ਸਿੱਖੀ ਦਾ ਘਰ ਹੈ ਤਾਂ ਬਹੁਤ ਦੂਰ, ਅਸੀਂ ਸਿੱਖ ਸਿਧਾਂਤਾਂ ਤੋਂ ਬਹੁਤ ਦੂਰ ਹੋ ਰਹੇ ਹਾਂ। ਅਸੀਂ ਦੇਖਦੇ ਹਾਂ ਖੁਦਗਰਜੀ 'ਤੇ ਬਿਜ਼ਨਸ ਬਣਾਇਆ ਗੁਰਦੁਆਰੇ ਮੈਂ, ਚਲੋ ਵੈਸੇ ਗੁੱਸਾ ਨਾ ਕਰੋ, ਗੁਰਦੁਆਰੇ ਨੂੰ ਅਸੀਂ ਦੁਕਾਨਾਂ ਬਣਾਉਣੀਆਂ, ਗੁਰਦੁਆਰੇ ਦੀਆਂ ਜ਼ਮੀਨਾਂ ਜਿਹੜੀਆਂ, ਜੇ ਗੁਰਦੁਆਰੇ 'ਚ ਸਾਰੀਆਂ ਜ਼ਮੀਨਾਂ ਗੁਰਦੁਆਰਿਆਂ ਦੇ ਨਾਂ ਹੈ, ਇਤਿਹਾਸਿਕ ਗੁਰਦੁਆਰੇ ਦੇ ਹੋਰ, ਉਹ ਜੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਗੁਰਦੁਆਰਿਆਂ ਦੇ ਨਾਂ ਹੋਣ ਅਤੇ ਉਹਨਾਂ ਨੂੰ ਬੋਲੀ 'ਤੇ ਚੜ੍ਹਾਇਆ ਜਾਵੇ
ਤਾਂ ਕਰੋੜਾਂ ਰੁਪਈਆ ਤਾਂ ਜਿਹੜਾ ਸਾਨੂੰ ਗੋਲ ਕਰ ਰੱਖਣ ਦੀ ਲੋੜ ਨਹੀਂ, ਉਹ ਸਾਰੇ ਲੀਡਰਾਂ ਦੇ ਨੌ ਨੜਿਨਵੇਂ ਸਾਲ ਦੇ ਲੀਜ਼ 'ਤੇ ਹੋ ਜਾਂਦੀਆਂ। ਅੱਗੇ ਲੀਜ਼ 'ਤੇ ਲੈ ਕੇ 50,000 ਨੂੰ, ਅੱਗੇ 55,000 ਨੂੰ, ਰਾਤ ਹੀ ਲੱਖ ਕਰੋੜਾਂ ਰੁਪਈਏ ਜੇ ਵੀ ਬੈਠੇ ਬੈਠੇ ਵੀ ਖਾਈ ਜਾਂਦੇ। ਇਹ ਜਿਹੜੇ ਸੰਦੇਸ਼ ਇਹ ਕਿੱਥੇ ਜਾਂਦਾ? ਇਹਦੇ ਇਹ ਕਰਕੇ ਚੀਜ਼ਾਂ ਕਰਕੇ ਲੋਕ ਜਿਹੜੇ ਜਿਵੇਂ ਨੌਜਵਾਨ ਦੱਸੇ ਸੀ, ਉਹ ਨੌਜਵਾਨ ਵਰਗ ਆ ਜਿਹੜਾ ਇਹ ਚੀਜ਼ਾਂ ਜਾਣਦੇ ਹੋਏ ਬਗਾਵਤ ਕਰ ਰਿਹਾ, ਸਿੱਖੀ ਤੋਂ ਦੂਰ ਜਾ ਰਹੇ ਵਿੱਚ ਜਿਹੜੇ ਸਿੱਖੀ ਦੇ ਠੇਕੇਦਾਰ ਬਣੇ ਹੋਏ, ਸਿੱਖੀ ਤੋਂ ਜਿਹਨੂੰ ਸਾਨੂੰ ਉਮੀਦ ਹੈ ਉਸ ਉਹੀ ਸਿੱਖੀ ਤੋਂ ਦੂਰ ਹੈ, ਪਹਿਰਾਵਾ ਕੋਈ ਹੋਰ ਹੈ, ਅੰਦਰੋਂ ਕੁਛ ਹੋਰ ਹੈ, ਇਹਦੇ ਕਰਕੇ ਉਹਨੂੰ ਨਫ਼ਰਤ ਹੋ ਰਹੀ ਹੈ। ਜਿਵੇਂ ਪਹਿਲਾਂ ਚੱਲੀ ਸੀਗੀ, ਤੁਸੀਂ ਗੱਲ ਪੁੱਛੀ ਸੀ ਇਹਨਾਂ ਤੋਂ ਵੀ ਸਿੱਖਾਂ ਨੇ ਸਭ ਤੋਂ ਜ਼ਿਆਦਾ ਤਸ਼ੱਦਦ 'ਤੇ ਚੱਲੇ, ਸਿੱਖਾਂ ਨੇ ਇਤਿਹਾਸ ਸਿਰਜਿਆ, ਸਿੱਖਾਂ ਨੇ ਦੂਜੇ ਵਾਸਤੇ ਕੀਤਾ, ਆਪਣੇ ਵਾਸਤੇ ਕੁਛ ਨਹੀਂ ਕੀਤਾ, ਗੁਰੂ ਸਾਹਿਬ ਨੇ ਲੋਕਾਂ ਵਾਸਤੇ ਪਰਿਵਾਰ ਉਜਾੜ ਲਿਆ, ਪਰ ਜਿਹੜਾ ਵਾਸਤੇ ਉਜਾੜਿਆ ਉਸ ਨੇ ਲੋਕਾਂ ਉਹਦੇ ਪਰ ਹਮਲੇ ਕੀਤੇ। ਸਿੱਖਾਂ ਨੇ ਇਤਿਹਾਸ ਲਿਖਿਆ, ਜਿਹੜਾ ਇਤਿਹਾਸ ਸਿਰਜਿਆ ਪਰ ਲਿਖਿਆ ਨਹੀਂ, ਲਿਖ ਨਹੀਂ ਸਕੇ। ਲਿਖਦੇ ਕਿਉਂ? ਜਿਵੇਂ ਜੰਗਲਾਂ ਦੇ ਵਿੱਚ ਰਹਿੰਦੇ ਸੀ, ਘੋੜਿਆਂ 'ਤੇ ਰਹਿੰਦੇ ਸੀਗੇ, ਲਿਖਣ ਵਾਲੇ ਹੋਰ ਸੀ, ਜਿਹੜੇ ਲਿਖਣ ਵਾਲੇ ਸੀ ਇਤਿਹਾਸ ਉਹ ਵੀ ਮਜ਼ਬੂਰ ਹੋ ਗਏ, ਨਾਲੇ ਮੁਸਲਮਾਨ ਸੀ ਲਿਖਣ ਵਾਲੇ ਉਹ ਵੀ ਮਜ਼ਬੂਰ ਹੋ ਗਏ, ਇਹਨਾਂ ਦਾ ਇਤਿਹਾਸ ਵਧੀਆ ਲਿਖਿਆ। ਜੇ ਅਸੀਂ ਇਤਿਹਾਸ ਜਿਹੜਾ ਅਸੀਂ ਜਿਹੜਾ ਸਾਡਾ ਇਤਿਹਾਸ ਹੈ ਜੇ ਅਸੀਂ ਵੰਡਣ ਦੇ ਵਿੱਚ ਅਤੇ ਲਿਖਣ ਦੇ ਵਿੱਚ ਕਾਮਯਾਬ ਹੋ ਜਾਈਏ ਤਾਂ ਸਿੱਖੀ ਦੇ ਵਿਚਾਰੇ ਆ ਜਿਹੜੇ ਮਤਲਬ ਜਿਹੜੇ ਕਹਿੰਦੇ ਵੀ ਜੇ ਲੋਹੇ ਨੂੰ ਲੋਹਾ ਕੱਟਦਾ, ਸਿੱਖਾਂ ਨੇ ਜੇ ਇਤਿਹਾਸ ਲਿਖਿਆ, ਸਿੱਖਾਂ ਨੇ ਇਤਿਹਾਸ ਕਾਇਮ ਕੀਤਾ, ਸਿੱਖਾਂ ਨੂੰ ਕੁਰਬਾਨੀਆਂ ਕੀਤੀਆਂ, ਤਾਂ ਉਹਦੇ ਵਿੱਚ ਗਦਾਰੀ ਵੀ ਸਿੱਖਾਂ ਨੇ ਬਹੁਤ ਵੱਡੀ ਕੀਤੀ ਆ। ਮਹਾਰਾਜਾ ਰਣਜੀਤ ਦਾ ਰਾਜ ਹੈ ਜਿਹੜਾ ਇਹ ਸਿੱਖਾਂ ਕਰਕੇ ਗਿਆ। ਜੇ ਧਿਆਨ ਸਿੰਘ ਡੋਗਰਾ ਵਰਗਾ ਹੋਰ ਨਾਂ ਉਹਨੇ ਦੇ ਧੱਕੇ ਚੜ੍ਹਦੇ ਤਾਂ ਮਹਾਰਾਜਾ ਰਣਜੀਤ ਦਾ ਨਾਂ ਹੀ ਬਹੁਤ ਬੜਾ ਸੀਗਾ। ਹੋਰ ਗੱਲ ਬਸ ਵੈਸੇ ਕਹਿਣੀ ਚਾਹੁੰਦਾ ਕਹਿਣੀ ਪੈਣੀ ਆ, ਆਪਣੇ ਡਾਕਟਰ ਬੀ ਆਰ ਅੰਬੇਦਕਰ 8 ਕਰੋੜ ਸਰੂਡ ਕਾਸਟਾਂ ਦੇ ਨਾਲ ਸਿੱਖ ਸਜਣ ਲੱਗਿਆ ਸੀਗਾ। ਬਿਲਕੁਲ ਜੀ, ਵੱਡਾ ਪੁਆਇੰਟ ਤੁਸੀਂ, 8 ਕਰੋੜ ਸਿੱਖ ਬਣ ਜਾਣੇ ਸੀਗੇ। ਮਹਾਰਾਜਾ ਭੁਪਿੰਦਰ ਸਿੰਘ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਸੀ, ਇਹ ਤੋਂ ਵੱਡੀ ਹੋਰ ਕੇ ਮਹਾਰਾਜਾ ਹੋਵੇ ਪਟਿਆਲੇ ਦਾ ਆਪਣੀ ਲੜਕੀ ਦਾ ਰਿਸ਼ਤਾ ਡਾਕਟਰ ਅੰਬੇਦਕਰ ਨੂੰ ਦੇਵੇ, ਪਰ ਸਾਡੇ ਸਿੱਖਾਂ ਦੇ ਜਿਹੜੇ ਸਿੱਖ ਰਹਿਮਨੁਮਾ ਮਾਸਟਰ ਤਾਰਾ ਸਿੰਘ ਨਹੀਂ ਹੁੰਦਾ। ਜਿਹੜਾ ਅਸੀਂ ਇਹ ਬੜੀ ਡਿਸਕਸ਼ਨ ਚੱਲਦੀ ਆ ਕਿ ਅੰਬੇਦਕਰ ਜੀ ਸਿੱਖ ਬਣਨ ਲੱਗੇ ਸੀ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਬਣਨ ਨਹੀਂ ਦਿੱਤੇ, ਇਵੇਂ ਦੀ ਵੀ ਸਾਰੀ ਗੱਲ ਨਹੀਂ ਹੈ। ਅੰਬੇਦਕਰ ਜੀ ਸਿੱਖਾਂ ਦੇ ਨਾਲੋਂ ਜਿਹੜੀ ਹਿੰਦੁਸਤਾਨ ਦੀ ਪੋਲੀਟਿਕਸ ਸੀ, ਉਹਦੇ ਜਿਹੜੇ ਨੈਸ਼ਨਲ ਲੀਡਰ ਸੀਗੇ ਮਹਾਤਮਾ ਗਾਂਧੀ ਵਰਗੇ ਹੋਰ ਬੰਦੇ, ਉਹਨਾਂ ਦੇ ਜ਼ਿਆਦਾ ਨੇੜੇ ਸੀ, ਔਰ ਉਹ ਬੰਦੇ ਕੋਈ ਛੋਟੇ ਮੋਟੇ ਸਿਆਸਤਦਾਨ ਨਹੀਂ ਸੀ, ਉਹ ਬਹੁਤ ਜ਼ਿਆਦਾ ਆਪਣੇ ਸਿਸਟਮ ਦੇ ਸੁਲਝੇ ਹੋਏ ਪੜ੍ਹੇ ਲਿਖੇ ਬੰਦੇ ਸੀ, ਅਤੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਸੁਚੇਤ ਸੀ। ਜਦਕਿ ਉਸ ਸਮੇਂ ਦੀ ਸਿੱਖਾਂ ਦੀ ਲੀਡਰਸ਼ਿਪ ਜਿਹੜੀ ਸੀ ਉਹ ਇੰਨੀ ਪੜ੍ਹੀ ਲਿਖੀ ਨਹੀਂ ਸੀ, ਜਿਹੜੇ ਸਿੱਖਾਂ ਦੇ ਪੜ੍ਹੇ ਲਿਖੇ ਲੀਡਰ ਸਨ ਉਸ ਵੇਲੇ ਉਹ ਉਹਨਾਂ ਦੇ ਮਨ 'ਚ ਮਕਾਰੀ ਸੀ, ਤਾਂ ਉਹ ਸਾਰੇ ਪੋਜੀਸ਼ਨ ਦੇ ਵਿੱਚ ਸੀਗੇ। ਮਾਸਟਰ ਤਾਰਾ ਸਿੰਘ ਨੇ ਜਦੋਂ ਮਤਲਬ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖ ਨਹੀਂ ਬਣਨਾ, ਅੰਬੇਦਕਰ ਨੂੰ ਉਹਨਾਂ ਨੂੰ ਜਿਵੇਂ ਹਰੀ ਸਿੰਘ ਹੋਣਾ ਦੱਸਿਆ ਕਿ ਉਹਨਾਂ ਕਿਹਾ ਮੈਂ ਮਰਨ ਵਰਤ 'ਤੇ ਬਹਿ ਜਾਂਗਾ, ਔਰ ਅੰਬੇਦਕਰ ਸਾਹਿਬ ਇਤਿਹਾਸ ਵਿੱਚ ਸੁਣਦੇ ਹਾਂ ਕਿ ਉਹ ਧਮਕੀ ਝੱਲ ਨਹੀਂ ਸਕੇ, ਔਰ ਉਹਨਾਂ ਨੇ ਜਿਹੜਾ ਸੀ ਇਹ ਬੋਧੀ ਧਰਮ ਨੂੰ ਅਪਣਾਉਣ ਲਈ ਜਿਹੜੇ ਸੀ ਉਹ ਮੰਨ ਕਰਕੇ ਰਾਜ਼ੀ ਹੋ ਗਏ। ਸਿੱਖਾਂ ਦੀ ਸੂਝਵਾਨ ਲੀਡਰ ਨਹੀਂ ਸੀਗੇ ਕਿ ਉਹ ਸਾਰੀ ਚੀਜ਼ ਨੂੰ, ਦੂਸਰੀ ਗੱਲ ਆ ਕਿ ਉਸ ਵੇਲੇ ਸਿੱਖ ਅਤੇ ਕਾਂਗਰਸੀ ਜਿਹੜੇ ਸੀਗੇ ਰਲ ਕੇ ਆਪਸ ਵਿੱਚ ਜਿਹੜੀ ਭਾਰਤ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਜੋ ਉਸ ਬਾਅਦ ਵਿੱਚ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਵਿੱਚ ਅਤੇ ਜਿਹੜੀ ਆ ਭਾਰਤ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਟਕਰਾਅ ਪੈਦਾ ਹੋਏ, ਉਹਦੀਆਂ ਸੰਭਾਵਨਾਵਾਂ ਤਾਂ ਕਿਤੇ ਕਿਤੇ ਦਿਸਦੀਆਂ ਸਨ ਪਰ ਇਸ ਰੂਪ 'ਚ ਨਹੀਂ ਸੀ ਦਿਸਦੀਆਂ, ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਕਿਸੇ ਨਾ ਕਿਸੇ 'ਤੇ ਵਿਸ਼ਵਾਸ ਤਾਂ ਕਰਨਾ ਪੈਂਦਾ, ਅਗਲਾ ਵਿਸ਼ਵਾਸ ਤੁਹਾਡਾ ਕਿੰਨਾ ਰੱਖਦਾ, ਕਿੰਨਾ ਉਹ ਵਿਸ਼ਵਾਸਘਾਤ ਕਰਦਾ, ਇਹ ਤਾਂ ਮੁੜ ਕੇ ਆਉਣ ਵਾਲੇ ਸਮੇਂ ਨੇ ਦੱਸਣਾ ਹੁੰਦਾ। ਜਦੋਂ ਸਿੱਖਾਂ ਦੇ ਨਾਲ ਬੜੇ ਵਾਅਦੇ ਕੀਤੇ ਗਏ ਕਿ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਇਲਾਕਾ ਦਿੱਤਾ ਜਾਏਗਾ, ਤੁਸੀਂ ਉੱਥੇ ਰਹਿ ਸਕਦੇ ਹੋ, ਆਪਣਾ ਆਨੰਦ ਮਾਣ ਸਕਦੇ ਹੋ, ਸਾਰਾ ਕੁਝ ਕਰ ਸਕਦੇ ਹੋ, ਅਤੇ ਜਦੋਂ ਦੇਸ਼ ਆਜ਼ਾਦ ਹੋ ਗਿਆ, ਸਮਾਂ ਲੰਘ ਗਿਆ, ਉਹ ਮੁੱਕਰ ਗਏ, ਉਹਦੇ ਲਈ ਸਿੱਖਾਂ ਨੂੰ ਦੁਬਾਰਾ ਸੰਘਰਸ਼ ਕਰਨਾ ਪਿਆ। ਉਸ ਸੰਘਰਸ਼ ਦੇ ਵਿੱਚ ਲਗਾਤਾਰ ਬਹੁਤ ਸਾਰੇ ਇੱਦਾਂ ਦੇ ਧਰਾ ਚੜਾ ਆਏ, ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਿੱਖਾਂ ਦੇ ਸਾਹਮਣੇ ਆਈਆਂ ਕਿ ਸਿੱਖ ਆਪਣੀਆਂ ਮੰਗਾਂ ਤੋਂ ਲੰਮਾ ਸਮਾਂ ਜਿਹੜੇ ਆ ਡੋਲ ਜਾਂਦੇ ਰਹੇ। ਮੈਂ ਇੱਕ ਉਦਾਹਰਣ ਜਿਹੜੀ ਆ ਬਹੁਤ ਕਿ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਬਾ ਸਮਾਂ ਧਰਮ ਯੁੱਧ ਮੋਰਚਾ ਚਲਾਇਆ,
ਪੰਜਾਬ ਦੀਆਂ ਮੰਗਾਂ ਦੇ ਲਈ ਜਿਹੜਾ ਅਸੀਂ ਬੜਾ ਸੰਘਰਸ਼ ਕਰਿਆ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀ ਬੜੀ ਲੰਬੀ ਜੇਲ੍ਹ ਕੱਟੀ, ਉਹਨਾਂ ਦੇ ਸਾਥੀਆਂ ਨੇ ਵੀ ਬੜੀ ਲੰਬੀ ਜੇਲ੍ਹ ਕੱਟੀ। ਲੇਕਿਨ ਜਦ ਉਹਨਾਂ ਕੋਲ ਰਾਜ ਭਾਗ ਆਇਆ, ਕਈ ਵਾਰੀ ਆਇਆ, 10 ਸਾਲ ਤਾਂ ਹੁਣੇ ਹੀ ਉਹ ਲਗਾਤਾਰ ਭੋਗ ਕੇ ਗਏ ਨੇ, ਜਦੋਂ ਰਾਜ ਭਾਗ ਦੇ ਮਾਲਕ ਬਣ ਗਏ, ਜਿਹੜੀਆਂ ਮੰਗਾਂ ਕਰਕੇ ਉਹਨਾਂ ਨੇ ਇੰਨਾ ਲੰਬਾ ਸੰਘਰਸ਼ ਕਰਿਆ, ਉਹਨਾਂ ਨੇ ਮੁੜ ਕੇ ਉਹ ਮੰਗਾਂ ਦੀ ਪੂਰਤੀ ਲਈ ਰਾਜ ਭਾਗ ਦੇ ਵਿੱਚ ਰਹਿ ਕੇ ਕੁਝ ਨਹੀਂ ਕੀਤਾ। ਉਹ ਇਹਨਾਂ ਮੁੜ ਕੇ ਮੰਗਾਂ ਨੂੰ ਸਿਰਫ ਸੀ ਕਿਹਾ ਕਿ ਸਿੱਖਾਂ ਨੂੰ ਇਮੋਸ਼ਨਲ ਤੌਰ 'ਤੇ ਜੂਝ ਕਰਨ ਲਈ, ਵਰਤਣ ਲਈ, ਮਾਨਸਿਕ ਤੌਰ 'ਤੇ ਉਹਨਾਂ ਦਾ ਜਿਹੜਾ ਸੀਗੇ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਤਣ ਦੇ ਲਈ ਉਹ ਵੋਟਾਂ ਦੇ ਨੇੜੇ ਆਣ ਕੇ, ਜਿਹਨੂੰ ਮੈਂ ਪਹਿਲਾਂ ਵੀ ਬਹੁਤ ਵੱਡੀ ਸੌੜੀ ਰਾਜਨੀਤੀ ਕਹਿ ਚੁੱਕਿਆ ਕਿ ਉਹ ਇਹਨਾਂ ਚੀਜ਼ਾਂ ਨੂੰ ਮੂਹਰੇ ਲੈ ਆਉਂਦੇ ਸੀ, ਜਦੋਂ ਸਮਾਂ ਨਿਕਲ ਜਾਂਦੇ ਸੀ ਉਹ ਆਪਣਾ ਰਾਜਨੀਤੀ ਦਾ ਸੁੱਖ ਭੋਗਣ ਦੇ ਲਈ ਮਸ਼ਰੂਫ ਹੋ ਜਾਂਦੇ ਸੀ, ਅਤੇ ਉਹ ਜਿਹੜੀਆਂ ਮੰਗਾਂ ਸੀ ਉਹ ਮੁੱਦਾ ਅਤੇ ਮੁੱਦਾ ਖੜ੍ਹਾ ਹੀ ਰਹਿ ਜਾਂਦਾ ਸੀ, ਕੁਛ ਮੁੱਦਾ ਜਿਹੜਾ ਸੀ ਸਮੇਂ ਪਾ ਕੇ ਉਹ ਉਹਨਾਂ ਦੀ ਮਹੱਤਤਾ ਨਹੀਂ ਰਹੀ। ਜਿਵੇਂ ਸਿੱਖਾਂ ਦੀ ਬੜੀ ਵੱਡੀ ਮੰਗ ਸੀ ਕਿ ਦਰਬਾਰ ਸਾਹਿਬ ਤੋਂ ਰੇਡੀਓ ਦੇ ਰਾਹੀਂ 24 ਘੰਟੇ ਕੀਰਤਨ ਜਿਹੜਾ ਰਿਲੇਅ ਹੋਵੇ, ਹੁਣ ਟੈਕਨੋਲੋਜੀ ਇੱਦਾਂ ਦੀ ਆ ਗਈ ਆ ਵੀ ਤੁਸੀਂ ਆਕਾਸ਼ਵਾਣੀ ਛੱਡੋ, ਤੁਸੀਂ ਭਾਵੇਂ ਲਾਈਵ ਕੀਰਤਨ ਸਾਰਾ ਦਿਨ ਸੁਣੋ, ਮੋਬਾਈਲ 'ਤੇ ਸੁਣੋ, TV 'ਤੇ ਸੁਣੋ, ਕਿੰਨੀਆਂ ਚੀਜ਼ਾਂ ਆ ਗਈਆਂ, ਕੰਪਿਊਟਰ 'ਤੇ ਲਾਈਵ ਦੇਖੋ। ਹੁਣ ਜਦ ਕਿ ਉਹ ਬਹੁਤ ਵੱਡੀ ਸਿੱਖਾਂ ਦੀ ਮੰਗ ਸੀ, ਅਤੇ ਉਸ ਵੇਲੇ ਜਿਹੜੀ ਹਿੰਦੁਸਤਾਨ ਦੀ ਮੈਂ ਬੇਈਮਾਨ ਲੀਡਰਸ਼ਿਪ ਸੀਗੀ, ਉਹਨਾਂ ਨੇ ਇਹਦੇ 'ਤੇ ਬੜੀ ਤਗੜੀ ਅੜੀ ਰੱਖੀ ਕਿ ਨਹੀਂ ਨਹੀਂ ਸਿੱਖਾਂ ਨੂੰ ਇਹ ਚੀਜ਼ ਦੇਣੀ ਨਹੀਂ। ਅਤੇ ਉਹ ਜਿਹੜੇ ਅਸੀਂ ਵੀ ਜਦੋਂ ਪਾਵਰ 'ਚ ਆਏ ਅਸੀਂ ਵੀ ਕੁਛ ਨਹੀਂ ਕਰਿਆ, ਜਦ ਕਿ ਦੂਜਾ ਸੀਗਾ ਕਿ ਸਾਡੀ ਮੰਗ ਸੀ ਕਿ ਜਿਹੜੇ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਜਿਹੜੇ ਇੱਧਰ ਸਿੱਖਾਂ ਦੇ ਮਹੱਤਵਪੂਰਨ ਸ਼ਹਿਰ ਨੇ, ਇਹਨਾਂ ਨੂੰ ਪਵਿੱਤਰ ਦਰਜਾ, ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ। ਪਵਿੱਤਰ ਦਰਜੇ ਦਾ ਭਾਵ ਇਹ ਆ ਕਿ ਉੱਥੇ ਕੋਈ ਵੀ ਜਿਹੜੀਆਂ ਨੇ ਨਸ਼ੀਲੀਆਂ ਵਸਤੂਆਂ ਨੇ ਉਹ ਓਪਨ ਨਾ ਵਿਕਣ। ਤਾਂ ਜਦ ਉਸ ਤੋਂ ਬਾਅਦ ਕਈ ਵਾਰੀ ਅਕਾਲੀਆਂ ਦੀ ਸਰਕਾਰ ਆਈ ਅਤੇ ਅਕਾਲੀਆਂ ਨੇ ਖੁਦ ਉਹ ਚੀਜ਼ ਨੂੰ ਸਥਾਪਿਤ ਨਹੀਂ ਕਰ ਸਕੇ, ਜਦ ਕਿ ਪੰਜਾਬ ਸਰਕਾਰ ਦੇ ਕੀ ਆ, ਹਿੰਦੁਸਤਾਨ ਸਰਕਾਰ ਦੇ ਕਈ ਇੱਦਾਂ ਦੇ ਕਾਨੂੰਨ ਆ ਗਏ ਕਿ ਜਿਹੜਾ ਕੋਈ ਵੀ ਐਜੂਕੇਸ਼ਨ ਅਦਾਰਾ ਹੈ ਉਹਦੇ ਇੰਨੇ ਮੀਟਰ ਘੇਰੇ ਦੇ ਵਿੱਚ ਕੋਈ ਵੀ ਬੀੜੀ ਤੰਬਾਕੂ ਦੀ ਦੂਜੀ ਤੀਜੀ ਦੁਕਾਨ ਨਹੀਂ ਹੋਣੀ ਚਾਹੀਦੀ। ਤੁਸੀਂ ਯੂਨੀਵਰਸਿਟੀ ਦੇਖ ਲਓ, ਕੋਈ ਕਾਲਜ ਦੇਖ ਲਓ, ਤੁਸੀਂ ਉਨਾ ਕੁ ਜਿਹੜਾ ਘੇਰਾ ਵਾ ਉਹ ਆਪ ਚੈੱਕ ਕਰ ਲਓ, ਕਿਤੇ ਵੀ ਕਰ ਲਓ, ਤੁਹਾਨੂੰ ਉੱਥੇ ਕੋਈ ਨਾ ਕੋਈ ਬੀੜੀ ਤੰਬਾਕੂ ਦੀ ਖੋਖਾ ਜਿਹਾ ਲੱਗਾ ਮਿਲ ਜਾਏਗਾ। ਨਾ ਸਾਡਾ ਲੋਕਾਂ ਦੇ ਵਿੱਚ ਅਵੇਅਰਨੈਸ ਹੈ, ਨਾ ਸਰਕਾਰ ਦਾ ਧਿਆਨ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਸਲ ਦੇ ਵਿੱਚ ਕੀ ਆ ਕਿ ਬਹੁਤ ਜ਼ਿਆਦਾ ਮੰਨ ਕਰਕੇ ਸਿੱਖੀ ਅਸਲ ਵਿੱਚ ਜਿਹੜੀ ਆ ਨਾ ਉਹ ਜਨਮ ਦੀ ਨਹੀਂ ਹੈ। ਸਾਡੀ ਹੁਣ ਪ੍ਰੋਬਲਮ ਇਹ ਬਣ ਗਈ ਹੈ ਕਿ ਅਸੀਂ ਸਿੱਖੀ ਨੂੰ ਜਨਮ ਦੀ ਸਮਝ ਲਿਆ ਕਿ ਸਿੱਖ ਵਾਲ ਕੱਟੇ, ਸਿੱਖ ਸ਼ਰਾਬ ਪੀਵੇ, ਸਿੱਖ ਜੋ ਮਰਜ਼ੀ ਕਰੇ, ਉਹਦੇ ਮਨ 'ਚ ਹੈ ਕਿ ਮੈਂ ਸਿੱਖਾਂ, ਮੈਂ ਵੱਡਾ ਸਿੱਖਾਂ, ਠੀਕ ਹੈ ਜੀ, ਇੱਦਾਂ ਵਾ ਕਿ ਜੇ ਮੈਂ ਇਸ ਜਾਤ ਵਿੱਚ ਜੰਮਿਆ ਹੋਇਆ ਅਤੇ ਮੈਂ ਤਾਂ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਸਿੱਖ ਨਹੀਂ ਆ, ਅਤੇ ਉਹ ਚਾਹੇ ਦੂਜਾ ਵਾ ਦੁੱਕੀ ਤਿੱਕੀ ਉਹ ਕੋਈ ਸਿੱਖ ਨਹੀਂ, ਇੱਦਾਂ ਦੀਆਂ ਮਨ ਦੇ ਵਿੱਚ ਗਲਤ ਜਿਹੀਆਂ ਗੱਲਾਂ ਬੈਠੀਆਂ ਹੋਈਆਂ ਨੇ। ਅਤੇ ਅਸਲ ਵਿੱਚ ਸਿੱਖੀ ਹੈ ਕਰਮ ਦੀ, ਜਿਹੜਾ ਕਰਮ ਕਮਾਵੇਗਾ ਸਿੱਖੀ ਦੇ ਉਹ ਸਿੱਖ ਹੋਏਗਾ। ਅਤੇ ਬਾਹਰ ਦੇ ਇਹ ਮੈਨੂੰ ਲੱਗਦਾ ਕਈ ਵਾਰੀ ਜਨਮ ਦੀ ਨਹੀਂ ਕਰਮ ਦੀ ਮੰਨੀ, ਕਰਮ ਦੀ ਹੈ। ਅਤੇ ਅਸੀਂ ਪ੍ਰੋਬਲਮ ਇਹ ਬਣ ਗਈ ਹੈ ਕਿ ਅਸੀਂ ਸਿੱਖੀ ਜਿਹੜੀ ਆ ਜਨਮ ਦੀ ਬਣਾ ਲਈ ਹੈ ਕਿ ਮੈਂ ਸਿੱਖਾਂ ਘਰ ਜੰਮਿਆ ਸਿੱਖਾਂ, ਕਰਮ ਮੇਰੇ ਜਿਵੇਂ ਦੇ ਮਰਜ਼ੀ ਹੋਣ। ਅਗਰ ਕੋਈ ਬਾਹਰੋਂ ਕਰਮ ਕਰਕੇ ਸਿੱਖ ਬਣ ਗਿਆ, ਕਿਸੇ ਨੇ ਬਾਕੀ ਕੋਈ ਧਰਮ ਛੱਡਤਾ ਜਾਂ ਸਿੱਖੀ ਅਪਣਾ ਲਈ, ਬਾਹਰ ਦੇ ਲੋਕਾਂ ਦੇ ਵਿੱਚ ਵੀ, ਬਾਹਰ ਦੇ ਵਿਦੇਸ਼ਾਂ ਵਿੱਚ ਵੀ ਆਪਾਂ ਸੁਣਦੇ ਹਾਂ ਦੇਸ਼ਾਂ ਦੀਆਂ ਗੱਲਾਂ, ਵਿਦੇਸ਼ਾਂ ਦੀਆਂ ਗੱਲਾਂ ਕਿ ਉੱਥੇ ਲੋਕਾਂ ਦੇ ਵਿੱਚ ਵੀ ਜਾਤ ਪਾਤ ਦਾ ਬੜਾ ਚੱਕਰ ਆ, ਗੋਰਿਆਂ ਕਾਲਿਆਂ ਦਾ ਬੜਾ ਚੱਕਰ ਆ। ਪਰ ਉਹਨਾਂ ਲੋਕਾਂ ਨੇ ਜਦੋਂ ਸਿਧਾਂਤਕ ਤੌਰ 'ਤੇ ਦੇਖਿਆ ਕਿ ਸਿੱਖੀ ਦੇ ਵਿੱਚ ਅਸੀਂ ਉਹ ਸਾਰੇ ਮਸਲੇ ਇਸ ਪੱਧਰ ਦੇ ਨਹੀਂ ਹਨ। ਹੁਣ ਜਿਵੇਂ ਹਰਿਮੰਦਰ ਸਾਹਿਬ ਦਾ ਸਰੋਵਰ ਹੈ ਜਾਂ ਹੋਰ ਕੋਈ ਸਰੋਵਰ ਹੈ, ਉੱਥੇ ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਤੂੰ ਨਹਾਉਣਾ ਆ, ਤੇਰੀ ਕਿਹੜੀ ਜਾਤ ਆ। ਉੱਥੇ ਸਾਰੀ ਦੁਨੀਆ ਦੇਖ ਰਹੇ, ਇਕੱਠੇ ਇਸ਼ਨਾਨ ਕਰ ਰਹੇ ਆ, ਇਕੱਠੇ ਲੰਗਰ ਛਕਣ ਰਹੇ ਆ। ਔਰ ਲੰਗਰ ਛਕਣ ਦੀ ਤਾਂ ਸਿੱਖਾਂ ਦੇ ਵਿੱਚ ਕੋਈ ਇੱਕ ਅੱਧੇ ਭੱਲੇ ਭੁਟਕੇ ਬੰਦੇ ਨੇ ਇੱਦਾਂ ਦੀ ਕੋਈ ਕਿਤੇ ਗੱਲ ਕਰ ਦਿੱਤੀ ਹੋਵੇ, ਪਰ ਪੂਰੀ ਦੁਨੀਆ 'ਚ ਹਿਸਟਰੀ ਦੇ ਵਿੱਚ ਇਵੇਂ ਦਾ ਕੋਈ ਥਾਂ ਨਹੀਂ ਵੱਡਾ ਮਿਲਦਾ ਕਿ ਸਿੱਖ ਦੇ ਕਦੀ ਲੰਗਰ ਤੋਂ ਕਿਸੇ ਨੂੰ। ਬਾਹਰਲੇ ਦੇਸ਼ਾਂ 'ਚ ਵੀ ਜਿਹੜਾ ਅੱਜ ਤੁਸੀਂ ਦੇਖੋ ਉਹ ਸੜਕਾਂ 'ਤੇ ਕਹਿੰਦੇ ਵਿਆਹ ਹੀ ਬਹੁਤ ਸਾਫ਼ ਨੇ, ਪਰ ਸਿੱਖ ਸੜਕਾਂ ਸਾਫ਼ ਕਰ ਰਹੇ ਨੇ, ਔਰ ਸਿੱਖ ਜਿਹੜੇ ਨੇ ਸਾਰੇ ਡਿਸਿਪਲਿਨ ਦੇ ਵਿੱਚ ਸੱਜੇ ਨੇ, ਔਰ ਉੱਥੇ ਸਾਰੇ ਦੁਨੀਆ ਨੂੰ ਉਹ ਭਾਂਤ ਭਾਂਤ ਦੇ ਉੱਥੇ ਖਾਣੇ ਖਵਾ ਰਹੇ, ਦੁਨੀਆ ਦੇਖਦੀ ਆ ਵੀ ਇਹ ਸਿੱਖ ਕਰ ਕੀ ਰਹੇ ਨੇ। ਜਦਕਿ ਅਸੀਂ ਹੋਰ ਜਿਹੜੇ ਧਰਮਾਂ ਦੀਆਂ ਮਾਨਤਾਵਾਂ ਨੇ, ਜਾਂ ਮੇਰੇ ਇੱਕ ਰਿਸ਼ਤੇਦਾਰਾਂ ਦੇ ਵਿੱਚੋਂ IG ਨੇ CRPF 'ਚ,
ਉਹਨਾਂ ਦੀ ਕਈ ਵਾਰੀ ਜਿਹੜੇ ਪੂਰੀ ਦੇ ਵਿੱਚ ਵੱਡਾ ਫੰਕਸ਼ਨ ਹੁੰਦਾ ਜਿੱਥੇ ਉਹ ਯਾਤਰਾ ਕੱਢਦੇ ਰੱਥ ਯਾਤਰਾ ਜਿਹਦੇ ਵਿੱਚ ਕਰੋੜਾਂ ਹਿੰਦੂ ਲੋਕ ਜਾਂਦੇ ਨੇ ਜਾਂ ਕੁੰਭ ਦੇ ਮੇਲੇ 'ਤੇ ਉੱਥੇ ਲੰਗਰਾਂ ਦੀ ਇਵੇਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਜਦਕਿ ਇੱਥੇ ਕੀ ਆ ਫਤਿਹਗੜ੍ਹ ਸਾਹਿਬ ਲੱਖਾਂ ਦੀ ਗਿਣਤੀ 'ਚ ਸੰਗਤ ਜਾਂਦੀ ਆ ਜਾਂ ਹੋਰ ਕਿਸੇ ਸਮਾਗਮ 'ਤੇ ਹੋਲੇ ਮਹੱਲੇ 'ਤੇ ਉੱਥੇ ਫੜ ਫੜ ਕੇ ਗੱਡੀਆਂ ਰੋਕ ਰੋਕ ਕੇ ਰੱਜਿਆਂ ਨੂੰ ਵੀ ਨਹੀਂ ਲੰਗਰ ਛਕੋ ਲੰਗਰ ਛਕੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਇਹਦਾ ਪ੍ਰਤਾਪ ਆਪਣੇ ਆਪ ਫੈਲਣਾ ਹੈ ਜਿਉਂ ਜਿਉਂ ਕਰਮ ਕਮਾਉਣ ਵਾਲੇ ਸਿੱਖਾਂ ਦੀ ਗਿਣਤੀ ਸਿੱਖੀ 'ਚ ਵਧੀ ਜਾਏਗੀ ਅਤੇ ਇਹਨਾਂ ਦੀ ਜਿਹੜੀ ਆ ਜਨਮ ਕਰਕੇ ਸਿੱਖੀ ਵਾਲਿਆਂ ਦੀ ਗਿਣਤੀ ਘੱਟ ਜਾਣੀ ਆ ਇਹ ਸਮਾਂ ਪਾ ਕੇ ਸਾਰਾ ਕੁਝ ਹੋ ਜਾਣਾ ਦੂਸਰੀ ਗੱਲ ਆ ਕਿ ਉਤਰਾਅ ਚੜ੍ਹਾਅ ਜਿਹੜੇ ਆ ਉਹ ਕੌਮਾਂ ਦੇ ਹਿੱਸੇ ਇੱਕ ਹਿੱਸਾ ਹੈ ਲਾਈਫ ਦਾ ਬਹੁਤ ਵਧੀਆ ਗੱਲ ਕੀਤੀ ਹੈ ਸਰਦਾਰ ਕਸ਼ਮੀਰ ਸਿੰਘ ਨੇ ਔਰ ਬਹੁਤ ਵਧੀਆ ਟੌਪਿਕ ਸੀ ਸੋ ਤੁਸੀਂ ਦੇਖ ਰਹੇ ਹੋ ਸਿੱਖ ਡੇ ਪਰੇਡ ਦਾ ਸਿੱਧਾ ਪ੍ਰਸਾਰਣ ਨਿਊਯਾਰਕ ਦੇ ਰਿਚਮੰਡ ਹਿੱਲ ਤੋਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਉੱਥੇ ਜੁੜ ਚੁੱਕੀ ਹੈ ਅਤੇ ਆਓ ਚੱਲਦੇ ਹਾਂ ਹੁਣ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ ਜਿੱਥੇ ਦੇਖਦੇ ਹਾਂ ਉੱਥੇ ਕੀ ਕੁਛ ਚੱਲ ਰਿਹਾ ਖਾਸ ਤੁਸੀਂ ਦੇਖ ਰਹੇ ਹੋ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਉੱਥੇ ਪਹੁੰਚ ਚੁੱਕੀ ਹੈ ਔਰ ਖਾਸ ਕਰਕੇ ਸਾਫ਼ ਸਫਾਈ ਦਾ ਸੜਕਾਂ 'ਤੇ ਸਾਫ਼ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਯੋਜਨਾਬੱਧ ਤਰੀਕੇ ਨਾਲ ਇਹ ਸਮਾਗਮ ਉਲੀਕਿਆ ਗਿਆ ਜੋ ਕਾਫ਼ੀ ਸ਼ਲਾਘਾਯੋਗ ਹੈ ਸੋ ਜੈਕਾਰਿਆਂ ਦੀ ਗੂੰਜ ਵਿੱਚ ਤੁਸੀਂ ਸਰਵਣ ਕਰ ਰਹੇ ਹੋ ਸਿੱਖ ਡੇ ਪਰੇਡ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਜੀ ਸਿੱਖ ਦੇ ਪਰੇਡ ਦਾ ਤੁਸੀਂ ਦੇਖ ਰਹੇ ਹੋ ਸਿੱਧਾ ਪ੍ਰਸਾਰਣ ਅਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਸਾਡੇ ਨਾਲ ਉੱਥੇ ਜੁੜੇ ਹੋਏ ਨੇ ਜੋ ਉੱਥੇ ਵੱਸਦੇ ਸਿੱਖ ਭਾਈਚਾਰੇ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਨੇ ਸੋ ਆਹ ਵੇਖਦੇ ਹਾਂ ਉੱਥੇ ਕੀ ਕੁਛ ਚੱਲ ਰਿਹਾ ਖਾਸ ਸਮਾਗਮ ਦੀਆਂ ਕੁਛ ਖਾਸ ਝਲਕੀਆਂ 'ਤੇ ਆਓ ਮਾਰਦੇ ਨਜ਼ਰ ਸੋ ਅਸੀਂ ਗੱਲ ਕਰ ਰਹੇ ਸੀ ਸਿੱਖ ਡੇ ਪਰੇਡ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਇੱਕ ਵੱਖਰੀ ਉਹਨਾਂ ਨੇ ਪਛਾਣ ਬਣਾਈ ਹੋਈ ਹੈ ਪੰਜਾਬ ਵਿੱਚ ਸਿੱਖ ਭਾਈਚਾਰੇ ਦੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਇੱਕ ਵੱਖਰੀ ਪਛਾਣ ਬਣਾਉਣੀ ਚਾਹੀਦੀ ਹੈ ਪਰ ਜਿੱਥੇ ਅਸੀਂ ਕਾਫ਼ੀ ਕਾਰਗਰ ਸਾਬਿਤ ਨਹੀਂ ਹੋਏ ਹਾਂ ਕਾਫ਼ੀ ਕਮੀ ਪਾਈ ਜਾ ਰਹੀ ਹੈ ਸਿੱਖ ਭਾਈਚਾਰੇ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿੱਖ ਭਾਈਚਾਰੇ ਨੂੰ ਅਸਲ ਦੇ ਵਿੱਚ ਤਾਂ ਉਹੀ ਐਜੂਕੇਸ਼ਨ ਦੀ ਘਾਟ ਹੈ ਜੀ ਅਤੇ ਇਨੀਸ਼ੀਏਟਿਵ ਦੀ ਘਾਟ ਹੈ ਜੇ ਸਾਡਾ ਨੌਜਵਾਨ ਭਾਈਚਾਰਾ ਜੇ ਆਪਣੇ ਆਪ ਪੁਰਾਣੀਆਂ ਜਿਹੜੀਆਂ ਰਵਾਇਤਾਂ ਨੂੰ ਛੱਡ ਕੇ ਨਾ ਉਹ ਆਪਣੇ ਆਪ ਇਨੀਸ਼ੀਏਟਿਵ ਲਵੇ ਅਤੇ ਕੁਛ ਐਜੂਕੇਸ਼ਨ ਦੀ ਵੀ ਘਾਟ ਹੈ ਜੇ ਸਾਡੀ ਸਿੱਖਿਆਵਾਂ ਖਾਸ ਕਰਕੇ ਵੱਡੀ ਜਿਹੜੀ ਹੈਗੀ ਗੁਰਬਾਣੀ ਦੇ ਨਾਲ ਨਾ ਜੁੜਨਾ ਇਹ ਤਿੰਨ ਚਾਰ ਜਿਹੜੀਆਂ ਘਾਟਾਂ ਇਹ ਇਹਨਾਂ ਕਰਕੇ ਸਾਡੀ ਜਿਹੜੀ ਮਤਲਬ ਅਗਲੀ ਜੇ ਕੋਈ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਬਗਾਵਤ ਕਰਨੀ ਚਾਹੀਦਾ ਪੁਰਾਣੇ ਰਸਮਾਂ ਰਿਵਾਜਤ ਕਰਨਾ ਚਾਹੀਦਾ ਤਾਂ ਉਹਨੂੰ ਜਿਹੜਾ ਸਾਡਾ ਸਮਾਜ ਹੈ ਜਿਹੜਾ ਕੁਛ ਗਲਤ ਸਿਧਾਂਤਾਂ ਦੇ ਵਿੱਚ ਜਕੜਿਆ ਪੁਰਾਤਨ ਕਰਨ ਖਿਆਲਾਂ ਦੇ ਵਿੱਚ ਉਹ ਕਹਿੰਦੇ ਵੀ ਇਹਨੂੰ ਛੇਕ ਦਿਓ ਇਹ ਸਾਡੀ ਮਤਲਬ ਇਹਨਾਂ ਸਾਡੇ ਜਿਹੜੇ ਰਸਮ ਰਿਵਾਜ ਆ ਜਿਹੜੇ ਸਾਡੇ ਪੁਰਾਣੇ ਜਿਹੜੇ ਬਣੇ ਹੋਏ ਆ ਪੁਰਾਣੀਆਂ ਪੀੜ੍ਹੀਆਂ ਚੱਲਦੀਆਂ ਹੁੰਦੀਆਂ ਉਹ ਬਗਾਵਤ ਕਰਦਾ ਔਰ ਬਾਕੀ ਸਮਝ ਜਾਂਦਾ ਜਿਵੇਂ ਹੁਣ ਸਰਕਾਰ ਦੇ ਵਿੱਚ ਕੋਈ ਮਤਲਬ ਜੇ ਗਲਤ ਕੰਮ ਚੱਲਦੀ ਕੋਈ ਆਵਾਜ਼ ਉਠਾਵੇ ਗਲਤ ਤਾਂ ਉਹਨੂੰ ਬਾਕੀ ਸਮਝ ਜਾਂਦਾ ਤਾਂ ਉਹਨੂੰ ਮਤਲਬ ਉਹਨੂੰ ਛੇਕਣ ਦੀ ਗੱਲ ਕੀਤੀ ਜਾਂਦੀ ਹੈ ਇਹੀ ਸਾਡੇ ਜਿਹੜੇ ਸਮਾਜਿਕ ਭਾਈਚਾਰੇ ਦੇ ਵਿੱਚ ਹੈ ਇਹ ਐਜੂਕੇਸ਼ਨ ਦੀ ਘਾਟ ਹੈ ਅਤੇ ਗਾਈਡੈਂਸ ਦੀ ਘਾਟ ਹੈ ਜਿਹੜੇ ਸਾਡੇ ਖਾਸ ਕਰਕੇ ਜਿਹੜੇ ਪੇਰੈਂਟਸ ਹੈ ਰਹਿਨੁਮਾ ਹੈ ਜੇ ਉਹ ਮਤਲਬ ਉਹਨੂੰ ਕਹਿਣ ਵੀ ਉਹਨੂੰ ਹੱਲਾਸ਼ੇਰੀ ਦੇਣ ਹਾਂ ਜੇ ਕੋਈ ਸੈਟਅਪ ਚੱਕਿਆ ਜਿਵੇਂ ਮੈਂ ਪਹਿਲਾਂ ਗੱਲ ਕਰੀ ਇੰਟਰਕਾਸਟ ਕਾਸਟ ਮੈਰਿਜ ਹੈ ਖੂਨ ਤਾਂ ਉਹ ਇੱਕੋ ਹੈ ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਸਾਡੀ ਸਰਕਾਰ ਨੂੰ ਦੇਣਾ ਚਾਹੀਦਾ ਜੇ ਇੰਟਰਕਾਸਟ ਮੈਰਿਜ ਕਰਾਈਏ ਅਸੀਂ ਜਾਂ ਕਿਸੇ ਨੂੰ ਬੱਚੇ ਨੂੰ ਗੋਦ ਲਈਏ ਕਿਸੇ ਬੱਚਿਆਂ ਨੂੰ ਹੁੰਦਾ ਕਿ ਗੋਦ ਲੈ ਲੈਂਦੇ ਹਾਂ ਜੇ ਮਤਲਬ ਇਸ ਤਰ੍ਹਾਂ ਦਾ ਛੋਟੀ ਕਲਾਸ ਦਾ ਸਮਝਿਆ ਜਾਂਦਾ ਜੇ ਲਿਆ ਤਾਂ ਉਹਨੂੰ ਕੁਛ ਨਾ ਕੁਛ ਹੌਸਲਾ ਅਫਜਾਈ ਕਰਨ ਵਾਸਤੇ ਉਹਨੂੰ ਕੋਈ ਭਾਵੇਂ ਕੋਈ ਸਰਵਿਸ ਨੌਕਰੀ ਦਿੱਤੀ ਜਾਵੇ ਜਾਂ ਉਹਨੂੰ ਕੋਈ ਮਤਲਬ ਮਾਇਕ ਮਦਦ ਦਿੱਤੀ ਜਾਵੇ ਉਹਦਾ ਹੌਸਲਾ ਵਧੇ ਸਟੈਪ ਚੱਕਣ ਵਾਸਤੇ ਤਾਂ ਕਿ ਮਤਲਬ ਇਸ ਤਰ੍ਹਾਂ ਦੇ ਜਿਹੜੀਆਂ ਸਾਡੀਆਂ ਕਮੀਆਂ ਆ ਰਹੀਆਂ ਸਾਡੀਆਂ ਉਹ ਸਾਡੀਆਂ ਦੂਰ ਹੋ ਸਕਣ ਇੱਕ ਇਹਨਾਂ ਨੇ ਬੜੇ ਵਿਸ਼ੇਸ਼ ਨਾਲ ਗੱਲ ਕੀਤੀ ਸੀਗੀ ਜਿਹੜੀਆਂ ਨਸ਼ੇ ਸਿੱਟਾਂ ਬੀੜੀਆਂ ਦੀਆਂ ਜੇ ਫਤਿਹਗੜ੍ਹ ਸਾਹਿਬ ਹੁਣ ਦੇਖੋ ਅਸੀਂ ਗਏ ਸੀ ਪਟਨਾ ਸਾਹਿਬ ਪਟਨਾ ਸਾਹਿਬ ਮਤਲਬ ਬਿਹਾਰੀ ਇਲਾਕਾ ਹੈ ਸਾਰੀਆਂ ਬੀੜੀਆਂ ਸਿੱਟਾਂ ਪੀਂਦੀਆਂ ਇੱਥੇ ਵੀ ਬਈਏ ਨੇ ਬੀੜੀ ਪੀਂਦੇ ਆ ਤਿੰਨ ਚਾਰ ਦਿਨ ਰਹੇ ਇੱਥੇ ਕਿਸੇ ਵੀ ਸੜਕਾਂ ਸਾਫ਼ ਬਿਲਕੁਲ ਸੜਕਾਂ ਸਾਫ਼ ਸੀਗੀਆਂ ਅਤੇ 50 ਲੱਖ ਬੰਦਾ ਉੱਥੇ ਗਿਆ ਸੀਗਾ ਇੱਕ ਵੀ ਦੁਕਾਨ ਬੀੜੀ ਸਿੱਟ ਦੀ ਸਾਰੇ ਪਾਬੰਦੀ ਲਾਈ ਅਤੇ ਤਿੰਨ ਚਾਰ ਦਿਨ ਵਾਸਤੇ ਕੋਈ ਬੀੜੀ ਸਿੱਟ ਦੀ ਦੁਕਾਨ ਨਹੀਂ ਖੁੱਲ੍ਹੀ ਕੋਈ ਮੀਟ ਦੀ ਦੁਕਾਨ ਨਹੀਂ ਖੁੱਲ੍ਹੀ ਸਫਾਈ ਸੀ ਸਾਰੇ ਇੱਜ਼ਤ ਕਰ ਰਹੇ ਸੀਗੇ ਪਰ ਇੱਥੇ ਜਿਵੇਂ ਮਤਲਬ ਪਹਿਲੇ ਦੱਸਿਆ ਫਤਿਹਗੜ੍ਹ ਸਾਹਿਬ ਇੱਥੇ ਮੀਟ ਦੀਆਂ ਦੁਕਾਨਾਂ ਵੀ ਚੱਲਦੀਆਂ ਉੱਦਾਂ ਸ਼ਰਾਬਾਂ ਸਿੱਟਾਂ ਵੀ ਚੱਲਦੀਆਂ ਇੱਥੇ ਸਿਰਫ ਸਾਡੇ 'ਤੇ ਸ਼ਰਧਾ ਨਹੀਂ ਹੈਗੀ ਇੱਥੇ ਸਿਰਫ ਅਸੀਂ ਨਾ
देखे बड़ा वधिया चल रहा दीवान कि वधिया वह दीवान सुन जाइए तो एक खाण वास्ते एक दीवान नहीं करनी किसी क्योंकि है ही नहीं उसे परोसन कुछ है ही नहीं शहीदों की गल कोई नहीं करता है जैसे दसा बच्चे शहीद होए हैं पुराने जमाना होंगे सी बड़ी सीरीय सीरीय गल है साढ़े पिछों पिंड आते थे बुरंडे वालों पैदल नंगे पैरी लोग आते थे सतना वैरू जाप करके इतने चादर बिछा के रात को बिछा के भूए पै के फिर तुर के जाप करते जाते थे हूँ गड्डिया आदि देखे भी कि लंगर वधिया की खीर कितने वधिया बनी हुई है कड़ाह कितने वधिया बने तो काजू मछी की बदामा की खीर कितने बनी है खाने वास्ते जाते हैं ये साढ़े प्रचार की कमी करके जी सा पीढ़ी है जो सा प्रचार है वह प्रचार है जोड़ा सारा होंगे उसी सूँ सेध देनी होंगी भावें नौजवान पीढ़ी है भावें साढ़े बच्चे हैं उन्होंने जो असं जोड़ना है तो प्रचार वो वास्ते होे धर्म का प्रचार है नहीं जिमें मैं पहले भी कहा धर्म असी इतिहास सिरजिया पर इतिहास में सामभ के रखा साड़ी विरासत जी है रुल रही है लोगों के हत्था चल रही है साढ़े सिर्फ गुरु ग्रंथ साहब बचे नहीं तो मतलब जे ये ना सामभ दे कुरबानियां देंदे इन मिलावट कर देनी सारे साढ़े इतिहास के हूँ भी इतिहास बड़ी हो रही है बड़ा इतिहास लिखा जा रहा है कहते गुरु गोबिंद सिंह गुरु तेग बहादुर बड़ा वो विरुद्ध बहुत लिखा हुआ था जी करैक्टर लैस हूँ फलाना हूँ तिमका यह मतलब साढ़े उत्ते हमले बड़े हो रहे हैं यह असल तो जैलसी होंगी भी जी कौम गह वे ना वो दुश्मन भी ज़्यादा जमने होंगे ये दुश्मन जे हमले करते तरह तरह के जेडे डेरे भी बनाए होर बनाए हुए तरह तरह के ना भेस बना के जेडे साढ़े पे सिखी व हमले हो रहे हैं ये सिखी को खत्म करने वास्ते हो रहे हैं साढ़े रहनुमा जेडे उन्होंने रहम से जीव रहे हैं जो रहम से दुकाना चला रहे हैं कोई गल नहीं गल देखने योगी है हरजीत सिंह सज्जन आया अमरीका तो आया साढ़े वास्ते बड़ी फखर मैं हूँ ही आर्टिकल लिखा बड़े फखर की गल है कि सरदार डिफेंस मिनिस्टर एडे हो पर इतने आके स्वागत की ना कर एग्जीबिशन स्वागत करता साढ़े जोड़े पुराने वे हरियाणे के अपने चीफ मिनिस्टर साहब ने स्वागत करू माण भी दिता स्वागत करू माण भी दिता तो साढ़े जोड़े अकाली दल के लीडर बैठे हैं और एक भी मूँह तो नहीं बोल निकल वो चुप बैठे हैं उन्होंने ही स्वागत बनता भी सारा बड़े माण की गल है साडा सिख होवे साडा सिख भरा होवे असी अपने बंद आप मतलब नीमा दिखाने की कोशिश करते हैं इन्हों का स्वागत दुनिया करती है पर असं चुप बैठे ये करके जो संदेश जाता ना लोगों के भी संदेश सरदार हरी सिंह चमक जी बहुत वधिया डिस्कशन साड़ी चल रही है मैं इनू कंटिन्यू रखना चाहूँगी पर फिलहाल समा हो चलिया एक ब्रेक का तुम जुड़े रहो साढ़े चढ़दी कला टाइम टीवी पर देखते रहो सिख दे परेड का सीधा प्रसारण।